क्विक ट्रक ल्यूब ट्रक सर्विसिंग लई उगाना बढ़िया तेल चंगे फिल्टर पवाओ बल्ले बल्ले हो गड्डी चलाओ तुसी एक ट्रक चलाउंदे जब मित्रां दी फ्लीट होवे अपॉइंटमेंट दी लोड़ नहीं ड्राइव थ्रू कराओ सेव्ड होया टाइम फैमिली नाल बताओ क्विक ट्रक ल्यूब स्टेट ऑफ द आर्ट फैसिलिटी ट्रेन्ड टेक्नीशियंस टू लोकेशंस एग्जिट 268 हाईवे 401 और एग्जिट 5 QEW उत्साह साडा विश्वास तुहाडा अजिहा या अपना रिश्ता 519-622-0660 QTL because we care ਜ਼ਿੰਦਗੀ ਦੇ ਰੰਗਾਂ ਤੇ ਵਾਅਦਿਆਂ ਤਰੰਗਾਂ ਨੂੰ ਮਾਣਦੇ ਹਾਂ ਇਸ ਵਕਤ ਤੁਸੀਂ ਜੁੜੇ ਹੋ ਚੰਨ ਪਰਦੇਸੀ ਰੇਡੀਓ ਦੇ ਪਟਿਆਲਾ ਸਟੂਡੀਓ ਦੇ ਨਾਲ ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ ਨਿਊਜ਼ ਤੇ ਵਿਊ ਦਾ ਸੈਗਮੈਂਟ ਲੈ ਕੇ ਆਪਣੇ ਟੀਮ ਮੈਂਬਰ ਉਗੇ ਬ੍ਰਾਡਕਾਸਟਰ ਪਰਮੀਰ ਸਿੰਘ ਬਾਠ ਜੁੜ ਚੁੱਕੇ ਨੇ ਬਾਠ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਸ਼ੁਕਰੀਆ ਮਿਹਰਬਾਨੀ ਟਿਵਾਣਾ ਜੀ ਰੇਡੀਓ ਚੰਨ ਪਰਦੇਸੀ ਦੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਵੈਸੇ ਤਾਂ ਰੋਜ਼ ਨੈਗੇਟਿਵ ਹੀ ਖਬਰਾਂ ਹੁੰਦੀਆਂ ਨੇ ਪਰ ਪੋਜ਼ਿਟਿਵ ਖਬਰ ਆਈ ਹੈ ਕੱਲ੍ਹ ਜਿਸ ਤਰ੍ਹਾਂ ਲਖਨਊ ਪਹਿਲੇ ਆਪ ਦੇ ਲਈ ਮਸ਼ਹੂਰ ਸ਼ਹਿਰ ਹੈ ਸਲੀਕੇ ਦਾ ਪਰ ਉੱਥੇ ਪਹਿਲੇ ਆਪ ਵਾਲੀ ਗੱਲ ਹੋ ਗਈ ਹੈ 15 ਸਾਲ ਬਾਅਦ ਇਹ ਜਿਹੜੀ ਜੂਨੀਅਰ ਹਾਕੀ ਟੀਮ ਵਿਸ਼ਵ ਕੱਪ ਦੇ ਵਿੱਚ ਉਤਰੀ ਅਤੇ ਮੱਲਾਂ ਮਾਰੀਆਂ ਅਤੇ ਪੰਜਾਬ ਵਾਲੇ ਨੇ ਠਾਹ ਵਧਾਈਆਂ ਦੇ ਦਿੱਤੀਆਂ ਵੱਡੇ ਬਾਦਲ ਨੇ ਅੱਡ ਛੋਟੇ ਬਾਦਲ ਨੇ ਅੱਡ ਸੋ ਮਾਫ਼ ਕਰਨਾ ਵੈਸੇ ਤਾਂ ਖੁਸ਼ੀ ਦੀ ਗੱਲ ਹੈ ਪਰ ਗੱਲ ਇਹ ਹੈ ਨਾ ਕਿ ਬਹੁਤ ਸਾਰੇ ਮਾਮਲਿਆਂ 'ਚ ਬਾਠ ਸਾਹਿਬ ਸਾਡੇ ਐਂ ਹੀ ਹੁੰਦਾ ਕਿ ਪੋਜ਼ਿਟਿਵ ਖਬਰ ਲੱਭੇ ਕੀ ਬਾਛਾਂ ਖਿੜ ਜਾਂਦੀਆਂ ਹੈ ਨਾ ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਖੁਸਰਿਆਂ ਦੇ ਘਰ ਜੋ ਆਗ ਜੰਮ ਪਿਆ ਚੁੰਮ ਚੁੰਮ ਹੀ ਮਾਰ ਦਿੱਤਾ ਪਰ ਫਿਰ ਵੀ ਮਾਫ਼ ਕਰਨਾ ਤਸ਼ਬੀਹ ਵਰਤੀ ਹੈ ਅਖੌਤ ਵਰਤੀ ਹੈ ਪਰ ਬਹੁਤ ਵਧੀਆ ਜਿਹੜਾ ਮਾਰਕਾ ਮਾਰਿਆ ਸਾਡੇ ਗੱਭਰੂਆਂ ਨੇ ਜਿਹਨਾਂ 'ਚ 5 ਪੰਜਾਬੀ ਨੇ ਕਪਤਾਨ ਸਮੇਤ ਜੀ ਬਾਠ ਸਾਹਿਬ ਟਵਾਣਾ ਸਾਹਿਬ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜਾ ਲੰਘਿਆ ਵੀਕਐਂਡ ਹੈ ਸਾਡਾ ਉਹ ਬੜਾ ਵਧੀਆ ਹੋਇਆ ਕਿਉਂਕਿ ਵੈਸੇ ਤਾਂ ਨੋਟਬੰਦੀ ਦੇ ਕਰਕੇ ਧੁੰਦ ਦੇ ਕਰਕੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੇ ਕਰਕੇ ਲੀਡਰਾਂ ਦੇ ਝੂਠੇ ਬਿਆਨਾਂ ਦੇ ਕਰਕੇ ਬੜਾ ਅਜੀਬੋ ਗਰੀਬ ਜਿਹਾ ਮਾਹੌਲ ਬਣਿਆ ਹੋਇਆ ਸੀ ਕਦੇ ਕਦੇ ਤਾਂ ਮਨ ਕਰਦਾ ਹੁੰਦਾ ਸੀ ਕਿ ਸਵੇਰ ਨੂੰ ਭਾਈ ਦਰਵਾਜ਼ਾ ਹੀ ਨਾ ਖੋਲੀਏ ਕਿਉਂਕਿ ਦਰਵਾਜ਼ਾ ਖੋਲਦੇ ਆ ਲੀਡਰਾਂ ਦੇ ਬਿਆਨ ਜਿਹੜੇ ਆ ਉਹ ਬੰਦੇ ਨੂੰ ਘੇਰ ਲੈਂਦੇ ਨੇ ਤਾਂ ਪਤਾ ਵੀ ਨਹੀਂ ਲੱਗਦਾ ਕਿ ਭਾਈ ਕਿਹਦੇ ਪਿੱਛੇ ਤੁਰੀਏ ਤੇ ਕਿਹਦੀ ਗੱਲ ਕਰੀਏ ਵਟਸਐਪ ਆਪਾਂ ਵੀ ਆਪਣੇ ਪ੍ਰੋਗਰਾਮ ਦਾ ਨਾ ਮਨ ਕੀ ਬਾਤ ਨਾ ਰੱਖ ਲਈਏ ਕਿਉਂਕਿ ਆਪਾਂ ਵੀ ਗੱਲ ਮਨ ਦੀ ਉਹ ਕਰਦੇ ਹਾਂ ਸੁਣਦੀ ਤਾਂ ਨਹੀਂ ਕਿਸੇ ਦੀ ਹੈ ਨਾ ਡੈਸਕ ਵਾਲਿਆਂ ਦੀ ਸੁਣੀਏ ਨਾ ਮੀਡੀਆ ਉਹਦੀ ਸੁਣੀਏ ਉੱਪਰਲੀ ਸਰਕਾਰ ਦੀ ਸੁਣੀਏ ਮਨ ਕੀ ਬਾਤ ਅਸਲ ਆਪਾਂ ਕਰਦੇ ਹਾਂ ਜੀ ਬਿਲਕੁਲ ਜੀ ਇਹ 'ਚ ਕੋਈ ਸ਼ੱਕ ਨਹੀਂ ਭਾਵੇਂ ਸਰੋਤੇ ਵੀ ਰੌਲਾ ਪਾਈ ਜਾਣ ਕਈ ਵਾਰੀ ਗੁੱਸੇ ਵੀ ਹੁੰਦੇ ਆ ਪਾਰਟੀਆਂ ਵਾਲੇ ਹੈ ਨਾ ਵੀ ਤੁਸੀਂ ਸਾਡੀ ਪਾਰਟੀ ਦੀ ਨਹੀਂ ਗੱਲ ਕਰਦੇ ਪਰ ਆਪਾਂ ਮਨ ਕੀ ਮੌਜ ਪਗਾ ਲੈਂਦੇ ਹਾਂ ਜੀ ਜੀ ਟਵਾਣਾ ਸਾਹਿਬ ਹਾਕੀ ਦੇ ਵਿੱਚੋਂ ਖਬਰ ਜਦੋਂ ਚੰਗੀ ਆਉਂਦੀ ਹੈ ਤਾਂ ਭਾਰਤ ਦੇ ਬਹੁਤ ਗਿਣਤੀ ਲੋਕ ਜਿਹੜੇ ਖੁਸ਼ ਹੁੰਦੇ ਆ ਵੈਸੇ ਤਾਂ ਬਹੁਤ ਸਾਰੀਆਂ ਬਾਕੀ ਖੇਡਾਂ ਨੇ ਜਿਹਨਾਂ ਦੇ ਵਿੱਚ ਆਪਣੀਆਂ ਜਿੱਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਪਰ ਹਾਕੀ ਦੀ ਗੱਲ ਹੋ ਰਹੀ ਹੈ ਕਿਉਂਕਿ ਜਿਹੜੀ ਚੀਜ਼ ਤੁਹਾਡੇ ਦਿਲ ਦੇ ਨੇੜੇ ਹੋਵੇ ਜਿਹੜੀ ਤੁਹਾਡੇ ਅਹਿਸਾਸਾਂ ਦੇ ਨਾਲ ਭਾਵਨਾਵਾਂ ਦੇ ਨਾਲ ਜੁੜੀ ਹੋਵੇ ਉਹਦੀਆਂ ਬਾਤਾਂ ਹੀ ਅਲੱਗ ਹੁੰਦੀਆਂ ਨਾਲੇ ਜ਼ਰੂਰਤ ਵਾਲੀ ਖੇਡ ਹੈ ਮਰਦਾਂ ਦੀ ਖੇਡ ਹੈ ਭਾਵੇਂ ਬੀਬੀਆਂ ਵੀ ਸਾਡੀਆਂ ਖੇਡਦੀਆਂ ਨੇ ਪਰ ਉਹ ਮਤਲਬ ਵਾਕਈ ਤੁਹਾਡਾ ਪਤਾ ਲੱਗਦਾ ਕਿ ਕਿੱਥੇ ਕੁ ਖੜੇ ਹੋ ਹਨਾ ਜੀ ਤੇ ਨਾਲ ਦੀ ਨਾਲ ਟਵਾਣਾ ਸਾਹਿਬ ਇਸ ਖੇਡ ਦੇ ਵਿੱਚ ਕਿਉਂਕਿ ਤੁਹਾਨੂੰ ਦਮਖਮ ਵੀ ਪੂਰਾ ਚਾਹੀਦਾ ਹੈ ਤੁਹਾਡਾ ਦਿਮਾਗ ਵੀ ਪਰਖਿਆ ਜਾਂਦਾ ਹੈ ਕਿ ਤੁਹਾਡੀ ਰਣਨੀਤੀ ਕੀ ਹੈ ਲੰਬੇ ਪਾਸ ਦਿੰਦੇ ਹੋ ਛੋਟੇ ਛੋਟੇ ਪਾਸ ਦੇ ਕੇ ਅੱਗੇ ਵਧਣਾ ਹੈ ਆਖਰੀ ਮੌਕੇ ਦੇ ਉੱਤੇ ਭਾਰਤੀ ਹਾਕੀ ਦੇ ਉੱਤੇ ਇੱਕ ਬਹੁਤ ਵੱਡਾ ਬਲੇਮ ਜਿਹੜਾ ਹੁੰਦਾ ਸੀ ਦੋਸ਼ ਹੁੰਦਾ ਸੀ ਕਿ ਭਾਈ ਇਹਨਾਂ ਦੇ ਪਰਖੁੱਚੇ ਉੜ ਜਾਂਦੇ ਆਖਰੀ 15 ਮਿੰਟਾਂ ਦੇ ਵਿੱਚ ਪ੍ਰੈਸ਼ਰ ਨਹੀਂ ਸਹਾਰਦੇ ਜੀ ਪਰ ਇਸ ਜੂਨੀਅਰ ਹਾਕੀ ਵਿਸ਼ਵ ਕੱਪ ਨੇ ਇਹ ਸਾਰੇ ਉਲਾਮੇ ਜਿਹੜੇ ਉਹ ਲਾ ਕੇ ਰੱਖ ਦਿੱਤੇ ਹਾਲਾਂਕਿ ਦਬਾਅ ਟਵਾਣਾ ਸਾਹਿਬ ਇੰਨਾ ਸੀ ਕਿ ਪਿਛਲੇ ਸਾਲ 13ਵੇਂ ਨੰਬਰ ਤੇ ਸੀ ਭਾਰਤੀ ਟੀਮ ਇਸੇ ਟੂਰਨਾਮੈਂਟ ਦੇ ਵਿੱਚ ਜੀ ਤੇ ਜਦੋਂ 13ਵੇਂ ਨੰਬਰ ਤੋਂ 1ਲੇ ਨੰਬਰ ਦੇ ਉੱਤੇ ਆਉਣਾ ਹੋਵੇ ਤੇ ਦੁਨੀਆਂ ਦੀਆਂ ਜਿਹੜੀਆਂ ਧਾਂਸੂ ਟੀਮਾਂ ਧਾਕੜ ਟੀਮਾਂ ਜਿਹੜੀਆਂ ਤੇਜ਼ ਤਰਾਰ ਹਾਕੀ ਦੇ ਲਈ ਜਾਣੀਆਂ ਜਾਂਦੀਆਂ ਤੇ ਉਹਨਾਂ ਦੇ ਸਾਹਮਣੇ ਭਾਰਤੀ ਖਿਡਾਰੀਆਂ ਨੇ ਆਪਣਾ ਦਮਖਮ ਜਿਹੜਾ ਪਰਖਣਾ ਸੀ ਉਹ ਵੀ ਉਸ ਕਪਤਾਨ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਇੱਕ ਟਰੱਕ ਡਰਾਈਵਰ ਦਾ ਪੁੱਤਰ ਹੈ ਤੇ ਘਰੋਂ ਬਹੁਤਾ ਸੌਖਾ ਵੀ ਨਹੀਂ ਜੀ ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਵੀ ਜਦੋਂ ਭਾਰਤੀ ਗੱਭਰੂ ਉਹਨਾਂ ਦੇ ਵਿੱਚੋਂ ਵੀ ਵਿਸ਼ੇਸ਼ ਕਰ ਪੰਜਾਬੀ ਗੱਭਰੂ ਵਧੀਆ ਖੇਡ ਦਾ ਮੁਜ਼ਾਹਰਾ ਕਰਦੇ ਆ ਤਾਂ ਫਿਰ ਆਨੰਦਮਈ ਅਵਸਥਾ ਜਿਹੜੀ ਉਹ ਆਪਣੇ ਆਪ ਹੀ ਹੋ ਜਾਂਦੀ ਹੈ ਤੇ ਹੁਣ ਟਵਾਣਾ ਸਾਹਿਬ ਜਦੋਂ ਇਸ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਸ਼ੁਰੂ ਹੋਇਆ ਸੀ ਤਾਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਆਖਰੀ ਸਮੇਂ ਤੱਕ ਜੇ ਭਾਰਤੀ ਟੀਮ ਬਰਾਬਰ ਵੀ ਰਹਿ ਜਾਏ ਬਾਅਦ ਵਿੱਚ ਪੈਨਲਟੀ ਸ਼ੂਟ ਆਊਟ ਦੇ ਉੱਤੇ ਸਾਡੇ ਮੁੰਡੇ ਸ਼ਾਇਦ ਜਿੱਤ ਜਾਣਗੇ ਪਰ ਕਿਸੇ ਨੇ ਵੀ ਇਹ ਨਹੀਂ ਸੀ ਸੋਚਿਆ ਕਿ ਦੋ ਪੰਜਾਬੀ ਗੱਭਰੂਆਂ ਨੇ ਖੂਬਸੂਰਤ ਮੈਦਾਨੀ ਗੋਲ ਕਰਕੇ ਭਾਰਤੀ ਟੀਮ ਨੂੰ ਉਸ ਲਿਹਾਜ਼ ਦੇ ਨਾਲ ਅੱਗੇ ਕਰ ਦੇਣਾ ਜਿਹੜਾ ਕਿ ਫਿਰ ਬੈਲਜੀਅਮ ਦੀ ਟੀਮ ਤੋਂ ਪਿਛਾਂ ਕੀਤਾ ਹੀ ਨਹੀਂ ਜਾਣਾ ਦੋ ਗੋਲ ਭਾਰਤੀ ਟੀਮ ਨੇ ਕੀਤੇ ਤੇ ਇੱਕ ਗੋਲ ਬੈਲਜੀਅਮ ਦੀ ਟੀਮ ਤੋਂ ਹੋਇਆ 2-1 ਦੇ ਨਾਲ ਭਾਰਤੀ ਟੀਮ ਨੇ 15 ਸਾਲਾਂ ਦੇ ਵਕਫੇ ਦੇ ਬਾਅਦ ਇਹ ਜੂਨੀਅਰ ਵਿਸ਼ਵ ਕੱਪ ਜਿਹੜਾ ਉਹ ਜਿੱਤ ਕੇ ਭਾਰਤ ਦੇ ਲੋਕਾਂ ਦੀ ਝੋਲੀ ਦੇ ਵਿੱਚ ਪਾ ਦਿੱਤਾ ਮਤਲਬ ਸ਼ੀਸ਼ਿਆਂ ਦਾ ਸ਼ਹਿਰ ਹੀ ਕਵਾਂਗੇ ਮਤਲਬ ਭਾਵੇਂ ਦੇਸ਼ ਹੈ ਸਾਡੇ ਆਪਣਾ ਖੱਖ ਸਾਹਿਬ ਹੋਰ ਵੀ ਬੈਲਜੀਅਮ ਤੋਂ ਜੁੜਦੇ ਨੇ ਪਰ ਸ਼ੀਸ਼ਾ ਦਿਖਾ ਦਿੱਤਾ ਮੈਦਾਨ 'ਚ ਲਖਨਊ 'ਚੋਂ ਵੀ ਮਤਲਬ ਜਿਸ ਤਰ੍ਹਾਂ ਗੁਰਜੰਟ ਨੇ ਜਾਂ ਸਿਮਰਜੀਤ ਨੇ ਜੋ ਇਹ ਸਿਮਰ ਦਿੱਤਾ ਸਾਰਾ ਸਿਲਸਿਲਾ ਜੀ
ਟਵਾਣਾ ਸਾਹਿਬ, ਇਹਦੇ ਤੋਂ ਇੱਕ ਹੋਰ ਗੱਲ ਜਿਹੜੀ ਆ ਬਹੁਤ ਅਹਿਮ ਸਾਹਮਣੇ ਆਉਂਦੀ ਆ, ਕਿਉਂਕਿ ਜਦੋਂ 8ਵੇਂ ਮਿੰਟ ਦੇ ਵਿੱਚ ਗੁਰਜੰਟ ਨੇ ਗੋਲ ਕੀਤਾ ਸੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ, ਉਹਦੇ ਤੋਂ ਬਾਅਦ 22ਵੇਂ ਮਿੰਟ ਦੇ ਵਿੱਚ ਜਦੋਂ ਫੱਟਾ ਖੜਕਾ ਦਿੱਤਾ ਸਿਮਰਨਜੀਤ ਨੇ, ਜਿਹੜਾ ਕਿ ਬਟਾਲੇ ਦਾ ਰਹਿਣ ਵਾਲਾ, ਪੰਜਾਬ ਦੇ ਗੱਭਰੂਆਂ ਦੇ ਲਈ ਇਹ ਦੋਵੇਂ ਮੈਦਾਨੀ ਗੋਲ ਜਿਹੜੇ ਨੇ ਉਹ ਇੱਕ ਉਤਸ਼ਾਹ ਦਾ ਕੰਮ ਕਰ ਸਕਦੇ ਆ, ਜੇ ਅਸੀਂ ਉਤਸ਼ਾਹ ਲੈਣ ਜੋਗੇ ਹੋਈਏ। ਮਾਝੇ ਵਾਲੇ ਦੋਨੇ ਮੱਲ ਮਾਰ ਗਏ ਮਤਲਬ ਜੀ। ਹੁਣ ਟਵਾਣਾ ਸਾਹਿਬ, ਅੰਮ੍ਰਿਤਸਰ ਦੇ, ਕਿਉਂਕਿ ਸਰਹੱਦੀ ਜ਼ਿਲ੍ਹਾ, ਬਹੁਤ ਸਾਰੇ ਲੋਕਾਂ ਦਾ ਰੌਲਾ ਰੱਪਾ ਸੀ ਮੀਡੀਆ ਦੇ ਵਿੱਚ ਵੀ ਰਿਹਾ ਕਿ ਭਾਈ ਨਸ਼ਾ ਬਹੁਤ ਹੋ ਗਿਆ, ਆਹ ਬਹੁਤ ਹੋ ਗਿਆ, ਉੱਥੇ ਗੰਦਗੀ ਬਹੁਤ ਹੋ ਗਈ, ਨੌਜਵਾਨ ਜਿਹੜੇ ਹੈ ਉਹ ਬੇਰੁਜ਼ਗਾਰ ਫਿਰਦੇ ਆ, ਪਰ ਫਿਰ ਵੀ ਇਹ ਦੋਵੇਂ ਜਿਹੜੇ ਗੱਭਰੂ ਨੇ ਇਹਨਾਂ ਨੇ ਦਰਸਾ ਦਿੱਤਾ ਕਿ ਭਾਈ ਜੇ ਸਾਡੇ ਵਿੱਚ ਹਿੰਮਤ ਹੋਵੇ, ਜਜ਼ਬਾ ਹੋਵੇ, ਅਸੀਂ ਥੋੜਾ ਜਿਹਾ ਨਿੱਜ ਤੋਂ ਉੱਪਰ ਉੱਠ ਕੇ ਮਿਹਨਤ ਦੇ ਵੱਲ ਵੇਖੀਏ ਕਿ ਕਿਵੇਂ ਅਸੀਂ ਚੜ੍ਹਾਈਆਂ ਚੜ੍ਹਨੀਆਂ, ਤਾਂ ਫਿਰ ਸਾਨੂੰ ਕੋਈ ਰੋਕ ਨਹੀਂ ਸਕਦਾ। ਬਿਲਕੁਲ ਬਾਟ ਸਾਹਿਬ, ਉਹ ਜਿਹੜੀ ਇੱਕ ਫੋਕਲੋਰ ਹੈ ਨਾ, ਦਿਲਸ਼ਾਦ ਅਖਤਰ ਨੇ ਗਾਇਆ ਵੀ ਹੈ ਕਿ ਗੱਭਰੂ ਮਾਝੇ ਦੇ ਤੇ ਮਿੱਠੇ ਲੋਕ ਦੁਆਬੇ ਦੇ, ਕਿਧਰੇ ਨਹੀਂ ਲੱਭਦੀ ਮਲਵਈਆਂ ਵਰਗੀ ਜਾ ਰਹੀ। ਸੋ ਇਲਾਕੇ ਹੀ ਫਿਤਰਤ ਹੈ, ਜਿਸ ਤਰ੍ਹਾਂ ਬੋਲੀ ਦੁਆਬੇ ਦੀ ਬਹੁਤ ਮਿਠਾਸ ਹੈ, ਗੰਨਾ ਵੀ ਟਾਂਡੇ ਉੜਮੁੜ ਦਾ ਬਾਬੂ ਰਜ ਵਾਲੀ ਬਾਤਾਂ ਪਾ ਗਏ ਨੇ ਕਿ ਮੇਰਠ ਦਾ ਗੁੜ, ਗੰਨੇ ਚੰਗੇ ਉੜਮੁੜ। ਸੋ ਉਹ ਮਤਲਬ ਇਲਾਕੇ ਹੀ ਫਿਤਰਤ ਹੈ ਮਾਝਾ, ਕਿਉਂਕਿ ਕੱਦ ਕਾਠ ਪੱਖੋਂ, ਡੀਲ ਡੋਲ ਪੱਖੋਂ ਇਹ ਕੁਦਰਤੀ ਫਿਤਰਤਾਂ ਨੇ, ਖਸਲਤਾਂ ਨੇ। ਸੋ ਇਹ ਮਤਲਬ ਵਾਕਿਆ ਹੀ ਉਹ ਸ਼ਾਦੀ ਭਰ ਗਏ ਨੇ ਗੱਭਰੂ ਜੀ ਜੀ। ਤੇ ਟਵਾਣਾ ਸਾਹਿਬ, ਸਿਮਰਨਜੀਤ ਨੇ ਜਿਹੜਾ 22ਵੇਂ ਮਿੰਟ ਦੇ ਵਿੱਚ ਗੋਲ ਕੀਤਾ ਸੀ ਉਹ ਮੈਨੂੰ ਇਸ ਗੱਲ ਦੇ ਉੱਤੇ ਵੀ ਲੈ ਕੇ ਆਉਣ ਦੇ ਲਈ ਮਜਬੂਰ ਕਰਦਾ ਕਿ ਬਟਾਲੇ ਦੇ ਵਿੱਚ ਬਹੁਤ ਸਾਰੀ ਸਨਅਤ ਸੀ ਜਿਹੜੀ ਕਿ ਸੱਜੇ ਖੱਬੇ ਹੋ ਗਈ, ਉੱਥੇ ਵੀ ਬੇਰੁਜ਼ਗਾਰੀ ਦਾ ਜਿਹੜਾ ਉਹ ਰਾਜ ਹੈ, ਉੱਥੇ ਵੀ ਇੱਕ ਮੁਹੱਲੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੈਜਾ ਫੈਲਿਆ ਸੀ, ਸਾਨੂੰ ਪਤਾ ਕਿ ਦਰਜਨਾਂ ਲੋਕਾਂ ਦੀ ਮੌਤ ਹੋਈ ਗਾਂਧੀ ਨਗਰ ਜੀ, ਤੇ ਉਹ ਸਾਰੀਆਂ ਚੀਜ਼ਾਂ ਸਾਨੂੰ ਇਸ ਗੱਲ ਦੇ ਵੱਲ ਸੋਚਣ ਦੇ ਲਈ ਮਜਬੂਰ ਕਰਦੀਆਂ ਕਿ ਭਾਈ ਜੇ ਉਸੇ ਬਟਾਲੇ ਸ਼ਹਿਰ ਦੇ ਵਿੱਚੋਂ ਸਿਮਰਨਜੀਤ, ਜਿਹੜਾ ਕਿ ਮੱਧ ਵਰਗੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ, ਬੈਲਜੀਅਮ ਦੀ ਟੀਮ ਦਾ ਫੱਟਾ ਖੜਕਾ ਸਕਦਾ, ਤਾਂ ਕੀ ਅਸੀਂ ਬਟਾਲੇ ਦੇ ਵਿੱਚ ਹੈਜੇ ਦਾ ਫੱਟਾ ਨਹੀਂ ਖੜਕਾ ਸਕਦੇ? ਬਿਲਕੁਲ ਬਾਟ ਸਾਹਿਬ, ਗੱਲ ਤੇ ਉਹੀ ਹੈ ਨਾ ਕਿ ਟੈਲੈਂਟ ਦੀ, ਕਾਬਲੀਅਤ ਦੀ ਕਮੀ ਨਹੀਂ, ਕਭੀ ਕੁਐਸਚਨ ਤਾਂ ਸਾਡੀਆਂ ਕਾਰਗੁਜ਼ਾਰੀਆਂ ਤੇ ਉੱਠਦਾ। ਦੇਖੋ, ਇਹ ਸ਼ਿਵ ਦਾ ਸ਼ਹਿਰ ਹੈ, ਲੋਹੇ ਦਾ ਸ਼ਹਿਰ ਹੈ, ਸ਼ੀਸ਼ੇ ਦੇ ਲੋਕ, ਤੇ ਨਾਲ ਨਾਲ ਇੱਥੇ ਮਤਲਬ ਦੇਗ ਦਾ ਕਿੱਡਾ ਕੰਮ ਸੀਗਾ, ਹੈ ਨਾ, ਟੋਕੇ ਬਣਦੇ ਸੀ, ਉਹ ਵਪਾਰ ਚੌਪਟ ਹੋਇਆ। ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਗੁੱਡੀਆਂ ਪਤੰਗ ਚੜਾਉਣ ਦਾ ਵੇਲਾ ਹੈ, ਉਸ ਦੌਰਾਨ ਚੀਨ ਦੀ ਡੋਰ ਨੇ, ਉਹ ਬਣਦੀ ਭਾਵੇਂ ਇੰਡੀਆ ਦੇ ਵਿੱਚ ਹੀ ਹੈ ਚੀਨੀ ਡੋਰ, ਬਟਾਲੇ ਇੱਕ ਰਾਜਧਾਨੀ ਸੀਗੀ ਇਸ ਮਾਂਝਾ ਬਣਾਉਣ ਦੀ, ਚੀਨੀ ਡੋਰ ਬਣਾਉਣ ਦੀ, ਉਹ ਸਾਰਾ ਕਾਰੋਬਾਰ ਬਟਾਲੇ ਦੇ ਵਿੱਚ ਵੀ ਫੌਤ ਹੋ ਗਿਆ, ਫਲੋਪ ਹੋ ਗਿਆ ਜੀ ਜੀ। ਟਵਾਣਾ ਸਾਹਿਬ, ਹੁਣ ਨਾਲ ਦੀ ਨਾਲ ਇੱਕ ਬਹੁਤ ਵੱਡਾ ਸਵਾਲ ਜਿਹੜਾ ਉਹ ਸਾਡੇ ਹਾਕੀ ਦੇ ਪ੍ਰਬੰਧਕਾਂ ਦੇ ਉੱਤੇ ਆ ਕੇ ਖੜ ਗਿਆ, ਕਿਉਂਕਿ ਜਿਹੜੇ ਇਹ ਸਾਡੇ ਖਿਡਾਰੀ ਇਸ ਵੇਲੇ ਜੂਨੀਅਰ ਵਿਸ਼ਵ ਕੱਪ ਜਿੱਤ ਸਕਦੇ ਆ, ਉਹ ਕੱਲ ਨੂੰ ਓਲੰਪਿਕ ਵੀ ਜਿੱਤ ਸਕਦੇ ਆ ਸੀਨੀਅਰ ਟੀਮ ਦੇ ਵਿੱਚ ਜਾ ਕੇ, ਬਿਲਕੁਲ ਕੋਈ ਸ਼ੱਕ ਨਹੀਂ। ਇਹਨਾਂ ਨੇ ਜੋ ਕਰਨਾ ਸੀ ਕਰ ਦਿੱਤਾ, ਹੁਣ ਸਾਡੇ ਹਾਕੀ ਦੇ ਪ੍ਰਬੰਧਕਾਂ ਦੇ ਉੱਤੇ, ਚਾਹੇ ਹਾਕੀ ਇੰਡੀਆ ਦੀ ਗੱਲ ਕਰ ਲਈਏ ਚਾਹੇ ਕਿਸੇ ਹੋਰ ਦੀ ਗੱਲ ਕਰ ਲਈਏ, ਹੁਣ ਉਹਨਾਂ ਨੇ ਵੇਖਣਾ ਹੈ ਕਿ ਇਹ ਤਰਾਸ਼ੇ ਜਾ ਚੁੱਕੇ ਗੱਭਰੂਆਂ ਨੂੰ ਅਸੀਂ ਜਿਹੜਾ ਇਸ ਪੱਧਰ ਦੇ ਉੱਤੇ ਬਰਕਰਾਰ ਕਿਵੇਂ ਰੱਖਣਾ ਹੈ। ਜੇ ਤਾਂ ਆਪੋ ਆਪਣੇ ਬੰਦਿਆਂ ਨੂੰ ਟੀਮ ਦੇ ਵਿੱਚ ਭਰਤੀ ਕਰਨ ਦੀਆਂ ਚਾਲਾਂ ਚੱਲਦੇ ਰਹੇ, ਜੇ ਚੌਧਰ ਦੀ ਲੜਾਈ ਦੇ ਵਿੱਚ ਚੱਲਦੇ ਰਹੇ, ਤਾਂ ਫਿਰ ਤਾਂ ਉਹ ਕੁਝ ਹੀ ਹੋਣਾ ਜੋ ਸਾਡੇ ਨਾਲ ਪਿਛਲੇ 2-2.5 ਦਹਾਕਿਆਂ ਤੋਂ ਵਾਪਰ ਰਿਹਾ। ਪਰ ਜੇ ਇਹਨਾਂ ਗੱਭਰੂਆਂ ਨੂੰ ਸੰਭਾਲ ਕੇ ਰੱਖਿਆ, ਉਹਨਾਂ ਨੂੰ ਆਰਥਿਕ ਤੌਰ 'ਤੇ ਮਦਦ ਵੀ ਦਿੱਤੀ, ਧਿਆਨ ਉਹਨਾਂ ਦਾ ਸਾਰਾ ਆਪਣੀ ਖੇਡ ਨੂੰ ਹੋਰ ਜ਼ਿਆਦਾ ਮਿਆਰੀ ਬਣਾਉਣ ਦੇ ਉੱਤੇ ਰੱਖਣ ਦੇ ਵਿੱਚ ਪ੍ਰਬੰਧਕ ਕਾਮਯਾਬ ਹੋ ਗਿਆ, ਉਹ ਦਿਨ ਦੂਰ ਨਹੀਂ ਜਦੋਂ ਭਾਰਤ ਓਲੰਪਿਕ ਵੀ ਜਿੱਤ ਸਕਦਾ। ਤੇ ਪੰਜਾਬ ਦੇ ਮਾਣ ਵਾਲੀ ਗੱਲ ਇਹ ਹੈ, ਪੰਜਾਬ ਦੇ ਸਿਰ ਦੇ ਉੱਤੇ ਸਿਰਾ ਇਹ ਵੀ ਵੱਜਿਆ ਕਿ ਇਸ ਵਿਸ਼ਵ ਕੱਪ ਨੂੰ ਜਿੱਤਣ ਵਾਲੀ ਟੀਮ ਦੇ 10 ਖਿਡਾਰੀ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਦੇ ਨਾਲ ਸੰਬੰਧਿਤ ਰਹੇ ਨੇ, ਤੇ ਉਹ ਜਲੰਧਰ ਜਿੱਥੇ ਦਾ ਸੰਸਾਰਪੁਰ ਬੜਾ ਪ੍ਰਸਿੱਧ ਹੈ, ਬਹੁਤ ਸਾਰੇ ਓਲੰਪੀਅਨ ਉਹਨੇ ਦਿੱਤੇ ਨੇ, ਪ੍ਰਗਟ ਸਿੰਘ ਹੋਰੀ MLA ਵੀ ਬਣ ਗਏ, ਸੁਰਿੰਦਰ ਸੋਢੀ ਹੋਰੀ ਬਣਦੇ ਬਣਦੇ ਚਲੋ ਸੱਜੇ ਖੱਬੇ ਹੋ ਗਏ, ਪਰ ਫਿਰ ਵੀ ਇਹ ਗੱਲ ਜਿਹੜੀ ਹੈ ਵਿਚਾਰਨੀ ਚਾਹੀਦੀ ਹੈ ਕਿ ਭਾਰਤ ਦੇ ਵਿੱਚ ਜਿਵੇਂ ਤੁਸੀਂ ਵੀ ਆਖਿਆ ਕਿ ਯੋਗਤਾ ਦੀ ਕਮੀ ਕੋਈ ਨਹੀਂ, ਅਸੀਂ ਪਲੇਟਫਾਰਮ ਕਿਵੇਂ ਦਈਏ, ਤੇ ਉਸ ਪਲੇਟਫਾਰਮ ਨੂੰ ਸਾਡੇ ਗੱਭਰੂ, ਸਾਡੇ ਨੌਜਵਾਨ, ਸਾਡੀਆਂ ਮੁਟਿਆਰਾਂ ਕਿੰਨੇ ਕੁ ਢੰਗ ਤਰੀਕੇ ਦੇ ਨਾਲ ਵਰਤਣ ਦੇ ਵਿੱਚ ਕਾਮਯਾਬ ਹੁੰਦੇ ਆ, ਇਹਦੇ ਉੱਤੇ ਹੁਣ ਭਾਰਤ ਦੀ ਜਿਹੜੀ ਆ ਸੰਸਾਰ ਪੱਧਰੀ ਸਫਲਤਾ ਖਾਸ ਤੌਰ 'ਤੇ ਖੇਡਾਂ ਦੇ ਖੇਤਰ ਦੇ ਵਿੱਚ ਨਿਰਭਰ ਕਰਦੀ ਹੈ। ਤੇ ਨਾਲ ਦੀ ਨਾਲ ਟਵਾਣਾ ਸਾਹਿਬ, ਇੱਕ ਗੱਲ ਇੱਥੇ ਹੋਰ ਵੀ ਬਹੁਤ ਅਹਿਮ ਹੈ ਕਿ ਜਰਮਨੀ ਨੇ 6 ਇਹ ਜਿਹੜਾ ਵਿਸ਼ਵ ਕੱਪ ਜਿੱਤਿਆ, ਤੇ ਬਾਕੀ ਸਾਰੀ ਦੁਨੀਆਂ ਦੇ ਵਿੱਚੋਂ ਭਾਰਤ ਇੱਕੋ ਇੱਕ ਦੇਸ਼ ਹੈ ਜਿਹਨੇ 1 ਵਾਰੀ ਇਸ ਜੂਨੀਅਰ ਵਿਸ਼ਵ ਕੱਪ ਨੂੰ ਜਿੱਤਣ ਦਾ ਮਾਣ ਹਾਸਲ ਕੀਤਾ, ਪਹਿਲਾਂ 2001 ਦੇ ਵਿੱਚ, ਤੇ ਹੁਣ 2016 ਦੇ ਵਿੱਚ ਇਹ ਵਿਸ਼ਵ ਕੱਪ ਜਿਹੜਾ ਉਹ ਜਿੱਤ ਕੇ ਝੋਲੀ ਪਾਤਾ। ਤੇ ਉਹਦੇ ਨਾਲ ਵੀ ਇੰਪੋਰਟੈਂਟ ਗੱਲ ਇਹ ਹੈ ਕਿ ਭਾਰਤੀ ਟੀਮ ਨੇ ਪੂਰੇ ਵਿਸ਼ਵ ਕੱਪ ਦੇ ਵਿੱਚ ਕੋਈ ਮੈਚ ਨਹੀਂ ਹਾਰਿਆ। ਪਹਿਲਾਂ ਜਦੋਂ ਲੀਗ ਮੈਚ ਹੋਏ ਤਾਂ ਇੰਗਲੈਂਡ, ਦੱਖਣੀ ਅਫਰੀਕਾ ਤੇ ਕੈਨੇਡਾ ਦੀਆਂ ਟੀਮਾਂ ਨੂੰ ਮਾਤ ਦਿੱਤੀ, ਫਿਰ ਨੌਕਆਊਟ ਮੈਚ ਸ਼ੁਰੂ ਹੋਏ ਕਿ ਜਿਹੜੀ ਟੀਮ ਜਿੱਥੋਂ ਹਾਰ ਗਈ ਉੱਥੇ ਵਿਸ਼ਵ ਕੱਪ ਦੇ ਵਿੱਚ ਉਹਦਾ ਸੂਥੜਾ ਸਾਫ ਸਾਫ ਜਾਣੀ ਸੀ ਵਲੇਟੀ। ਤੇ ਉਹਦੇ ਵਿੱਚ ਵੀ ਇਹਨਾਂ ਨੇ ਚੰਗੀ ਖੇਡ ਦਾ ਜਿਹੜਾ ਉਹ ਪ੍ਰਦਰਸ਼ਨ ਕੀਤਾ, ਤੇ ਸਪੇਨ, ਆਸਟ੍ਰੇਲੀਆ ਤੇ ਬੈਲਜੀਅਮ ਦੀਆਂ ਟੀਮਾਂ ਨੂੰ ਢਹਿ ਢੇਰੀ ਉਹਦੇ ਵਿੱਚ ਵੀ ਕੀਤਾ।
ਤੇ ਨਾਲ ਦੀ ਨਾਲ ਹੁਣ ਸੈਮੀ ਫਾਈਨਲ ਦੇ ਵਿੱਚ ਆਸਟ੍ਰੇਲੀਆ ਨੂੰ ਜਿਹੜਾ ਹਰਾਇਆ, ਤੇ ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਹਾਕੀ ਦੇ ਜਿਹੜੇ ਉਹ ਕਿੰਨੇ ਅੱਛੇ ਦਿਨ ਆਉਂਦੇ ਆ। ਪਰ ਇੰਨਾ ਜ਼ਰੂਰ ਹੈ ਕਿ ਅੱਜ ਸੋਮਵਾਰ ਦੇ ਦਿਨ ਹਫ਼ਤਾ ਸ਼ੁਰੂ ਹੋਇਆ ਤੇ ਅਸੀਂ ਆਪਣੀ ਇੱਕ ਚੰਗੀ ਖਬਰ, ਪੋਜ਼ਿਟਿਵ ਖਬਰ ਜਿਹੜੀ ਹੈ ਉਹ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨਾਲ ਸਾਂਝੀ ਕਰਨ ਦੇ ਵਿੱਚ ਕਾਮਯਾਬ ਰਹੇ ਹਾਂ। ਮੈਨੂੰ ਤਾਂ ਲੱਗਦਾ ਟਵਾਨਾ ਸਾਹਿਬ ਇਹੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਅੱਗੇ ਚੱਲ ਕੇ ਆਪਾਂ ਇਹ ਵੀ ਗੱਲ ਕਰਨੀ ਹੈ ਕਿ ਖੁਸ਼ ਖਬਰ ਹੈ ਬਾਟ ਸਾਹਿਬ, ਸਾਨੂੰ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ। ਜਿਹੜੇ ਹੁਣ ਸਾਕਾ ਸਰਹੰਦ ਜਿਹੜਾ ਹੈਗਾ ਨਿੱਕੀਆਂ ਜਿੰਦਾ ਵੱਡਾ ਸਾਕਾ, ਉਸ ਮੁਤਾਬਕ ਵੀ ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ ਆਇਆ, ਪਰ ਇਸ ਬਿਆਨ 'ਤੇ ਇੰਪਲੀਮੈਂਟ ਮੈਂ ਕਹਿੰਦਾ ਮੀਡੀਆ ਕਰੇ, ਜਿਹੜੇ ਉੱਥੇ ਜਿਨ੍ਹਾਂ ਨੇ ਵੀ ਮਾਫ਼ ਕਰਨਾ ਸਿਆਸੀ ਬਕਵਾਸ ਕਰਨਾ, ਉਹਨਾਂ ਦਾ ਪੂਰਨ ਬਾਈਕਾਟ ਹੋਵੇ। ਜਿਸ ਤਰ੍ਹਾਂ ਆਪਾਂ ਤਾਂ ਪਹਿਲਾਂ ਹੀ ਰੈਲੀਆਂ ਨੂੰ ਗੋਲ ਕਰਨ ਲੱਗ ਗਏ ਕਿ ਬੋਦਰ ਨਾ ਕਰੋ ਇਹਨਾਂ ਨੂੰ ਜੋ ਰੌਲਾ ਪਾਉਂਦੇ ਆ, ਭਾਈ ਜਾਣ ਦਿਓ, ਇਹ ਆਪਾਂ ਨੂੰ ਕਰਨਾ ਪੈਣਾ। ਜਦੋਂ ਇਹਨਾਂ ਨੂੰ ਕਵਰੇਜ ਨਹੀਂ ਮਿਲੇਗੀ ਇਹ ਆਪੇ ਫੁੱਸ ਹੋਣਗੇ, ਕਿਉਂਕਿ ਇਹਨਾਂ ਨੇ ਮੁਕੱਦਸ ਸਥਾਨ ਵੀ ਨਹੀਂ ਛੱਡੇ ਜਿੱਥੇ ਇੱਕ ਦੂਸਰੇ ਦੀ ਮਿੱਟੀ ਪੁੱਟਦੇ ਨੇ, ਬਲਕਿ ਪੰਜਾਬੀਅਤ ਦੀ ਮਿੱਟੀ ਪਲੀਤ ਕਰਦੇ ਨੇ ਲੋਕ। ਸੋ ਇਸ ਕਰਕੇ ਇਹ ਕੁਛ ਅਹਿਦ ਸਾਨੂੰ ਕਰਨੇ ਚਾਹੀਦੇ ਨੇ। ਜੇ ਲੀਡਰ ਕੋਈ ਇਸ ਤਰ੍ਹਾਂ ਉੱਥੇ ਵਾਹਿਆਤ ਬੋਲਦਾ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਪਬਲਿਕ ਦੇ ਵਿੱਚ ਕਿ ਘੱਟੋ ਘੱਟ ਇਹ ਮੁਕੱਦਸ ਥਾਵਾਂ 'ਤੇ ਛੱਡ ਦਿਓ, ਇੱਥੇ ਤਾਂ ਤੁਸੀਂ ਕੈਸ਼ ਕਰਨ ਆਓ ਆਪਣੇ ਮੁਫਾਦ। ਸੋ ਇਹ ਮਤਲਬ ਸਾਨੂੰ ਹੀ ਇਹ ਹੂਲਾ ਫੱਕਣਾ ਪੈਣਾ। ਖੈਰ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਅਤੇ ਚੰਡੀਗੜ੍ਹ ਚੋਣਾਂ ਤੁਹਾਡੇ ਪੁਰਾਣੇ ਸ਼ਹਿਰ ਦੀਆਂ, ਹੁਣ ਵੀ ਤੁਹਾਡਾ ਆਪਣਾ ਹੀ ਹੈ ਜੀ, ਰੂਹ ਖਿੜ ਜਾਂਦੀ ਹੋਣੀ ਬਾਟ ਸਾਹਿਬ ਚੰਡੀਗੜ੍ਹ ਗੜੀ ਲਾ ਕੇ। ਟਵਾਣਾ ਸਾਹਿਬ ਰੂਹ ਵੀ ਖਿੜ ਜਾਂਦੀ ਹੈ, ਪਰ ਹੁਣ ਤਾਂ ਕਦੇ ਕਦੇ ਇਹ ਵੀ ਜੀ ਕਰਦਾ ਹੁੰਦਾ ਕਿ ਇੱਕ ਦਿਨ ਲਈ ਜੇ ਜਾਣਾ ਤਾਂ ਨਹੀਂ ਜਾਣਾ। ਹਾਂ, ਕਿਉਂਕਿ ਉੱਥੇ ਹੋਸਟਲ ਦੇ ਵਿੱਚ ਰਹੋ ਤੁਸੀਂ, ਆਪਣੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਵੇਖੋ, ਬਹੁਤ ਸਾਰੀਆਂ ਹੋਰ ਥਾਵਾਂ ਨੇ ਜਿਹੜੀਆਂ, ਜੇ ਉੱਥੇ ਨਾ ਮਿਲੋ ਤਾਂ ਫਿਰ ਐਂ ਲੱਗਦਾ ਯਾਰ ਕਿ ਮਾਮਿਆਂ ਦੇ ਆ ਕੇ ਵੀ ਜੇ ਨਾਨੀ ਦੀ ਗੋਦੀ ਦੇ ਵਿੱਚ ਸਿਰ ਨਹੀਂ, ਫਿਰ ਫਾਇਦਾ ਕੀ ਹੈ? ਕੀ ਬਾਤ ਹੈ, ਕੀ ਬਾਤ ਹੈ ਜੀ। ਤੇ ਟਵਾਣਾ ਸਾਹਿਬ ਹੁਣ ਚੰਡੀਗੜ੍ਹ ਦੀਆਂ ਨਿਗਮ ਚੋਣਾਂ ਦੀ ਜੇ ਆਪਾਂ ਗੱਲ ਕਰ ਲਈਏ ਤਾਂ 26 ਵਾਰਡਾਂ ਦੇ ਲਈ ਇਹ ਜਿਹੜੀਆਂ ਵੋਟਾਂ ਪੈਣੀਆਂ ਸੀ, ਬਹੁਤ ਗਹਿਗਚ ਮੁਕਾਬਲਾ ਜਿਹੜਾ ਉਹ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਨਾਲ ਦੀ ਨਾਲ ਬਹੁਜਨ ਸਮਾਜ ਪਾਰਟੀ ਦੇ ਦਰਮਿਆਨ ਸੀ। ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ, ਪਰ ਕਈ ਤਰ੍ਹਾਂ ਦੇ ਸੰਕੇਤ ਮਿਲ ਗਏ ਕਿ ਪੜ੍ਹੇ ਲਿਖੇ ਲੋਕਾਂ ਦੇ ਸ਼ਹਿਰ ਦੇ ਵਿੱਚ ਲੋਕ ਕਿਵੇਂ ਇਸ ਲੋਕਤੰਤਰ ਦੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਂਦੇ ਆ, ਕੀ ਕੁਝ ਉੱਥੇ ਘਟਦਾ ਵਾਪਰਦਾ, ਉੱਥੇ ਵੋਟਰਾਂ ਦੇ ਨਾਲ ਕਿਹੜੇ ਵਾਅਦੇ ਕੀਤੇ ਜਾਂਦੇ ਆ, ਤੇ ਨਾਲ ਦੀ ਨਾਲ ਇਸ ਸ਼ਹਿਰ ਦੀਆਂ ਵੋਟਾਂ ਦਾ ਨਤੀਜਾ ਜਿਹੜਾ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਉੱਤੇ ਵੀ ਪ੍ਰਭਾਵ ਪਾਏਗਾ, ਇਹਦੇ ਤੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਜੀ। ਹੁਣ ਇਸ ਵੇਲੇ ਪੋਲ ਜਿਹੜੀਆਂ ਵੋਟਾਂ ਹੋਈਆਂ ਉਹਨਾਂ ਦਾ ਅੰਕੜਾ ਸਾਹਮਣੇ ਆ ਗਿਆ, ਤਕਰੀਬਨ 57.24% ਜਿਹੜੇ ਉਹ ਲੋਕ ਵੋਟਾਂ ਪਾਉਣ ਦੇ ਲਈ ਬਾਹਰ ਆਏ। ਹਾਲਾਂਕਿ ਇਹ ਬਹੁਤ ਹੈਰਾਨੀਜਨਕ ਗੱਲ ਹੈ ਕਿ ਜਦੋਂ ਸ਼ਹਿਰ ਦੇ ਵਿੱਚ ਪ੍ਰਦੂਸ਼ਣ ਵੱਧਦਾ, ਜਦੋਂ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ, ਜਦੋਂ ਪਾਰਕਿੰਗ ਦੀ ਸਮੱਸਿਆ ਦੇ ਨਾਲ ਸ਼ਹਿਰ ਦੇ ਲੋਕ ਦੋ ਚਾਰ ਹੁੰਦੇ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਜਦੋਂ ਵਾਰ ਵਾਰ ਮੀਡੀਆ ਦੇ ਨਾਲ ਆਮ ਲੋਕ ਗੱਲ ਕਰਦੇ ਆ ਤਾਂ ਕਹਿੰਦੇ ਅਸੀਂ ਦੁਖੀ ਬਹੁਤ ਆ, ਚੰਗਾ ਕੰਮ ਨਹੀਂ ਕਰਦੇ। ਜੇ ਭਾਈ ਨਹੀਂ ਚੰਗਾ ਕੰਮ ਕਰਦੇ, ਚੰਗੇ ਲੋਕਾਂ ਨੂੰ ਚੁਣੋ, ਚੁਣਨਾ ਹੈ ਤਾਂ ਤੁਸੀਂ ਵੋਟਾਂ ਪਾਉਣੀਆਂ, ਵੋਟਾਂ ਪਾਉਣ ਤਾਂ ਆਪਾਂ ਘਰੋਂ ਬਾਹਰ ਨਹੀਂ ਨਿਕਲਦੇ, ਤਾਂ ਫਿਰ ਸਾਨੂੰ ਉਧਰ ਇਤਰਾਜ਼ ਕਰਨ ਦਾ ਵੀ ਜਿਹੜਾ ਉਹ ਕੋਈ ਹੱਕ ਨਹੀਂ। ਹੁਣ ਟਵਾਣਾ ਸਾਹਿਬ ਘੱਟੋ ਘੱਟ 80% ਚੰਡੀਗੜ੍ਹੀਏ ਤਾਂ ਵੋਟਾਂ ਪਾਉਂਦੇ, ਤੇ ਵੋਟਾਂ ਪਾਉਣ ਦੇ ਲਈ ਕੋਈ ਪੋਲਿੰਗ ਸਟੇਸ਼ਨ ਵੀ ਬਹੁਤ ਦੂਰ ਨਹੀਂ ਹੁੰਦੇ। ਇਹ ਨਹੀਂ ਹੈ ਕਿ ਹਿਮਾਚਲ ਪ੍ਰਦੇਸ਼ ਜਾਂ ਜੰਮੂ ਕਸ਼ਮੀਰ ਆ, ਤੁਹਾਨੂੰ ਇੱਕ ਪਹਾੜੀ ਟੱਪ ਕੇ ਜਿਹੜਾ ਪੋਲਿੰਗ ਸਟੇਸ਼ਨ ਤੇ ਪਹੁੰਚਣਾ ਪੈਣਾ ਜੀ, ਚਾਰ ਲੱਤਾਂ ਮਾਰੋ ਤਾਂ ਤੁਸੀਂ ਉੱਥੇ ਪਹੁੰਚਣਾ, ਹਰ ਬੰਦੇ ਕੋਲ ਉੱਥੇ ਗੱਡੀ ਵੀ ਹੈਗੀ ਹੈ ਜੀ। ਪਰ ਇਹਦੇ ਬਾਵਜੂਦ ਵੀ ਇੰਨੀ ਘੱਟ ਜਿਹੜੀ ਉੱਥੇ ਪੋਲਿੰਗ ਹੋ ਰਹੀ ਹੈ, ਉਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਸਾਡੇ ਦੇਸ਼ ਦੇ ਚਲਾਉਣ ਵਾਲੇ ਨੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਨਾਲ ਦੀ ਨਾਲ ਸਵੇਰ ਵਾਲੇ ਜਿਹੜੇ 2 ਘੰਟੇ ਸੀ ਉਦੋਂ ਟਵਾਣਾ ਸਾਹਿਬ ਕੋਈ ਬੰਦਾ ਨਹੀਂ ਘਰੋਂ ਬਾਹਰ ਨਿਕਲਿਆ, ਬਹੁਤ ਘੱਟ ਵੋਟਰਾਂ ਨੇ ਆਣ ਕੇ ਉੱਥੇ ਜਿਹੜੀ ਆਪਣੀ ਵੋਟ ਪਾਈ। ਚਲੋ ਠੰਡ ਵੀ ਹੁੰਦੀ ਹੈ, ਪਰ ਫਿਰ ਵੀ ਜਿਹਨਾਂ ਨੇ ਸਵੇਰੇ ਸਵੇਰੇ ਕੰਮਾਂ ਕਾਰਾਂ ਤੇ ਜਾਣਾ ਆਪਣਾ ਵੋਟ ਜਿਹੜਾ ਕਾਸਟ ਕਰਕੇ ਵੀ ਜਾ ਸਕਦੇ ਸੀ ਜੀ। ਤੇ ਸ਼ਾਮ ਵੇਲੇ ਇੱਕ ਹੋਰ ਵਰਤਾਰਾ ਵੇਖਣ ਨੂੰ ਮਿਲਿਆ ਕਿ ਜਿਹੜੀਆਂ ਨਵੇਂ ਵਿਕਸਿਤ ਹੋਏ ਨੇ ਇਲਾਕੇ ਜਿੱਥੇ ਬਹੁਤੇ ਅਮੀਰ ਲੋਕ ਨਹੀਂ ਰਹਿੰਦੇ, ਜਿਹਨਾਂ ਨੇ ਛੋਟੇ ਛੋਟੇ ਕੁਆਟਰ ਟਾਈਪ ਘਰ ਲਏ ਹੋਏ ਨੇ, ਉਹਨਾਂ ਦੇ ਵਿੱਚ ਵੋਟਾਂ ਪਾਉਣ ਦਾ ਬਹੁਤ ਉਤਸ਼ਾਹ ਸੀ। ਉੱਥੇ ਸ਼ਾਮ 7 ਵਜੇ ਤੱਕ ਵੀ ਵੋਟਾਂ ਪੈਂਦੀਆਂ ਰਹੀਆਂ, ਕਿਉਂਕਿ 5 ਵਜੇ ਜਿੱਡੀ ਕਤਾਰ ਲੱਗ ਗਈ ਸੀ ਉਹ ਸਾਰੀ ਦੀ ਸਾਰੀ ਕਤਾਰ ਨੂੰ ਭੁਗਤਾ ਕੇ ਹੀ ਚੋਣ ਅਮਲਾ ਜਿਹੜਾ ਉਹ ਸਾਹ ਲੈ ਸਕਦਾ ਸੀ। ਪਰ ਘੱਟ ਪੋਲਿੰਗ ਟਵਾਣਾ ਸਾਹਿਬ ਉਹਨਾਂ ਸੈਕਟਰਾਂ ਦੇ ਵਿੱਚ ਹੋਈ ਹੈ ਜਿਹਨੂੰ ਆਪਾਂ ਪੌਸ਼ ਏਰੀਆ ਮੰਨਦੇ ਹਾਂ, ਜਿੱਥੇ ਵੱਡੇ ਵੱਡੇ ਪੜ੍ਹੇ ਲਿਖੇ ਲੋਕ ਰਹਿੰਦੇ ਨੇ, ਆਫਿਸਰ ਰਹਿੰਦੇ ਨੇ ਜਾਂ ਫਿਰ ਸਿਆਸਤਦਾਨ ਰਹਿੰਦੇ ਨੇ, ਉਹਨਾਂ ਇਲਾਕਿਆਂ ਦੇ ਵਿੱਚੋਂ ਬਹੁਤੇ ਪਰਿਵਾਰ ਵੋਟਾਂ ਪਾਉਣ ਦੇ ਲਈ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ। ਤੇ ਸਭ ਤੋਂ ਵੱਧ ਨਿਰਾਸ਼ ਕੀਤਾ ਜੀ ਵਾਰਡ ਨੰਬਰ 17 ਦੇ ਵੋਟਰਾਂ ਨੇ, ਕੇਵਲ 41% ਵੋਟਰ ਜਿਹੜੇ ਨੇ ਉਹ ਵੋਟ ਪਾਉਣ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ। ਭਾਰਤੀ ਜਨਤਾ ਪਾਰਟੀ ਦੇ 22 ਤੇ ਅਕਾਲੀ ਦਲ ਦੇ 4 ਉਮੀਦਵਾਰ ਮੈਦਾਨ 'ਚ ਨੇ, ਕਾਂਗਰਸ ਨੇ ਸਾਰੀਆਂ 26 ਸੀਟਾਂ ਤੋਂ ਬੰਦੇ ਖੜੇ ਕੀਤੇ, ਤੇ BSP ਨੇ 19 ਤੇ 51 ਆਜ਼ਾਦ ਉਮੀਦਵਾਰਾਂ ਦੀ ਕਿਸਮਤ ਕਹਿ ਲਈਏ ਡੱਬੇ 'ਚ ਬੰਦ ਹੋ ਗਈ ਹੈ, ਜਾਂ ਚੰਡੀਗੜ੍ਹੀਆਂ ਨੇ ਆਪਣੀ ਕਿਸਮਤ ਡੱਬਿਆਂ 'ਚ ਬੰਦ ਕਰ ਦਿੱਤੀ ਹੈ। ਤੇ ਹੁਣ ਟਵਾਣਾ ਸਾਹਿਬ ਨਾਲ ਦੀ ਨਾਲ ਆਖਰੀ ਗੱਲ ਇੱਥੇ ਕਾ ਕੇ ਖੜੀ ਹੈ
कि जे चंडीगढ़ दे विच भी जो उम्मीदवार जाके वोटा मंगते ने उत्थे भाई भतीजवाद की गल करते हैं, उत्थे अपनी कम्यूनिटी की गल करते हैं, जाति की गल करते हैं, जां किसी धर्म विशेष की गल करते हैं, तो आप किवें उम्मीद कर सकते हैं कि पंजाब दे जिहड़े पेंडू खेत्र ने उत्थे इन्हां सियासी पार्टियां दे लीडर मनुखता की गल करनगे, लोकतंत्री कदरां कीमतां की गल करनगे। जी जी बाट साहब बिल्कुल, इन्हां लोगों तो बाट साहब कोई उम्मीद नहीं है, जिहड़े अपना मतलब असीं ज्यौंदे आ जां मोए आ उही जिहड़ा हैगा नहीं दस सकदे। ते इन्हां तो तुसीं की उम्मीद करदे हो कि ये लोग अपने हक हकूक दे लई लड़नगे जां किसे दे हक हकूक दे लई लड़नगे जिहड़े खुद दे हक हकूक दे लई नहीं लड़ सकदे। सो इन्हां रुझानां नूं रोकना चाहीदा, बिल्कुल रोकना चाहीदा। जी बट साहब, बट साहब जिस तरह पहली खबर खुशी के पटाकों की सी, तो दूसरे पटाके तुसी उस पौश इलाके वाले दे पवा दते, तो तीजे खबरे तीजे पटाके आप कांग्रेस वाले दे अपने आप पई जांदे ने। जी टवाणा साहब, कांग्रेस पार्टी नूं बहुत ही उम्मीद सी कि असीं जिहड़े 61 उम्मीदवारां दा ऐलान कीता है उन्हां उम्मीदवारां दी विरोधता नहीं होणी, तो इन्हां 61 सीटां दे उत्ते ठोक वजा के साडा प्रचार जिहड़ा शुरू हो जू। बाकी 56 सीटां जिहड़ियां ने उन्हां दे उत्ते असीं विचार चर्चा करके एक दो वारियां दे विच उन्हां उम्मीदवारां दा भी ऐलान कर दांगे, जिहड़ा बंदा भुड़क भुड़क के उस कड़ाही दे विच्चों जिहड़ा उह बाहर डिगण दी कोशिश करेगा, जिवें खिल्लां डिगदियां ने, उहनूं असीं हौली हौली बोझ बोझ के दुबारा अपनी कड़ाही दे विच पाउण दा कोशिश करांगे। पर हालात यह बन गया कि जिहड़े 61 उम्मीदवारां दा ऐलान कांग्रेस पार्टी ने अपनी सूची दे विच कीता सी, उहनां दे विच्चों भी कईआं दे खिलाफ जिहड़ा उह बगावत दे भभूके उठणे शुरू हो गए। इन्हां दे विच धुरी, डेरा बाबा नानक, बटाला, नाभा ते नवांशहर जिहड़े हल्के उह गोलण योग ने। आपां धुरी तों गल शुरू करके नवांशहर ते गल मुकावांगे। धुरी तों गगनजीत सिंह बरनाला, जिन्हां ने श्रोमणी अकाली दल लौंगोवाल भंग करके कांग्रेस पार्टी दे विच शमूलियत इस शर्त दे उत्ते कीती सी कि साढ़े घट्टो घट्ट दो बंदियां नूं उम्मीदवार कांग्रेस पार्टी विधानसभा दीआं चोणां च जरूर बनाएगी, पर इत्थों दलवीर सिंह गोल्डी होरां नूं धुरी तों टिकट दे दित्ती गई, तो गगनजीत बरनाला दे बेटे सिमर प्रताप सिंह बरनाला एडवोकेट जिहड़े कि 22 इलैक्शन दे विच कांग्रेस पार्टी दे कैंडीडेट बने सी, उहनां नूं ना करती। तो हुण गगनजीत बरनाला ने एक तो अपने साथियों की एकत्रता सदके कांग्रेस पार्टी को खुली चुनौती देती कि भाई जे तुसीं टिकट ना बदली तो जमानत भी जब्त करा देंगे, तो दूजे पासे उन्होंने दिल्ली की टिकट लैके बस नाल ही फड़ ली। हुण दिल्ली जाके आशा कुमारी दे नाल भी मुलाकात कर ली, तो उत्थे जाके कह दिता कि भाई आ वेखो समझौता तो आह कीता सी, पर हुण वादे जिहड़े आ वफा क्यों नहीं किए जा रहे, घट्टो घट्ट धुरी वाली सीट तो सिमर प्रताप बरनाला नूं जरूर दिओ। उहदे तो बाद डेरा बाबा नानक की गल कर लईए तो मौजूदा विधायक सुखजिंदर सिंह रंधावा नूं कांग्रेस पार्टी ने दोबारा टिकट भावें दे दित्ती है, पर उन्हां दा ठोकमा विरोध साबका सूबा प्रधान संतोख सिंह रंधावा दे बेटे इंद्रजीत रंधावा ने करना शुरू करता। उन्होंने भी अपने हमायती सद लै मीटिंग की, कह दिता कहिंदे मैं दो हल्कियां तो दावेदार सी, फतेहगढ़ चूड़ियां ते डेरा बाबा नानक तो, पर पार्टी ने इस डेरा बाबा नानक हल्के तो उस सुखजिंदर सिंह रंधावा नूं टिकट देती जिहदी अगवाई दे विच इस हल्के तो कांग्रेस पार्टी का उम्मीदवार लोकसभा दीआं चोणां च 25,000 वोटां तो भी वध ना फर्क ना पछड़िया। तो कहिंदे जिहड़ा बंदा लोकसभा की चोण दे विच 25,000 ना हेठां डिग पिया, उह विधानसभा की चोण जित के किवें कांग्रेस पार्टी नूं जिहड़ा उह हां पक्खी हलूणा दे सकदा, बिल्कुल कहिंदे गलत गल है। जां तां मैं हुण आजाद रूप च उम्मीदवार बणूंगा जां किसे होर उम्मीदवार दी मदद करूंगा, मैं सुखजिंदर सिंह रंधावा दे पैर नहीं सियासी तौर ते लगण दिंदा। जी ते टवाणा साहब, जे गल आपां बटाले दी कर लईए, उत्थों फिर टब्बर दे विच ही रौला पै गया। अश्वनी सेखड़ी नूं कांग्रेस पार्टी ने टिकट देती, हालांकि उहनां दे कॉलेज दा भी बहुत रौला रप्पा कि विजिलेंस ब्यूरो अंकड़े उंकड़े इकट्ठे करके लै गई आ सारे, कि एससी एसटी विद्यार्थियों के जिहड़े वजीफे आए थे उन्होंने बहुत सारे पैसे सज्जे खब्बे हुए हैं, पर दोबारा अश्वनी सेखड़ी नूं कांग्रेस ने टिकट देती, उम्मीदवार बनाता, तो उत्थों उन्होंने भरा इंदर सेखड़ी ने ही कांग्रेस पार्टी के इस फैसले का विरोध करता। हुण इंदर सेखड़ी होरी कहिंदे टिकट के हक मेरा बनता सी, अश्वनी सेखड़ी का कड़ा हर बारी ना लिखा कि कांग्रेस पार्टी ने टिकट इन्हू ही देनी है। इन्हां दे कई समर्थक मनजीत हंसपाल, एडवोकेट जिहड़े रविंदर शर्मा ते होरां ने कह दिता अपने समर्थकां दा इकट्ठ करके, वह कहिंदे भाई टिकट तब्दील कर दिओ, जे टिकट तब्दील ना कीती असीं पार्टी छड्ड जाणी आ, फिर कल नूं आखिओ कि नुकसान हो गया। उन्होंने यह भी दोष लाता, कहिंदे बटाले दे विच अश्वनी सेखड़ी दीआं जिहड़ियां कारगुजारियां ने, जिहड़ियां सरगर्मियां ने, उन्होंने सीधे तौर पर कांग्रेस पार्टी कमजोर कीती है, ते असीं उस बंदे दी चोणां दे विच बिल्कुल भी हमायत नहीं कर सकते जिहड़ा बंदा अपनी ही पार्टी दी पिट्ठ दे विच छुरा मारन च लग्गिया होया। नाभे तो साधु सिंह धर्मसोत,
ਉਹਨਾਂ ਨੂੰ ਟਿਕਟ ਦੇਣ ਦਾ ਵਿਰੋਧ ਯੂਥ ਕਾਂਗਰਸ ਤੇ ਸਰਗਰਮ ਆਗੂ ਬੰਨੀ ਖਹਿਰਾ ਨੇ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਕੈਂਡੀਡੇਟ ਤਾਂ ਅਸਲੀ ਮੈਂ ਸੀ, ਸਾਜਨ ਸਿੰਘ ਧਰਮਸੋਤ ਦਾ ਨੰਬਰ ਪਤਾ ਨੀ ਕਿਵੇਂ ਲੱਗ ਗਿਆ ਜੀ। ਅਮਲੋਹ ਤੋਂ ਟਵਾਣਾ ਸਾਹਿਬ ਰਣਦੀਪ ਸਿੰਘ ਹੋਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ, ਟਿਕਟ ਉਹਨਾਂ ਨੂੰ ਮਿਲ ਗਈ, ਪਰ ਜਗਮੀਤ ਸਹੋਤਾ ਹੋਰੀ ਕਹਿੰਦੇ ਕਿ ਸਾਡੇ ਨਾਲ ਵਾਅਦਾ ਕੀਤਾ ਸੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਵੀ, ਕਾਂਗਰਸ ਹਾਈ ਕਮਾਂਡ ਨੇ ਵੀ, ਕਿ ਸਥਾਨਕ ਬੰਦੇ ਨੂੰ ਹੀ ਟਿਕਟ ਦਿਆਂਗੇ, ਪਰ ਹੁਣ ਕਹਿੰਦੇ ਫਿਰ ਇੱਕ ਵਾਰੀ ਰਣਦੀਪ ਨਾਭੇ ਨੂੰ ਬਾਹਰੋਂ ਲਿਆ ਕੇ ਸਾਡੇ ਸਿਰ ਤੇ ਬਿਠਾਤਾ, ਸਾਨੂੰ ਬਿਲਕੁਲ ਪਰਵਾਹ ਨਹੀਂ। ਬਿਲਕੁਲ। ਤਲਵੰਡੀ ਸਾਬੋ ਤੋਂ ਖੁਸ਼ਬਾਜ ਜਟਾਣਾ ਨੂੰ ਟਿਕਟ ਦਿੱਤੀ ਗਈ ਹੈ ਯੂਥ ਕੋਟੇ ਦੇ ਵਿੱਚੋਂ, ਤੇ ਟਵਾਣਾ ਸਾਹਿਬ ਖੁਸ਼ਬਾਜ ਜਟਾਣਾ ਨੂੰ ਟਿਕਟ ਦੇਣ ਦਾ ਵਿਰੋਧ ਹੁਣੇ ਹੁਣੇ ਅਕਾਲੀ ਦਲ ਛੱਡ ਕੇ ਕਾਂਗਰਸੀ ਬਣੇ ਬਲਵੀਰ ਸਿੰਘ ਸਿੱਧੂ ਨੇ ਕਰਨਾ ਸ਼ੁਰੂ ਕਰਤਾ। ਕਹਿੰਦੇ ਮੈਂ ਅੱਜ ਫੈਸਲਾ ਲੈ ਲੂੰਗਾ, ਸਮਰਥਕਾਂ ਦੀ ਮੀਟਿੰਗ ਉਹਨਾਂ ਨੇ ਦੇਰ ਸ਼ਾਮ ਸੱਦ ਲਈ ਹੈ। ਤੇ ਨਵਾਂ ਸ਼ਹਿਰ ਦੇ ਵਿੱਚ ਸਭ ਤੋਂ ਘੱਟ ਉਮਰ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਅੰਗਦ ਸੈਣੀ, ਜਿਹਨਾਂ ਨੂੰ ਸਿਆਸਤ ਵਿਰਾਸਤ ਦੇ ਵਿੱਚੋਂ ਮਿਲੀ ਹੈ, ਪਤਾ ਹੀ ਸੀ ਕਿ ਭਾਈ ਟੱਬਰ ਜੇ ਸਿਆਸਤ ਦੇ ਵਿੱਚ ਹੈਗਾ ਤਾਂ ਟਿਕਟ ਅੱਜ ਕੱਲ੍ਹ ਭੜਕ ਕਿਤੇ ਨਾ ਕਿਤੇ ਮਿਲ ਜਾਣੀ ਹੈ। ਤੇ ਅੰਗਦ ਸੈਣੀ ਦੀ ਟਿਕਟ ਦਾ ਵਿਰੋਧ ਜਿਹੜਾ ਉਹ ਸਤਵੀਰ ਸਿੰਘ ਧੜੇ ਨੇ ਕਰਨਾ ਸ਼ੁਰੂ ਕਰ ਦਿੱਤਾ। ਤੇ ਇਹ ਵੀ ਕਹਿ ਦਿੱਤਾ ਕਿ ਭਾਈ ਇੱਕ ਪਾਸੇ ਤਾਂ ਕਾਂਗਰਸ ਕਹਿੰਦੀ ਹੈ ਕਿ ਅਸੀਂ ਟੱਬਰਵਾਦ ਦਾ ਵਿਰੋਧ ਕਰਦੇ ਹਾਂ, ਤੇ ਦੂਜੇ ਪਾਸੇ ਖਾਨਦਾਨੀ ਟਿਕਟਾਂ ਦੇਣ ਦਾ ਰਿਵਾਜ ਜਿਹੜਾ ਕਾਂਗਰਸ ਪਾਰਟੀ ਨੇ ਅਜੇ ਵੀ ਨਹੀਂ ਛੱਡਿਆ, ਤੇ 2 ਦਿਨ ਦਾ ਅਲਟੀਮੇਟਮ ਉਹਨਾਂ ਨੇ ਵੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਦੇ ਦਿੱਤਾ। ਤੇ ਰਾਏਕੋਟ ਤੋਂ ਹਲਕਾ ਜਿਹਾ ਵਿਰੋਧ ਡਾਕਟਰ ਅਮਰ ਸਿੰਘ ਬੋਪਾਰਾਏ ਦਾ ਵੀ ਹੋਣਾ ਸ਼ੁਰੂ ਹੋ ਗਿਆ। ਉੱਥੇ ਪ੍ਰਧਾਨ ਗਰੁੱਪ ਨੇ ਆਖ ਦਿੱਤਾ ਕਿ ਜੇ ਬਾਹਰਲੇ ਬੰਦਿਆਂ ਨੂੰ ਇਸੇ ਤਰ੍ਹਾਂ ਟਿਕਟਾਂ ਦੇਣੀਆਂ ਸੀ ਤਾਂ ਸਾਡੀਆਂ ਚੱਪਲਾਂ ਕਾਂਗਰਸ ਪਾਰਟੀ ਵਾਲੇ 5 ਸਾਲ ਕਿਉਂ ਕਸਵਾਉਂਦੇ ਰਹੇ। ਬਿਲਕੁਲ ਬਾਟ ਸਾਹਿਬ, ਇਹ ਜਿਹੜਾ ਫਾਟਕ ਜਾਂ ਫੁੱਟ ਪਈ ਹੈ ਸਾਰੇ ਹੀ ਹੈ, ਫਾਜ਼ਿਲਕਾ ਦੇ ਵਿੱਚ ਵੀ ਇਸ ਦੀ ਕਾਫੀ ਚਰਚਾ ਚੱਲਦੀ ਹੈ ਜੀ। ਤੇ ਨਾਲ ਦੀ ਨਾਲ ਟਵਾਲਾ ਸਾਹਿਬ ਇਹ ਵੀ ਲੱਗਦਾ ਹੈ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਇਹਨਾਂ ਬਗਾਵਤ ਕਰਨ ਵਾਲਿਆਂ ਨੂੰ ਕਿਸੇ ਬਿੱਲੇ ਨਾ ਲਾਇਆ ਤਾਂ ਕਾਂਗਰਸ ਪਾਰਟੀ ਦੇ ਲਈ ਬਹੁਤ ਮੁਸ਼ਕਲ ਭਰੀ ਜਿਹੜੀ ਉਹ ਘਾਟ ਹੀ ਹੋ ਸਕਦੀ ਹੈ, ਕਿਉਂਕਿ ਅਕਾਲੀ ਦਲ ਤੇ ਨਾਲ ਦੀ ਨਾਲ ਕਈ ਹੋਰ ਸਿਆਸੀ ਪਾਰਟੀਆਂ ਜਿਹੜੀਆਂ ਇਹਨਾਂ ਬਾਗੀ ਹੋਣ ਵਾਲੇ ਕਾਂਗਰਸੀ ਲੀਡਰਾਂ ਦੇ ਉੱਤੇ ਅੱਖਾਂ ਟਿਕਾ ਕੇ ਜਿਹੜੀਆਂ ਉਹ ਬੈਠੀਆਂ ਹੋਈਆਂ ਨੇ ਜੀ। ਬਿਲਕੁਲ ਬਿਲਕੁਲ। ਤੇ ਉਧਰ ਟਵਾਣਾ ਸਾਹਿਬ ਜੇ ਫਾਜ਼ਿਲਕਾ ਦੀ ਆਪਾਂ ਗੱਲ ਕਰ ਲਈਏ ਤਾਂ ਫਾਜ਼ਿਲਕਾ ਹਲਕੇ ਦਾ ਲੇਖਾ ਜੋਖਾ ਵੀ ਆਪਾਂ ਅੱਜ ਜ਼ਰੂਰ ਕਰਨਾ, ਕਿਉਂਕਿ ਤਕਰੀਬਨ 1,60,000 ਵੋਟਰਾਂ ਨੂੰ ਆਪਣੀ ਬੁੱਕਲ ਦੇ ਵਿੱਚ ਸਮੋ ਕੇ ਬੈਠਾ ਇਹ ਫਾਜ਼ਿਲਕਾ ਵਿਧਾਨ ਸਭਾ ਹਲਕਾ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਸਰਹੱਦੀ ਵਿਧਾਨ ਸਭਾ ਹਲਕਾ, ਦੂਸਰਾ ਇਸ ਕਰਕੇ ਵੀ ਇਹਦੀ ਚਰਚਾ ਹੁੰਦੀ ਰਹੀ ਕਿ ਇੱਥੋਂ ਨੁਮਾਇੰਦੇ ਜਿਹੜੇ ਨੇ ਉਹ ਨੁਮਾਇੰਦੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਸਿਹਤ ਮੰਤਰੀ ਸੁਰਜੀਤ ਜਿਆਣੀ, ਤੇ 2012 ਦੀ ਵਿਧਾਨ ਸਭਾ ਚੋਣ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਸੁਰਜੀਤ ਜਿਆਣੀ ਨੇ 40,901 ਵੋਟਾਂ ਪ੍ਰਾਪਤ ਕਰਕੇ ਜਿੱਤੀ ਸੀ, ਤੇ ਆਜ਼ਾਦ ਉਮੀਦਵਾਰ ਜਸਵਿੰਦਰ ਸਿੰਘ ਰੌਕੀ 1692 ਵੋਟਾਂ ਦੇ ਫਰਕ ਨਾਲ ਪਛੜ ਗਿਆ ਸੀ। ਹਾਲਾਂਕਿ ਬਹੁਤੇ ਹਲਕੇ ਦੇ ਵੋਟਰਾਂ ਨੂੰ ਲੱਗਦਾ ਸੀ ਕਿ ਜਸਵਿੰਦਰ ਸਿੰਘ ਰੌਕੀ ਨੇ ਬਾਕੀ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਧੂਲ ਚਟਾ ਦੇਣੀ ਆ, ਮੋਢੇ ਉਹਨਾਂ ਦੇ ਲਾ ਦੇਣੇ ਆ, ਪਰ ਆਖਰੀ ਮੌਕੇ ਤੇ ਆ ਕੇ ਜਿਆਣੀ ਸਾਹਿਬ ਜਿੱਤਣ 'ਚ ਸਫਲ ਹੋ ਗਿਆ। ਕਾਂਗਰਸੀ ਉਮੀਦਵਾਰ 3 ਨੰਬਰ 'ਤੇ ਰਿਹਾ ਸੀ, ਤੇ ਐਤਕੀ ਜਿਆਣੀ ਸਾਹਿਬ ਦੀ ਟਿਕਟ ਤਾਂ ਪੱਕੀ ਜਾਪਦੀ ਹੈ, ਪਰ ਉਹ ਜਸਵਿੰਦਰ ਸਿੰਘ ਰੌਕੀ ਜਿਹਨੂੰ ਗੈਂਗਸਟਰ ਵੀ ਆਖਿਆ ਜਾਂਦਾ ਹੈ ਪਰ ਹਲਕੇ ਦੇ ਵਿੱਚ ਮਕਬੂਲ ਵੀ ਬੜਾ ਸੀ, ਉਸ ਰੌਕੀ ਦੀ ਹੱਤਿਆ ਹੋ ਚੁੱਕੀ ਹੈ ਥੋੜੇ ਮਹੀਨੇ ਪਹਿਲਾਂ, ਤੇ ਹੁਣ ਉਹਨਾਂ ਦੇ ਕੁਝ ਕੁ ਸਮਰਥਕਾਂ ਦੀ ਕੋਸ਼ਿਸ਼ ਹੈ ਕਿ ਰੌਕੀ ਦੀ ਭੈਣ ਨੂੰ ਇਸ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਈ ਜਾਵੇ, ਤਿਆਰੀ ਕੀਤੀ ਜਾ ਰਹੀ ਹੈ, ਤੇ ਜੇ ਕਿਤੇ ਉਹ ਆਜ਼ਾਦ ਉਮੀਦਵਾਰ ਦੇ ਵਜੋਂ ਮੈਦਾਨ ਦੇ ਵਿੱਚ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਹਮਦਰਦੀ ਵੋਟ ਦਾ ਲਾਹਾ ਜਿਹੜਾ ਰੌਕੀ ਦੀ ਭੈਣ ਨੂੰ ਮਿਲ ਵੀ ਸਕਦਾ। ਕਾਂਗਰਸ ਪਾਰਟੀ ਵਿੱਚ ਬਹੁਤ ਵੱਡਾ ਪਟਾਕਾ ਪਿਆ ਹੋਇਆ, ਇੱਕ ਪਾਸੇ ਡਾਕਟਰ ਮਹਿੰਦਰ ਰਿਣਵਾ ਹੋਰਾਂ ਨੂੰ ਲੱਗਦਾ ਕਿ ਟਿਕਟ ਦੇ ਉੱਤੇ ਹੱਕ ਮੇਰਾ, ਪਰ ਦੂਸਰੇ ਪਾਸੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਸਿੰਘ ਘੁਬਾਇਆ ਦਾ ਨਾਮ ਵੀ ਚੱਲਦਾ, ਹਾਲਾਂਕਿ ਉਹਨਾਂ ਨੇ ਅਜੇ ਅਕਾਲੀ ਦਲ ਨਹੀਂ ਛੱਡਿਆ, ਕਾਂਗਰਸ ਪਾਰਟੀ 'ਚ ਸ਼ਮੂਲੀਅਤ ਨਹੀਂ ਕੀਤੀ, ਪਰ ਪਿਛਲੇ 2.5 ਹਫ਼ਤਿਆਂ ਤੋਂ ਜਿਸ ਤਰ੍ਹਾਂ ਦੀਆਂ ਕਨਸੋਆਂ ਆ ਰਹੀਆਂ ਨੇ, ਜਿਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਉੱਠ ਰਹੀਆਂ ਨੇ ਉਹਨੂੰ ਵੇਖਦਿਆਂ ਲੱਗਦਾ ਕਿ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਵੀ ਇਸ ਵਿਧਾਨ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਦਾ ਨਾਮ ਇਸੇ ਕਰਕੇ ਐਲਾਨ ਨਹੀਂ ਕਰ ਰਹੀ ਤਾਂ ਜੋ ਜੇ ਘੁਬਾਇਆ ਪਰਿਵਾਰ ਨੇ ਕਾਂਗਰਸ ਪਾਰਟੀ ਨਾਲ ਜੁੜਨਾ ਹੋਵੇ ਤਾਂ ਇੱਥੋਂ ਉਹਨਾਂ ਨੂੰ ਐਡਜਸਟ ਜਿਹੜਾ ਉਹ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਨੇ ਐਡਵੋਕੇਟ ਸਮਰਵੀਰ ਸਿੱਧੂ ਨੂੰ ਹਲਕੇ ਤੋਂ ਉਮੀਦਵਾਰ ਬਣਾਇਆ, ਤਕਰੀਬਨ ਉਹਨਾਂ ਨੇ ਸਾਰੇ ਹਲਕੇ ਦਾ ਇੱਕ ਇੱਕ ਚੱਕਰ ਜਿਹੜਾ ਲਾ ਲਿਆ, ਪਰ ਆਮ ਲੋਕ ਬੜੀ ਕਸ਼ਮਕਸ਼ ਦੇ ਵਿੱਚ ਨੇ ਕਿਉਂਕਿ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਹੋਰੀ ਕਹਿੰਦੇ ਨੇ ਕਿ ਮੈਂ ਹਲਕੇ ਦੇ ਵਿੱਚ ਕੰਮ ਬਹੁਤ ਕਰਾਏ ਆ, ਪਰ ਇਹਦੇ ਬਾਵਜੂਦ ਵੀ ਇਹ ਫਾਜ਼ਿਲਕਾ ਵਿਧਾਨ ਸਭਾ ਹਲਕਾ ਅੱਜ ਵੀ ਪੰਜਾਬ ਦੇ ਉਹਨਾਂ ਗਿਣੇ ਚੁਣੇ ਹਲਕਿਆਂ ਦੇ ਵਿੱਚੋਂ ਇੱਕ ਨਜ਼ਰ ਆਉਂਦਾ ਜਿਹੜੇ ਹਲਕੇ ਅਜੇ ਤੱਕ ਵੀ ਬਾਕੀ ਪੰਜਾਬ ਦੇ ਨਾਲੋਂ ਬੁਰੀ ਤਰ੍ਹਾਂ ਪਛੜੇ ਹੋਏ ਨੇ। ਹੁਣ ਜਿਆਣੀ ਸਾਹਿਬ ਦੀਆਂ ਪ੍ਰਾਪਤੀਆਂ ਕੀ ਰਹੀਆਂ, ਕਿਉਂਕਿ ਕੈਬਨਿਟ ਮੰਤਰੀ ਦੇ ਕੋਲ ਅਖਤਿਆਰ ਬਹੁਤ ਹੁੰਦੇ ਨੇ, ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗਾਂ ਕਰਨ ਦਾ ਮੌਕਾ ਮਿਲਦਾ, ਕਹਿ ਕਹਾ ਕੇ 5-7 ਗ੍ਰਾਂਟਾਂ ਵੱਧ ਵੀ ਲੈ ਸਕਦੇ ਆ। ਹੁਣ ਜਿਆਣੀ ਸਾਹਿਬ ਕਹਿੰਦੇ ਕਿ ਮੈਂ ਸੀਵਰੇਜ ਮੁਕੰਮਲ ਕਰਵਾ ਦਿੱਤਾ,
ਇਹ ਵੀ ਕਹਿੰਦੇ ਨੇ ਕਿ ਮੈਂ ਸ਼ਹਿਰ ਦੇ ਵਿੱਚ ਸਟਰੀਟ ਲਾਈਟਾਂ ਦਾ ਕੰਮ 100% ਪੂਰਾ ਕਰਵਾ ਦਿੱਤਾ। ਇਹ ਵੀ ਜਿਆਣੀ ਸਾਹਿਬ ਦੇ ਹਿੱਸੇ ਆਉਂਦਾ ਕਿ 40 ਕਰੋੜ ਦੀ ਲਾਗਤ ਦੇ ਨਾਲ ਉਹਨਾਂ ਨੇ ਪ੍ਰਬੰਧਕੀ ਕੰਪਲੈਕਸ ਤਿਆਰ ਕਰਾ ਦਿੱਤਾ, 7 ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਸਕੂਲ ਬਣਾ ਕੇ ਉਹਨਾਂ ਨੂੰ ਅਪਗ੍ਰੇਡ ਕਰਾਇਆ, ਅਦਾਲਤੀ ਕੰਪਲੈਕਸ ਵੀ ਤਕਰੀਬਨ ਮੁਕੰਮਲ ਪਿਆ, ਜਿਹੜਾ ਹਸਪਤਾਲ ਸੀ ਉਹਨੂੰ 50 ਤੋਂ ਵਧਾ ਕੇ 75 ਬਿਸਤਰਿਆਂ ਦਾ ਬਣਾ ਦਿੱਤਾ, ਗੰਗ ਕੈਨਾਲ ਤੋਂ ਸਿੱਧੀ ਪਾਈਪਲਾਈਨ ਰਾਹੀਂ ਸ਼ਹਿਰ ਨੂੰ ਪਾਣੀ ਦੀ ਸਪਲਾਈ ਸ਼ੁਰੂ ਕਰਾ ਦਿੱਤੀ। ਹੁਣ ਇੰਨੀਆਂ ਕੁ ਚੀਜ਼ਾਂ ਜਿਹੜੀਆਂ ਨੇ ਉਹ ਜਿਆਣੀ ਸਾਹਿਬ ਦੇ ਹਿੱਸੇ ਆਉਂਦੀਆਂ, ਉਹਨਾਂ ਦੀਆਂ ਪ੍ਰਾਪਤੀਆਂ ਵਾਲੇ ਪੋਸਟਰ ਦੇ ਉੱਤੇ ਲਿਖੀਆਂ ਜਾ ਸਕਦੀਆਂ। ਪਰ ਇਹਦਾ ਮਤਲਬ ਇਹ ਨਹੀਂ ਕਿ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਤਕਰੀਬਨ ਉਹ ਸਾਰੀਆਂ ਸਮੱਸਿਆਵਾਂ ਹੱਲ ਕਰਨ 'ਚ ਜਿਆਣੀ ਸਾਹਿਬ ਕਾਮਯਾਬ ਰਹੇ, ਜਿਹਨਾਂ ਦਾ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ। ਗਲੀਆਂ ਨਾਲੀਆਂ ਵੀ ਬਹੁਤਾ ਲੰਬਾ ਸਮਾਂ ਟੁੱਟੀਆਂ ਰਹੀਆਂ, ਹੁਣ ਆਖਰੀ ਮੌਕੇ ਦੇ ਉੱਤੇ ਆ ਕੇ ਬਣਨ ਲੱਗੀਆਂ। ਇਸੇ ਤਰ੍ਹਾਂ ਨਵੋਦਿਆ ਸਕੂਲ ਭਾਵੇਂ ਮਨਜ਼ੂਰ ਹੋ ਗਿਆ ਪਰ ਅਜੇ ਤੱਕ ਉਹਦੀ ਉਸਾਰੀ ਸ਼ੁਰੂ ਨਹੀਂ ਹੋਈ। ਉੱਚ ਸਿੱਖਿਆ ਦਾ ਹਲਕੇ ਦੇ ਵਿੱਚ ਬੁਰਾ ਹਾਲ ਹੈ, ਕੋਈ ਵੱਡਾ ਕਾਲਜ ਜਾਂ ਯੂਨੀਵਰਸਿਟੀ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਅਜੇ ਤੱਕ ਨਹੀਂ, ਤੇ ਜਿਹੜੇ ਵਿਦਿਆਰਥੀ 12ਵੀਂ ਜਮਾਤ ਪਾਸ ਕਰ ਲੈਂਦੇ ਆ ਉਹਨਾਂ ਨੂੰ ਫਿਰ ਉੱਚ ਸਿੱਖਿਆ ਦੇ ਲਈ ਦੂਜੇ ਵਿਧਾਨ ਸਭਾ ਹਲਕਿਆਂ ਦਾ ਰੁੱਖ ਜਿਹੜਾ ਉਹ ਕਰਨਾ ਪੈਂਦਾ। ਰੁਜ਼ਗਾਰ ਦੇ ਟਵਾਣਾ ਸਾਹਿਬ ਕਾਫੀ ਮਾੜੇ ਹਾਲ ਨੇ ਕਿਉਂਕਿ ਸਰਹੱਦੀ ਇਲਾਕਿਆਂ ਦੇ ਵਿੱਚ ਵੈਸੇ ਵੀ ਕੋਈ ਇਨਵੈਸਟਮੈਂਟ ਕਰਨ ਨੂੰ ਤਿਆਰ ਨਹੀਂ ਹੁੰਦਾ। ਬਿਲਕੁਲ ਇਸੇ ਤਰੀਕੇ ਦੇ ਨਾਲ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਕੋਈ ਬਹੁਤਾ ਵੱਡਾ ਉਦਯੋਗ ਲਵਾਉਣ ਦੇ ਵਿੱਚ ਸੁਰਜੀਤ ਜਿਆਰੀ ਹੋਰੀ ਬੁਰੀ ਤਰ੍ਹਾਂ ਜਿਹੜੇ ਅਸਫਲ ਰਹੇ ਨੇ, ਤੇ ਨਾਲ ਦੀ ਨਾਲ ਲੰਬੇ ਸਮੇਂ ਤੋਂ ਇੱਕ ਮੰਗ ਜਿਹੜੀ ਹੈ ਉਹ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਹੈ ਕਿ ਸਾਨੂੰ ਕੇਂਦਰ ਸਰਕਾਰ ਕੋਈ ਵਿਸ਼ੇਸ਼ ਪੈਕੇਜ ਦੇਵੇ। ਸਾਡੇ ਕੋਲ ਕੰਮ ਕਰਨ ਦੇ ਲਈ ਕੋਈ ਉਦਯੋਗ ਨਹੀਂ, ਸਾਡੇ ਕੋਲ ਕੋਈ ਬਹੁਤੀਆਂ ਨੌਕਰੀਆਂ ਨਹੀਂ, ਸਾਡੀ ਖੇਤੀਬਾੜੀ ਜਿਹੜੀ ਸਰਹੱਦੋਂ ਪਾਰ ਰਹਿ ਗਈ ਤਾਰੋਂ ਪਾਰ ਰਹਿ ਗਈ ਹੈ ਉੱਥੇ ਕੰਮ ਕਰਨ ਦੇ ਲਈ ਸਾਡੇ ਕੋਲ ਕੋਈ ਜੁਗਾੜ ਨਹੀਂ, ਸਾਡੀ ਆਮਦਨ ਵਿੱਚ ਬਹੁਤ ਘਾਟਾ ਹੁੰਦਾ ਹੈ। ਪਰ ਫਿਰ ਵੀ ਇਹਨਾਂ ਸਰਹੱਦੀ ਇਲਾਕੇ ਦੇ ਲੋਕਾਂ ਦੇ ਲਈ ਜਿਆਣੀ ਸਾਹਿਬ ਆਪਣੀ ਹੀ ਪਾਰਟੀ ਦੀ ਕੇਂਦਰ ਸਰਕਾਰ ਤੋਂ ਕੋਈ ਖਾਸ ਪੈਕੇਜ ਨਹੀਂ ਲਿਆ ਸਕੇ, ਇਸ ਗੱਲ ਦਾ ਰੋਸਾ ਜਿਹੜਾ ਲੋਕਾਂ ਨੂੰ ਜਿਆਣੀ ਸਾਹਿਬ ਦੇ ਨਾਲ ਜ਼ਰੂਰ ਹੋਏਗਾ। ਹੁਣ ਬੱਸ ਸਟੈਂਡ ਦਾ ਨਿਰਮਾਣ ਜਿਹੜਾ ਸੀ ਉਹ ਝਗੜੇ ਦੇ ਕਰਕੇ ਲਟਕ ਗਿਆ, ਅਦਾਲਤੀ ਮੁੱਦਿਆਂ ਦੇ ਵਿੱਚ ਫਸ ਗਿਆ। ਇਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਨੇ, ਜਿਵੇਂ ਹੋਸਪਿਟਲ ਦੇ ਵਿੱਚ ਡਾਕਟਰਾਂ ਦੀ ਅਜੇ ਵੀ ਘਾਟ ਹੈ, ਬਹੁਤ ਸਾਰੇ ਸਕੂਲਾਂ ਦੇ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ। ਸੋ ਇਹ ਸਾਰੇ ਮਸਲੇ ਜਿਹੜੇ ਹੈ ਉਹਨਾਂ ਦਾ ਸਾਹਮਣਾ ਜਦੋਂ ਲੋਕਾਂ ਦੀ ਕਚਹਿਰੀ ਦੇ ਵਿੱਚ ਸੁਰਜੀਤ ਜਿਆਣੀ ਕੈਬਨਿਟ ਮੰਤਰੀ ਸਾਹਿਬ ਨੇ ਜਾਣਾ ਹੈ ਤਾਂ ਉਦੋਂ ਉਹਨਾਂ ਨੂੰ ਕਰਨਾ ਜ਼ਰੂਰ ਪਏਗਾ, ਉਹ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਮੂੰਹ ਨਹੀਂ ਮੋੜ ਸਕਦੇ। ਹੁਣ ਸੁਰਜੀਤ ਜਿਆਣੀ ਹੋਰਾਂ ਨੂੰ ਇੱਕ ਹੋਰ ਬਹੁਤ ਵੱਡੀ ਚੁਣੌਤੀ ਟਵਾਣਾ ਸਾਹਿਬ ਜਿਹੜੀ ਸਾਹਮਣੇ ਆਉਣੀ ਹੈ ਉਹ ਨੋਟਬੰਦੀ ਦੇ ਕਰਕੇ ਪੈਦਾ ਹੋਏ ਹਾਲਾਤਾਂ ਕਰਕੇ ਆਉਣੀ ਹੈ, ਕਿਉਂਕਿ ਬੈਂਕਾਂ ਥੋੜੀਆਂ ਹੀ ਨੇ ਇੱਥੇ ਤੇ ਸਰਹੱਦੀ ਲੋਕਾਂ ਨੂੰ ਆਪਣੇ ਹੀ ਪੈਸੇ ਕਢਵਾਉਣ ਦੇ ਲਈ ਜਦੋਂ ਸਾਰਾ ਸਾਰਾ ਦਿਨ ਕਤਾਰਾਂ ਦੇ ਵਿੱਚ ਲੱਗਣਾ ਪੈਂਦਾ ਤਾਂ ਕਿਤੇ ਨਾ ਕਿਤੇ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਬਣੇ ਇਹਨਾਂ ਹਾਲਾਤਾਂ ਦੇ ਕਰਕੇ ਜਿਆਣੀ ਸਾਹਿਬ ਨੂੰ ਇਹ ਸੀਟ ਦੁਬਾਰਾ ਜਿੱਤਣੀ ਜਿਹੜੀ ਔਖੀ ਹੋ ਸਕਦੀ ਹੈ। ਘੁਬਾਇਆ ਪਰਿਵਾਰ ਦਾ ਕੀ ਰੁੱਖ ਰਹਿੰਦਾ ਹੈ ਉਹ ਵੀ ਇਸ ਵਿਧਾਨ ਸਭਾ ਹਲਕੇ ਦਾ ਲੇਖਾ ਜੋਖਾ ਤੈਅ ਕਰਨ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਰੋਲ ਅਦਾ ਕਰੇਗਾ, ਤੇ ਨਾਲ ਦੀ ਨਾਲ ਰੌਕੀ ਦੀ ਭੈਣ ਜੇ ਉਮੀਦਵਾਰ ਬਣਦੀ ਹੈ ਤਾਂ ਹਮਦਰਦੀ ਵੋਟਾਂ ਦਾ ਲਾਹਾ ਚੱਕਣ 'ਚ ਕਿੰਨਾ ਕੁ ਕਾਮਯਾਬ ਰਹਿੰਦੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਇਹ ਸਰਹੱਦੀ ਵਿਧਾਨ ਸਭਾ ਹਲਕਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਿਹੜੇ ਕਿਹੜੇ ਨਵੇਂ ਸਿਆਸੀ ਰੰਗ ਵਿਖਾਏਗਾ। ਬਾਟ ਸਾਹਿਬ ਫਾਜ਼ਿਲਕਾ ਘੁੰਮ ਰਹੇ ਹੋ, ਨਾਲ ਨਾਲ ਘੁਬਾਇਆ ਤੇ ਵੀ ਗੱਲ ਘੁਮਾ ਦਿਓ। ਤੇ ਨਾਲ ਦੀ ਨਾਲ ਟਵਾਣਾ ਸਾਹਿਬ ਜੀ ਘੁਬਾਇਆ ਸਾਹਿਬ ਦੀ ਗੱਲ ਚੱਲੀ ਸੀ ਤਾਂ ਹੁਣ ਇੱਕ ਵਾਰੀ ਫਿਰ ਗੱਲ ਕਰ ਲੈਂਦੇ ਹਾਂ ਕਿ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਨੇ, ਚਾਹੇ ਜਲਾਲਾਬਾਦ ਹਲਕੇ ਤੋਂ ਅਕਾਲੀ ਦਲ ਨੇ ਉਹਨਾਂ ਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਜਿੱਤ ਕੇ ਵਿਖਾਈ, ਭਾਵੇਂ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਜਿੱਤ ਕੇ ਵਿਖਾਇਆ। ਰਾਏ ਸਿੱਖ ਬਰਾਦਰੀ ਦੇ ਵਿੱਚ ਉਹਨਾਂ ਦਾ ਚੰਗਾ ਪ੍ਰਭਾਵ ਹੈ, ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਤੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਘਟਿਆ ਵਾਪਰਿਆ। ਇੱਕ ਦਿਨ ਤਾਂ ਲੱਗਾ ਸੀ ਕਿ ਭਾਈ ਹੁਣ 10-12 ਘੰਟੇ ਦੀ ਖੇਡ ਹੈ, ਸ਼ੇਰ ਸਿੰਘ ਘੁਬਾਇਆ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਜਾਣਗੇ, ਪਰ ਆਖਰੀ ਮੌਕੇ ਤੇ ਆ ਕੇ ਬ੍ਰੇਕਾਂ ਲੱਗ ਗਈਆਂ, ਤੇ ਬ੍ਰੇਕਾਂ ਲੱਗਣ ਤੋਂ ਪਹਿਲਾਂ ਇੱਕ ਤਾਂ ਉਹਨਾਂ ਦੇ ਇੰਜੀਨੀਅਰਿੰਗ ਕਾਲਜ ਦੇ ਉੱਤੇ ਛਾਪਾ ਪੈ ਗਿਆ ਸੀ, ਤੇ ਵਿਜੀਲੈਂਸ ਬਿਊਰੋ ਦੇ ਕੁਝ ਇੱਕ ਅਧਿਕਾਰੀਆਂ ਦੇ ਇਸ ਛਾਪੇ ਤੋਂ ਲੱਗਦਾ ਸੀ ਕਿ ਭਾਈ SC ST ਵਿਦਿਆਰਥੀਆਂ ਦਾ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਵਜ਼ੀਫਾ ਆਉਂਦਾ ਹੈ ਉਸ ਮੁੱਦੇ ਤੇ ਕਿਤੇ ਘੁਬਾਇਆ ਸਾਹਿਬ ਦਾ ਕੋਈ ਪਰਿਵਾਰ ਜਿਹੜਾ ਕਾਨੂੰਨੀ ਤੌਰ ਤੇ ਟੰਗਿਆ ਨਾ ਜਾਵੇ। ਫਿਰ ਉਹਨਾਂ ਦੀ ਧਰਮ ਪਤਨੀ ਜਿਹੜੀ ਹੈ ਉਹਨਾਂ ਦਾ ਨਾਮ 8 ਕਰੋੜ ਰੁਪਈਏ ਦੇ ਅਨਾਜ ਘੁਟਾਲੇ ਦੇ ਵਿੱਚ ਬੋਲਿਆ ਕਿ ਭਾਈ ਇਹਦੇ ਉੱਤੇ FIR ਦਰਜ ਕਰ ਦਿਓ, ਹਾਲਾਂਕਿ ਮਾਮਲਾ ਕਈ ਸਾਲ ਪਹਿਲਾਂ ਦਾ ਸੀ, ਉਦੋਂ ਸਰਕਾਰਾਂ ਨੂੰ ਚੇਤਾ ਨਹੀਂ ਆਇਆ, ਤੇ ਹੁਣ ਤਕਰੀਬਨ 1.5 ਹਫ਼ਤੇ ਦੀ ਚੁੱਪੀ ਤੋਂ ਬਾਅਦ ਕਿਉਂਕਿ ਘੁਬਾਇਆ ਸਾਹਿਬ ਨੇ ਕਹਿ ਦਿੱਤਾ ਸੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਮੀਟਿੰਗ ਕਰਕੇ ਕਿ ਭਾਈ ਸਾਡਾ ਪਰਿਵਾਰ ਅਕਾਲੀ ਦਲ ਦੇ ਵਿੱਚ ਤੇ ਅਕਾਲੀ ਦਲ ਦੇ ਵਿੱਚ ਰਹੇਗਾ, ਕੁਝ ਇੱਕ ਉਹ ਲੋਕ ਅਫਵਾਹਾਂ ਫੈਲਾ ਰਹੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਮੇਰੀ ਸ਼ਮੂਲੀਅਤ ਜਿਹੜੀ ਹੈ, ਮੇਰੀ ਹਾਜ਼ਰੀ ਜਿਹੜੀ ਹੈ, ਮਹੱਤਵਪੂਰਨ ਸਥਿਤੀ ਹੈ, ਉਹਨੂੰ ਝੱਲ ਨਹੀਂ ਪਾ ਰਹੇ। ਪਰ ਹੁਣ ਸ਼ੇਰ ਸਿੰਘ ਘੁਬਾਇਆ ਨੇ
ਫਾਜ਼ਿਲਕਾ ਦੇ ਵਿੱਚ ਇੱਕ ਹੋਰ ਅਹਿਮ ਬਿਆਨ ਦੇ ਦਿੱਤਾ ਜਿਹਦੇ ਤੋਂ ਪਤਾ ਲੱਗਦਾ ਕਿ ਸਿਆਸੀ ਤੌਰ ਤੇ ਉਥਲ ਪੁਥਲ ਜਿਹੜੀ ਹੈ ਇਸ ਹਲਕੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਏਗੀ ਜ਼ਰੂਰ। ਸ਼ੇਰ ਸਿੰਘ ਘੁਬਾਇਆ ਹੋਰਾਂ ਨੇ ਕਹਿ ਦਿੱਤਾ, ਕਹਿੰਦੇ ਮੈਂ ਅਕਾਲੀ ਦਲ ਦੇ ਵਿੱਚ ਹਾਂ ਅਤੇ ਅਕਾਲੀ ਦਲ ਦੇ ਵਿੱਚ ਹੀ ਰਹੂੰਗਾ, ਕਿਤੇ ਨਹੀਂ ਚੱਲਿਆ। ਪਰ ਨਾਲ ਦੀ ਨਾਲ ਉਹ ਕਹਿੰਦੇ ਕਿ ਮੇਰਾ ਪੁੱਤਰ ਦਵਿੰਦਰ ਸਿੰਘ ਘੁਬਾਇਆ ਉਹਨਾਂ ਨੂੰ ਕਾਂਗਰਸ ਦੀ ਟਿਕਟ ਕਹਿੰਦੇ ਮਿਲ ਸਕਦੀ ਹੈ। ਕਾਂਗਰਸ ਦੀ ਟਿਕਟ ਕਹਿੰਦੇ ਤਾਂ ਮਿਲਣੀ ਹੈ ਜੇ ਉਹ ਕਾਂਗਰਸ 'ਚ ਜਾਏਗਾ, ਅਤੇ ਜੇ ਕਾਂਗਰਸ ਪਾਰਟੀ ਨੂੰ ਉੱਤੇ ਯਕੀਨ ਹੋਏਗਾ ਕਿ ਬੰਦਾ ਸੀਟ ਜਿੱਤ ਕੇ ਝੋਲੀ ਪਾ ਸਕਦਾ ਤਾਂ ਕਾਂਗਰਸ ਦੀ ਟਿਕਟ ਉਹਨੂੰ ਮਿਲ ਵੀ ਸਕਦੀ। ਕਰ ਕਹਿੰਦੇ ਉਹਦਾ ਫੈਸਲਾ ਵੱਖਰਾ ਅਤੇ ਮੇਰਾ ਆਪਣਾ ਫੈਸਲਾ ਜਿਹੜਾ ਉਹ ਵੱਖਰਾ ਹੈ। ਪਰ ਪੁੱਤਰ ਨੂੰ ਜੇ ਟਿਕਟ ਮਿਲੇਗੀ ਤਾਂ ਕੀ ਸ਼ੇਰ ਸਿੰਘ ਘੁਬਾਇਆ ਉਹਦੀ ਮਦਦ ਨਹੀਂ ਕਰਨਗੇ? ਅਤੇ ਜਦੋਂ ਪੱਤਰਕਾਰਾਂ ਨੇ ਇਹੀ ਸਵਾਲ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਪੁੱਛਿਆ, ਉਹਨਾਂ ਨੇ ਨਾ ਹਾਂ ਕੀਤੀ ਅਤੇ ਨਾ ਹਾਂ ਕੀਤੀ, ਕੇਵਲ ਮੁਸਕਰਾ ਕੇ ਆਪਣੀ ਗੱਡੀ ਦੇ ਵਿੱਚ ਬਹਿ ਗਏ। ਪਰ ਇੱਕ ਗੱਲ ਪੱਕੀ ਹੈ, ਜੇ ਅਕਾਲੀ ਦਲ ਨੇ 2-4 ਦਿਨਾਂ ਦੇ ਵਿੱਚ ਵਿੱਚ ਸ਼ੇਰ ਸਿੰਘ ਘੁਬਾਇਆ ਦੇ ਪਰਿਵਾਰ ਨੂੰ ਵਿਧਾਨ ਸਭਾ ਦੀ 1 ਸੀਟ ਤੋਂ ਉਮੀਦਵਾਰ ਨਾ ਬਣਾਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਦਲ ਬਦਲੀ ਜਿਹੜੀ ਹੈ ਉਹ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਸਕਦੀ ਹੈ। ਅਤੇ ਸ਼ਾਇਦ ਇਸੇ ਕਰਕੇ ਕਿ ਰਾਏ ਸਿੱਖ ਬਰਾਦਰੀ ਅਕਾਲੀ ਦਲ ਦੇ ਨਾਲ ਸ਼ੇਰ ਸਿੰਘ ਘੁਬਾਇਆ ਦੇ ਕਰਕੇ ਜੁੜੀ ਰਹਿੰਦੀ ਹੈ ਜਾਂ ਕਾਂਗਰਸ ਪਾਰਟੀ ਵੱਲ ਝੁਕਦੀ ਹੈ, ਇਸ ਗੱਲ ਨੂੰ ਜਾਣਨ ਦੇ ਲਈ ਅਜੇ ਤੱਕ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਆਪਣੀ ਉਮੀਦਵਾਰੀ ਦਾ ਵੀ ਐਲਾਨ ਜਿਹੜਾ ਉਹ ਨਹੀਂ ਕੀਤਾ। ਬਟ ਸਾਹਿਬ, ਉੱਧਰ ਸੁਣਿਆ ਕਿ ਹਾਈ ਕੋਰਟ ਨੇ ਕਾਫੀ ਜਿਹੜੀ ਝਾੜ ਚੰਮ ਕੀਤੀ ਹੈ ਸੂਬਾ ਸਰਕਾਰ ਦੀ, ਪੰਜਾਬ ਸਰਕਾਰ ਦੀ ਕਈ ਮਾਮਲੇ ਨੂੰ ਲੈ ਕੇ। ਹਾਈ ਕੋਰਟ ਜਿਹੜੀ ਹੈ ਉਹ ਪੰਜਾਬ ਸਰਕਾਰ ਨੂੰ ਲਗਾਤਾਰ ਝਟਕੇ ਤੇ ਝਟਕਾ ਠਾ ਝਟਕਾ ਦਿੰਦੀ ਜਾ ਰਹੀ ਹੈ। ਲੰਬੇ ਸਮੇਂ ਤੋਂ ਮੋਬਾਈਲ ਟਾਵਰ ਦੇ ਉੱਤੇ ਚੜੇ ਹੋਏ ਨੇ ETT ਦੇ ਬੇਰੁਜ਼ਗਾਰ ਅਧਿਆਪਕ, ਤੇ ਪੰਜਾਬ ਸਰਕਾਰ ਇਹਨਾਂ ਨੂੰ ਨੌਕਰੀਆਂ ਦੇਵੇਗੀ ਜਾਂ ਨਹੀਂ ਦੇਵੇਗੀ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਨਹੀਂ ਮੰਨੀਆਂ ਜਾਣਗੀਆਂ, ਇਹਦੇ ਬਾਰੇ ਸਥਿਤੀ ਬਿਲਕੁਲ ਸਪਸ਼ਟ ਨਹੀਂ। ਪਰ ਹੁਣ ਵਾਰ ਵਾਰ ਇਹਨਾਂ ਅਧਿਆਪਕਾਂ ਦੇ ਕਰਕੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਸਖ਼ਤ ਟਿੱਪਣੀਆਂ ਜਿਹੜੀਆਂ ਉਹ ਸੁਣਨੀਆਂ ਪੈ ਰਹੀਆਂ। ਸਰਕਾਰ ਨੂੰ ਲਗਾਤਾਰ 3 ਦਿਨ ਜਿਹੜੀ ਉਹ ਝਾੜ ਪਈ ਹਾਈ ਕੋਰਟ ਤੋਂ, ਤੇ ਹੁਣ ਆਖਰੀ ਝਾੜ ਇਹ ਪਈ ਹੈ ਸਰਕਾਰ ਨੂੰ। ਹਾਈ ਕੋਰਟ ਨੇ ਇਹ ਗੱਲ ਆਖ ਦਿੱਤੀ ਕਿ ਤੁਸੀਂ ਜਾਣ ਬੁੱਝ ਕੇ ਇਹਨਾਂ ਯੋਗਤਾ ਪ੍ਰਾਪਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਵਿੱਚ ਦੇਰੀ ਕਰ ਰਹੇ ਹੋ। ਕਈ ਸਵਾਲ ਪੁੱਛ ਲੈ, ਹੁਣ ਹਾਈ ਕੋਰਟ ਨੇ ਪੁੱਛ ਲਿਆ ਪੰਜਾਬ ਸਰਕਾਰ ਨੂੰ ਸੁਣਵਾਈ ਦੇ ਦੌਰਾਨ, ਕਹਿੰਦੇ ਕਿ ਤੁਹਾਨੂੰ ਨਹੀਂ ਪਤਾ ਕਿ ਸੂਬੇ ਦੇ ਵਿੱਚ ਕਿੰਨੇ ਕਾਬਲ ਬੇਰੁਜ਼ਗਾਰ ਨੌਜਵਾਨ ਆ ਜਿਹਨਾਂ ਦੇ ਕੋਲ ਪੂਰੀ ਯੋਗਤਾ ਜਿਹੜੇ ਨੌਕਰੀ ਲੱਗਣ ਦੇ ਸਮਰੱਥ ਆ, ਕੀ ਤੁਹਾਨੂੰ ਪਤਾ ਨਹੀਂ? ਤੇ ਨਾਲ ਦੀ ਨਾਲ ਇਹ ਵੀ ਹਾਈਕੋਰਟ ਨੇ ਕਹਿ ਦਿੱਤਾ ਕਿ ਜਦੋਂ ਬਹੁਤ ਸਾਰੇ ਨੌਜਵਾਨ ਜਿਹੜੇ ਯੋਗਤਾ ਪ੍ਰਾਪਤ ਨੇ ਨੌਕਰੀ ਲੈਣ ਦੇ ਸਮਰੱਥ ਨੇ, ਤੁਸੀਂ ਉਹਨਾਂ ਨੂੰ ਨੌਕਰੀ ਦਿੰਦੇ ਕਿਉਂ ਨਹੀਂ ਜਦਕਿ ਤੁਹਾਡੇ ਕੋਲ ਸੈਂਕੜੇ ਅਸਾਮੀਆਂ ਵੱਖ ਵੱਖ ਵਿਭਾਗਾਂ ਦੇ ਵਿੱਚ ਖਾਲੀ ਪਈਆਂ, ਕਿਉਂ ਨਹੀਂ ਭਰ ਰਹੇ ਸਾਨੂੰ ਜਰਾ ਦੱਸਿਓ ਤਾਂ ਸਹੀ ਖੋਲ ਕੇ। ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਮੁੱਦਾ ਚੱਕ ਲਿਆ, ਕਹਿੰਦੇ ਸਰਕਾਰ ਤੋਂ ਜਦੋਂ ਜਵਾਬ ਪੁੱਛਦੇ ਆ ਕੇ ਇੱਕ ਪੇਪਰ ਮੋਹਰੇ ਰੱਖ ਦਿੰਦੇ ਕਿ ਆਹ ਦੇਖੋ ਜੀ ਰਾਖਵੀਆਂ ਸੀਟਾਂ ਨੇ ਬਹੁਤੀਆਂ ਖਾਲੀ, ਸਾਨੂੰ ਉਹਨਾਂ ਦੇ ਉੱਤੇ ਉਮੀਦਵਾਰ ਨਹੀਂ ਲੱਭੇ, ਉਹਨਾਂ 'ਤੇ ਅਸੀਂ ਐਡਵਰਟਾਈਜ਼ਮੈਂਟ ਦਿੰਦੇ ਹਾਂ ਅਤੇ ਸਾਨੂੰ ਕੋਈ ਅਰਜ਼ੀ ਨਹੀਂ ਆਉਂਦੀ। ਅਤੇ ਹਾਈਕੋਰਟ ਨੇ 2006 ਦੇ ਇੱਕ ਨਿਯਮ ਦਾ ਹਵਾਲਾ ਦੇ ਦਿੱਤਾ, ਉਹ ਕਹਿੰਦੇ ਆ ਵੇਖੋ 2006 ਦਾ ਨਿਯਮ, ਇਹਦੇ ਮੁਤਾਬਕ ਰਾਖਵੀਆਂ ਸੀਟਾਂ ਜਿਹੜੀਆਂ ਨੇ ਜੇ ਉਹ ਨਹੀਂ ਭਰੀਆਂ ਜਾਂਦੀਆਂ, ਇੱਕ ਵਾਰੀ ਐਡਵਰਟਾਈਜ਼ਮੈਂਟ ਦਿਓ, ਦੂਸਰੀ ਵਾਰੀ ਦਿਓ, ਅਤੇ ਤੀਸਰੀ ਵਾਰੀ ਤੁਸੀਂ ਉਹਨਾਂ ਨੂੰ ਜਨਰਲ ਦੇ ਵਿੱਚ ਕਨਵਰਟ ਕਰੋ ਕਿ ਭਾਈ ਜੇ ਕਿਸੇ ਜਾਤੀ ਵਿਸ਼ੇਸ਼ਤਾ ਉਮੀਦਵਾਰ ਨਹੀਂ ਲੱਭਦਾ ਆਪਾਂ ਖਾਲੀ ਥੋੜ੍ਹੀ ਰੱਖਣੀ ਅਸਾਮੀ, ਅਸੀਂ ਲੋਕਾਂ ਨੂੰ ਸਰਵਿਸ ਦੇਣੀ ਆ, ਅਸਾਮੀ ਭਰੀ ਹੋਣੀ ਚਾਹੀਦੀ ਹੈ। ਅਤੇ ਉਹਦੇ ਲਈ ਕਹਿੰਦੇ ਫਿਰ ਤੁਸੀਂ ਸਿੱਧੇ ਤੌਰ ਦੇ ਉੱਤੇ ਕੰਪੀਟੀਸ਼ਨ ਕਰਾ ਕੇ ਉਹ ਅਸਾਮੀ ਕਿਉਂ ਨਹੀਂ ਭਰਦੇ, ਤੁਸੀਂ ਨਿਯੁਕਤੀ ਪੱਤਰ ਦੇਣ ਦੇ ਵਿੱਚ ਇਸ ਤਰੀਕੇ ਜਾਣ ਬੁੱਝ ਕੇ ਦੇਰੀ ਕਿਉਂ ਕਰ ਰਹੇ ਹੋ? ਅਤੇ ਨਾਲ ਦੀ ਨਾਲ ਹਾਈਕੋਰਟ ਨੇ ਇਹ ਵੀ ਆਖ ਦਿੱਤਾ, ਉਹ ਕਹਿੰਦੇ ਕਿ ਤੁਸੀਂ ਜਿਹੜੀ ਭਰਤੀ ਯੋਜਨਾ ਚਲਾਈ ਹੋਈ ਹੈ ਪੰਜਾਬ ਸਰਕਾਰ ਨੇ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ, ਤੁਸੀਂ ਸਾਨੂੰ ਫਾਈਲ ਲਿਆ ਕੇ ਦਿਓ, ਅਸੀਂ ਵੇਖਣਾ ਚਾਹੁੰਦੇ ਹਾਂ ਕਿ ਤੁਸੀਂ ਕਿੰਨੀ ਕੁ ਗੰਭੀਰਤਾ ਦੇ ਨਾਲ ਇਹਨਾਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ। ਅਤੇ ਸਰਕਾਰ ਨੂੰ ਇਹ ਵੀ ਆਖ ਦਿੱਤਾ ਕਿ ਤੁਸੀਂ ਜਿਸ ਰਫ਼ਤਾਰ ਦੇ ਨਾਲ ਭਰਤੀ ਕਰ ਰਹੇ ਹੋ ਸਾਨੂੰ ਨਹੀਂ ਲੱਗਦਾ ਕਿ 1 ਸਾਲ ਦੇ ਵਿੱਚ ਇਹ ਪ੍ਰਕਿਰਿਆ ਮੁਕੰਮਲ ਹੋਏਗੀ, ਤੁਸੀਂ ਬਹੁਤ ਲੰਬਾ ਸਮਾਂ ਲਾਉਣਾ। ਅਤੇ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਜੇ ਤੁਸੀਂ ਨਿਯੁਕਤੀਆਂ ਨਹੀਂ ਕਰ ਸਕਦੇ ਇਹ ਸਾਰਾ ਕੰਮ ਸਾਨੂੰ ਦੇ ਦਿਓ, ਅਸੀਂ ਵੈਸੇ ਵੀ ਪਹਿਲਾਂ ਬਹੁਤ ਸਾਰੀਆਂ ਨਿਯੁਕਤੀਆਂ ਕਰਦੇ ਹਾਂ ਅਤੇ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਭਾਗ ਦੀਆਂ ਇਹਨਾਂ ਨਿਯੁਕਤੀਆਂ ਨੂੰ ਵੀ ਅਸੀਂ ਆਪ ਕਰ ਸਕਦੇ ਹਾਂ। 20 ਦਸੰਬਰ ਨੂੰ ਜਾਣੀ ਕਿ ਕੱਲ੍ਹ ਨੂੰ ਟਵਾਣਾ ਸਾਹਿਬ ਅਗਲੀ ਸੁਣਵਾਈ ਹੈ, ਵੇਖਦੇ ਹਾਂ ਕਿ ਪੰਜਾਬ ਸਰਕਾਰ ਲਿਖਤੀ ਰੂਪ ਦੇ ਵਿੱਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਇਹਨਾਂ ਸਾਰੇ ਸਵਾਲਾਂ ਦਾ ਇਸ ਸਾਰੀ ਝਾੜ ਦਾ ਜਵਾਬ ਕੀ ਦਿੰਦੀ ਹੈ। ਪਰ 1.5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਚੰਡੀਗੜ੍ਹ ਭਵਨ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਦੋ ਜਿਹੜੇ ਬੇਰੁਜ਼ਗਾਰ ETT ਅਧਿਆਪਕ ਨੇ ਮੋਬਾਈਲ ਟਾਵਰ ਦੇ ਉੱਤੇ ਚੜੇ ਹੋਏ ਨੇ, ਧੁੰਦ ਦਾ ਪੂਰਾ ਪੂਰਾ ਕਹਿਰ ਹੈ, ਠੰਡੀਆਂ ਹਵਾਵਾਂ ਚੱਲ ਰਹੀਆਂ ਨੇ, ਸ਼ੀਤ ਲਹਿਰ ਦਾ ਪ੍ਰਕੋਪ ਸਿਖਰਾਂ 'ਤੇ ਹੈ, ਪਰ ਅਜੇ ਤੱਕ ਵੀ ਪੰਜਾਬ ਸਰਕਾਰ ਅਸਾਮੀਆਂ ਖਾਲੀ ਪਈਆਂ ਹੋਣ ਦੇ ਬਾਵਜੂਦ ਵੀ ਇਹਨਾਂ ਯੋਗਤਾ ਪ੍ਰਾਪਤ ਅਧਿਆਪਕਾਂ ਨੂੰ ਉਹਨਾਂ ਦੀਆਂ ਨੌਕਰੀਆਂ ਦੇਣ ਦੇ ਵਿੱਚ ਜਿਹੜੀ ਉਹ ਕਾਮਯਾਬ ਨਹੀਂ ਰਹੀ। ਸੋ ਵੇਖਦੇ ਹਾਂ ਜੀ ਕਿ ਹਾਈਕੋਰਟ ਦੀ ਇਸ ਝਾੜ ਤੋਂ ਬਾਅਦ ਪੰਜਾਬ ਸਰਕਾਰ ਇਸ ਮੁੱਦੇ ਦੇ ਉੱਤੇ ਫੈਸਲਾ ਕੀ ਲੈਂਦੀ ਹੈ।
ਵਟਸਐਪ ਪੋਹ ਦਾ ਮਹੀਨਾ ਚੱਲ ਗਿਆ, ਕਿਸਾਨੀ ਕਹਿਰ ਦੀ ਕੀ ਕਹਾਣੀ ਹੈ? ਹੁਣ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ 4 ਕਿਸਾਨ ਆਤਮ ਹੱਤਿਆ ਕਰ ਗਏ। ਕਾਰਨ ਘਰੇਲੂ ਵੀ ਹੋ ਸਕਦੇ ਆ, ਪਰ ਘਰੇਲੂ ਕਾਰਨਾਂ ਦੇ ਨਾਲ ਨਾਲ ਕਿਸਾਨਾਂ ਦੀ ਜਿਹੜੀ ਆਰਥਿਕ ਸਥਿਤੀ ਦਾ ਮੰਦੜਾ ਹੋਣਾ, ਖੇਤੀਬਾੜੀ ਦੇ ਵਿੱਚ ਲਾਗਤਾਂ ਦਾ ਵੱਧ ਹੋਣਾ ਤੇ ਆਮਦਨ ਦਾ ਘੱਟ ਹੋਣਾ, ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਕਿਸਾਨਾਂ ਦੇ ਸਿਰ ਕਰਜ਼ਾ ਚੜਿਆ ਹੋਇਆ, ਅਜੇ ਤੱਕ ਵੀ ਕਰਜ਼ਾ ਨਿਬੇੜੂ ਜਿਹੜਾ ਕਾਨੂੰਨ ਹੈ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ। ਇਸ ਕਰਕੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਵੋਟਾਂ ਲੈਣ ਦੇ ਲਈ ਹਰ ਇੱਕ ਪਾਰਟੀ ਕਾਹਲੀ ਆ, ਪਰ ਕਿਸਾਨਾਂ ਨੂੰ ਇਹਨਾਂ ਮੁਸੀਬਤਾਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਕਿਸੇ ਵੀ ਪਾਰਟੀ ਨੇ ਅਜੇ ਤੱਕ ਸਿਹਰ ਦੇ ਯਤਨ ਨਹੀਂ ਕੀਤਾ। ਜਿਹੜਾ ਵੀ ਆਉਂਦਾ ਆ ਕੇ ਇਹੀ ਆਖੀ ਜਾਂਦਾ, ਸਰਕਾਰ ਬਣਾ ਦਿਓ ਤੁਹਾਡੇ ਕਰਜ਼ੇ ਮਾਫ਼ ਕਰ ਦਿਆਂਗੇ, ਪਰ ਕਰਜ਼ੇ ਕਿਵੇਂ ਮਾਫ਼ ਕਰਨੇ ਆ ਇਹਦੇ ਸੰਬੰਧੀ ਕੋਈ ਵੀ ਪਾਰਟੀ ਅਜੇ ਤੱਕ ਆਪਣੀ ਨੀਤੀ ਜਿਹੜੀ ਹੈ ਉਹਦਾ ਐਲਾਨ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ। ਹੁਣ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵਾਂ ਨੇ ਕਿਸਾਨਾਂ ਦੇ ਘਰੀਂ ਜਾ ਕੇ ਮੰਡੀਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਰਸੀਦਾਂ ਦਿੱਤੀਆਂ ਸੀ। ਕਿਆ ਚੱਕੋ ਰਸੀਦ, ਸਾਨੂੰ ਦੱਸੋ ਕਿ ਤੁਹਾਡੇ ਸਿਰ ਕਰਜ਼ਾ ਕਿੰਨਾ, ਸਾਨੂੰ ਪਾਇਓ ਵੋਟਾਂ, ਜਿੱਦਣ ਸਾਡੀ ਸਰਕਾਰ ਬਣ ਗਈ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਤੁਹਾਡਾ ਕਰਜ਼ਾ ਪੂਰੀ ਤਰ੍ਹਾਂ ਮਾਫ਼ ਹੋਏਗਾ, ਚਾਹੇ ਆੜ੍ਹਤੀਆਂ ਦਾ ਤੇ ਚਾਹੇ ਬੈਂਕਾਂ ਦਾ। ਪਰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀ ਕਿ ਪੰਜਾਬ ਸਰਕਾਰ ਦੇ ਕੋਲ ਅਧਿਕਾਰ ਹੀ ਨਹੀਂ ਹੈ ਕਿ ਉਹ ਕਿਸੇ ਕਿਸਾਨ ਦਾ ਕਰਜ਼ਾ ਮਾਫ਼ ਕਰ ਸਕੇ, ਇਹ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਗੱਲ। ਤੇ ਹੁਣ ਪਿਛਲੇ ਦਿਨੀ ਜਦੋਂ ਕਣਕ ਦੀ ਦਰਾਮਦ ਦੇ ਉੱਤੇ ਡਿਊਟੀ ਖਤਮ ਕੀਤੀ ਗਈ ਹੈ, ਉਹਦੇ ਤੋਂ ਬਾਅਦ ਕਿਸਾਨਾਂ ਦੀਆਂ ਸਮੱਸਿਆਵਾਂ ਸੰਬੰਧੀ ਰਾਹੁਲ ਗਾਂਧੀ ਦੀ ਅਗਵਾਈ 'ਚ ਇੱਕ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਗਿਆ, ਤੇ ਉਸ ਵਫ਼ਦ ਦੇ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਸਨ। ਹੁਣ ਕਪਤਾਨ ਸਾਹਿਬ ਜਾ ਕੇ ਬੇਨਤੀ ਕਰਿਆ ਜੀ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰੋ, ਕਰਜ਼ਾ ਜਿਹੜਾ ਮਾਫ਼ ਕਰੋ। ਤੇ ਇਸੇ ਗੱਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਤੇ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਤੌਰ ਤੇ ਘੜੀਸਣਾ ਸ਼ੁਰੂ ਕਰਤਾ। ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ, ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇ ਰਹੇ ਆ। ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਆਖ ਦਿੱਤਾ ਕਿ ਮੈਂ ਮੁੱਖ ਮੰਤਰੀ ਬਣ ਕੇ ਤੁਹਾਡਾ ਕਰਜ਼ਾ ਮਾਫ਼ ਕਰੂੰਗਾ, ਪਰ ਹੁਣ ਕਹਿੰਦੇ ਜੇ ਉਹ ਕਰਜ਼ਾ ਮਾਫ਼ ਕਰਨ ਦੀ ਹੈਸੀਅਤ ਰੱਖਦੇ ਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਕੀ ਕਰਨਗੇ। ਇਹਦੇ ਤੋਂ ਕਹਿੰਦੇ ਸਾਫ਼ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਦੇ ਕੋਲ ਕੋਈ ਅਧਿਕਾਰ ਨਹੀਂ ਕਰਜ਼ਾ ਮਾਫ਼ ਕਰਨ ਦਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਜੇ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ ਤਾਂ 2002 ਤੋਂ 2007 ਤੱਕ ਤੁਸੀਂ ਮੁੱਖ ਮੰਤਰੀ ਰਹੇ ਹੋ ਪੰਜਾਬ ਦੇ, ਉਦੋਂ ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ? ਇਹ ਵੀ ਗੱਲ ਉਹਨਾਂ ਨੇ ਆਖ ਦਿੱਤੀ। ਕਹਿੰਦੇ ਕੇਂਦਰ ਦੇ ਵਿੱਚ 10 ਸਾਲ ਕਾਂਗਰਸ ਪਾਰਟੀ ਦੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ ਸਰਕਾਰ ਰਹੀ ਹੈ ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਕਿੱਥੇ ਗਏ ਸੀ? ਆਪਣੀ ਹੀ ਸਰਕਾਰ ਦੇ ਕੋਲ ਬੇਨਤੀ ਪੱਤਰ ਲੈ ਕੇ ਕਿਉਂ ਨਹੀਂ ਗਏ ਕਿ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰੋ? ਤੇ ਇਹ ਵੀ ਆਖ ਦਿੱਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਕਹਿੰਦੇ ਕੈਪਟਨ ਅਮਰਿੰਦਰ ਸਿੰਘ ਉਹ ਕਾਹਦਾ ਸਿਆਸੀ ਲੀਡਰ, ਉਹ ਤਾਂ ਭਗੌੜਾ ਬੰਦਾ, ਕਦੇ ਅਕਾਲੀ ਦਲ ਛੱਡ ਕੇ ਇੱਧਰ ਚਲੇ ਗਿਆ, ਕਦੇ ਉੱਧਰ ਉੱਧਰ ਆ ਗਿਆ। ਤੇ ਕਹਿੰਦੇ ਇਹਨਾਂ ਨੇ ਪੰਜ ਪੰਜ ਮਰਲੇ ਗਰੀਬ ਪਰਿਵਾਰਾਂ ਨੂੰ ਪਲਾਟ ਦੇਣ ਦੀ ਗੱਲ ਕੀਤੀ ਸੀ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ। ਚੋਣਾਂ ਜਿੱਤ ਵੀ ਗਏ, 5 ਸਾਲ ਕਹਿੰਦੇ ਇਹਨਾਂ ਨੇ ਸਰਕਾਰ ਵੀ ਚਲਾਈ, ਪਰ ਉਹਦੇ ਬਾਵਜੂਦ ਇੱਕ ਵੀ ਪੰਜਾਬ ਦੇ ਗਰੀਬ ਪਰਿਵਾਰ ਨੂੰ ਇਹਨਾਂ ਨੇ 5 ਮਰਲੇ ਦਾ ਪਲਾਟ ਨਹੀਂ ਦਿੱਤਾ। ਤੇ ਜਿਹੜੇ ਬੰਦੇ 5 ਮਰਲੇ ਦਾ ਪਲਾਟ ਨਹੀਂ ਦੇ ਸਕੇ ਉਹ ਕਿਸਾਨਾਂ ਦਾ ਕਰਜ਼ਾ ਕਿਵੇਂ ਮਾਫ਼ ਕਰਨਗੇ? ਤੇ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਕਰਜ਼ਾ ਮਾਫ਼ੀ ਸੰਬੰਧੀ ਪੰਜਾਬ ਦੇ ਕਿਸਾਨਾਂ ਦੇ ਨਾਲ ਝੂਠ ਬੋਲਣ ਦੇ ਦੋਸ਼ ਹੇਠ ਕੈਪਟਨ ਅਮਰਿੰਦਰ ਸਿੰਘ ਦੇ ਮੁਕੱਦਮਾ ਚਲਾਉਣ ਦੀ ਗੱਲ ਕਰਤੀ। ਤੇ ਮੰਗ ਕਰਦਾ ਮੈਂ ਕਿ ਕੈਪਟਨ ਦੇ ਉੱਤੇ ਮੁਕੱਦਮਾ ਚਲਾਇਆ ਜਾਵੇ। ਹੁਣ ਜਦੋਂ ਏਡੇ ਵੱਡੇ ਦੋਸ਼ ਕੈਪਟਨ ਤੇ ਲੱਗਣੇ ਸੀ ਤਾਂ ਜਵਾਬ ਵੀ ਆਉਣਾ ਸੀ, ਪਰ ਜਵਾਬ ਕੈਪਟਨ ਨੇ ਆਪ ਨਹੀਂ ਦਿੱਤਾ। ਉਹਨਾਂ ਦੇ ਦੋ ਸਾਥੀ ਕਾਂਗਰਸ ਪਾਰਟੀ ਦੇ ਆਗੂ, ਇੱਕ ਸੁਨੀਲ ਜਾਖੜ ਤੇ ਦੂਸਰੇ ਮਨਪ੍ਰੀਤ ਸਿੰਘ ਬਾਦਲ, ਇਹਨਾਂ ਦੋਵਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਜਵਾਬੀ ਜਿਹੜਾ ਉਹ ਫਾਇਰ ਕੀਤਾ ਉਧਰਲੇ ਪਾਸੇ ਨੂੰ, ਤੇ ਸਿੱਧੇ ਤੌਰ ਤੇ ਕਿਹਾ, ਕਹਿੰਦੇ ਕਾਂਗਰਸ ਪਾਰਟੀ ਦੇ ਲੀਡਰ ਤਾਂ ਮੋਦੀ ਸਾਹਿਬ ਨੂੰ ਤਾਂ ਮਿਲਣ ਗਏ ਸੀ ਕਿਉਂਕਿ ਕਰਜ਼ਾ ਮਾਫ਼ੀ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ, ਤੇ ਉਹਨਾਂ ਸਮੱਸਿਆਵਾਂ ਦੇ ਉੱਤੇ ਜੇ ਕੇਂਦਰ ਸਰਕਾਰ ਥੋੜੇ ਬਹੁਤ ਗੌਰ ਕਰੇ ਤਾਂ ਕਿਸਾਨ ਮੁਸੀਬਤ ਵਿੱਚੋਂ ਬਾਹਰ ਨਿਕਲ ਸਕਦੇ ਆ। ਦੂਸਰੀ ਗੱਲ, ਉਹ ਕਹਿੰਦੇ ਕੇਂਦਰ ਦੀ ਮੋਦੀ ਸਰਕਾਰ ਸਹਿਯੋਗ ਦੇਵੇ ਜਾਂ ਨਾ ਦੇਵੇ ਕੋਈ ਫਰਕ ਨਹੀਂ ਪੈਂਦਾ, ਪਰ ਜੇ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਬਣਦੀ ਹੈ ਤਾਂ ਅਸੀਂ 100% ਦਾਅਵੇ ਨਾਲ ਕਹਿੰਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਦਾ, ਆੜ੍ਹਤੀਆਂ ਦਾ ਤੇ ਬੈਂਕਾਂ ਦਾ ਸਾਰਾ ਕਰਜ਼ਾ ਜਿਹੜਾ ਉਹ ਮੁਆਫ਼ ਜ਼ਰੂਰ ਕਰਾਂਗੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ, ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਅੱਕੀ ਪਲਾਹੀ ਹੱਥ ਮਾਰਦਾ, ਪੱਲੇ ਉਹਦੇ ਕੱਖ ਨਹੀਂ ਪੈਣਾ ਕਿਉਂਕਿ ਕਿਸਾਨ ਤਬਕਾ, ਦੁਕਾਨਦਾਰ ਤਬਕਾ, ਉਦਯੋਗਪਤੀ ਤਬਕਾ, ਮਜ਼ਦੂਰ ਤਬਕਾ, ਸਾਰੇ ਤਬਕੇ ਜਿਹੜੇ ਹੈ ਉਹ ਇਸ ਸਰਕਾਰ ਦੇ ਖਿਲਾਫ਼ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਾਂਗਰਸ ਪਾਰਟੀ ਬਹੁਤ ਵੱਡੀ ਪੱਧਰ ਦੇ ਉੱਤੇ ਆਪਣੇ ਹੱਕ 'ਚ ਇੱਕ ਮੁਹਿੰਮ ਚਲਾ ਕੇ ਲਹਿਰ ਬਣਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਸੋ ਵੇਖਦੇ ਹਾਂ ਜੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਦਰਮਿਆਨ ਕਿਸਾਨੀ ਮੁੱਦਿਆਂ ਦੇ ਉੱਤੇ ਜਿਹੜੀ ਇਹ ਜੰਗ ਚੱਲ ਰਹੀ ਹੈ, ਖਾਸ ਤੌਰ 'ਤੇ ਕਿਸਾਨਾਂ ਦੇ ਕਰਜ਼ੇ ਦੇ ਮੁੱਦੇ ਦੇ ਉੱਤੇ, ਉਸ ਮੁੱਦੇ ਨੂੰ ਅੱਗੇ ਵਧਾ ਕੇ ਕਿਹੜੀ ਪਾਰਟੀ ਕਿਸਾਨੀ ਵੋਟਾਂ ਆਪਣੇ ਹੱਕ ਦੇ ਵਿੱਚ ਕਰਨ ਦੇ ਵਿੱਚ
ਕਾਮਯਾਬ ਹੁੰਦੀ ਹੈ। ਜੀ ਜੀ ਬਾਠ ਸਾਹਿਬ ਬਿਲਕੁਲ ਬਿਲਕੁਲ। ਤੇ ਟਵਾਣਾ ਸਾਹਿਬ ਮੈਨੂੰ ਲੱਗਦਾ ਕਿ ਲੱਗਦੇ ਹੱਥ ਆਪਾਂ ਡੇਰਾ ਬਿਆਸ ਦੀ ਗੱਲ ਕਰ ਲਈਏ, ਕਿਉਂਕਿ ਰਾਹੁਲ ਗਾਂਧੀ ਦੀ ਗੱਲ ਕਰਨ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਬਾਠ ਸਾਹਿਬ ਡੇਰਾ ਦੀ ਕੀ ਕਰਦੇ ਹੋ, ਡੇਰਾ ਸਿਰਸਾ ਵਾਲੇ ਅੱਡ ਡੋਰੇ ਪਾਉਂਦੇ ਆ, ਆਰਾਮ ਸਿੰਘ ਹੋਰਾਂ ਨੇ ਆਪਣਾ ਕਹਿੰਦੇ ਕੱਲ੍ਹ ਅਸੀਂ ਮੀਟਿੰਗ ਕਰ ਲਈ ਹੈ ਡੇਰਿਆਂ 'ਚ ਤਾਂ ਪੂਰੀ ਚੜ੍ਹਾਈ ਹੈ, ਅਤੇ ਉਹਨਾਂ ਦਾ ਅੱਗੇ ਜਾ ਕੇ ਬਿਆਨ ਆਪਾਂ ਤੁਸੀਂ ਸਾਂਝਾ ਵੀ ਕਰਨਾ ਕਿ ਆਰਾਮ ਸਿੰਘ ਹੋਰਾਂ ਨੇ ਬਠਿੰਡਾ ਜਿਹੜੀ ਮੀਟਿੰਗ ਕੀਤੀ ਆ ਉਹ ਕਹਿੰਦੇ ਭਾਈ ਸਾਡੇ ਵਾਲੇ ਬਾਬੇ ਤੋਂ ਤਾਂ ਲੋਕ ਟਾਈਮ ਮੰਗਦੇ ਆ, ਹੈ ਨਾ, ਕਿਉਂਕਿ ਅਗਲਾ ਫੀਲ ਤਾਂ ਕਰਦਾ ਹੀ ਆ ਵੀ ਬਿਆਸ ਡੇਰੇ ਆ ਗਏ, ਸਾਡਾ ਕਿਤੇ ਜ਼ਿਕਰ ਹੀ ਨਹੀਂ, ਉਹਨਾਂ ਨੇ ਆਪ ਹੀ ਕਹਿਤਾ ਵੀ ਉਹਨਾਂ ਤੋਂ ਵੀ ਸਿਆਸੀ ਆਗੂ ਟਾਈਮ ਮੰਗਦੇ ਆ। ਜੀ ਬਾਠ ਸਾਹਿਬ ਕੰਟੀਨਿਊ ਪਲੀਜ਼। ਟਵਾਣਾ ਸਾਹਿਬ ਡੇਰਿਆਂ ਦੀ ਲੜਾਈ ਤਾਂ ਹੁਣ ਸਿਖਰਾਂ ਤੇ ਪਹੁੰਚਣੀ ਆ ਜੀ। ਜੀ ਕਿਉਂਕਿ ਜਿੱਦਾਂ ਪੰਚਾਂ ਸਰਪੰਚਾਂ ਚੱਲਦਾ, ਵਿਧਾਇਕਾਂ ਦੇ ਵਿੱਚ ਚੱਲਦਾ, ਪਾਰਟੀਆਂ ਦੇ ਅੰਦਰ ਚੱਲਦਾ, ਦੋ ਪਾਰਟੀਆਂ ਦਾ ਆਪਸ ਚੱਲਦਾ, ਡੇਰਿਆਂ ਦਾ ਵੀ ਮੁਕਾਬਲਾ ਚੱਲਣਾ। ਵਟਸਐਪ ਉਹਦੇ ਦੂਜੇ ਪਾਸੇ ਖਬਰ ਇਹ ਵੀ ਹੈ ਕਿ ਜਿੱਥੇ 18 ਘੰਟੇ ਜਿਹੜੇ ਨੇ ਰਾਹੁਲ ਬਾਬਾ ਲਾ ਗਏ ਨੇ, ਭਾਵੇਂ ਉਹਨਾਂ ਨੇ 4,000 ਰੁਪਈਏ ਹੀ ਕਢਾਇਆ, ਮੈਨੂੰ ਹੈਰਾਨੀ ਹੈ ਕਿ ਪੂਰਾ ਮਹੀਨਾ ਹੀ ਹੋ ਗਿਆ ਕਿਵੇਂ ਘੁੰਮੀ ਜਾਂਦੇ 4,000 ਨਾਲ, ਖੈਰ। ਅਤੇ ਕਹਿੰਦੇ ਮਜੀਠਾ ਸਾਹਿਬ ਵੀ ਉੱਥੇ ਸੀਗੇ ਸ਼ਨੀਵਾਰ ਐਤਵਾਰ, ਖਬਰਾਂ ਇਹ ਵੀ ਸੁਲਗਦੀਆਂ ਨੇ ਫਿਰ ਮਾਮਾ ਸਹੁਰਾ ਨੇ ਇਹਨਾਂ ਉਹਨਾਂ ਦੇ ਡੇਰਾ ਮੁਖੀ। ਜੀ ਟਵਾਣਾ ਸਾਹਿਬ ਅਸਲ ਦੇ ਵਿੱਚ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਕਿ ਬਿਕਰਮ ਸਿੰਘ ਮਜੀਠੀਆ ਸਾਹਿਬ ਉੱਥੇ ਪਹੁੰਚੇ ਸੀ ਕਿ ਨਹੀਂ, ਰੌਲਾ ਬਹੁਤ ਹੈ। ਪਰ ਜੇ ਉੱਥੇ ਆਪ ਵਾਲਿਆਂ ਨੇ ਤਾਂ ਕਹਿਣਾ ਵੀ ਹਾਂ ਉੱਥੇ ਮੀਟਿੰਗ ਹੋਈ ਹੈ, ਪਰ ਜੇ ਮੀਟਿੰਗ ਦੇਖੋ ਜੇ ਮੀਟਿੰਗ ਇਹਨਾਂ ਦਾ ਆਪਸ 'ਚ ਅਕਾਲੀਆਂ ਦਾ ਅਤੇ ਕਾਂਗਰਸੀਆਂ ਦੀ ਕੋਈ ਮੀਟਿੰਗ ਵੀ ਹੁੰਦੀ ਹੈ, ਪਰ ਫਿਰ ਵੀ ਯਾਰ ਐਡੇ ਧਿਆਨ ਜਾਣ ਨੇ ਵੀ ਉੱਥੇ ਡੇਰੇ 'ਚ ਇਕੱਠੇ ਹੋਣਾ ਨਾ, ਇਹਦਾ ਦੋਨੇ ਪਾਰਟੀਆਂ ਪੂਰੀਆਂ ਸਿਆਣੀਆਂ ਨੇ ਛਾਤਰ ਨੇ, ਪਰ ਇਸ ਖਬਰ ਨੇ ਕਿਤੇ ਨਾ ਕਿਤੇ ਆਪ ਨੂੰ ਮੌਕਾ ਦੇ ਦੇਣਾ ਕਿ ਹਾਂ ਜੀ ਬਾਬੇ ਨੇ ਮੀਟਿੰਗ ਕਰਾਈ ਹੈ ਇਹਨਾਂ ਦੀ। ਜੀ ਟਵਾਣਾ ਸਾਹਿਬ ਉਹ ਮੌਕਾ ਤਕਰੀਬਨ ਮਿਲ ਗਿਆ ਜੀ, ਉਹਨਾਂ ਨੇ ਅਜੇ 2-4 ਦਿਨ ਇੰਤਜ਼ਾਰ ਕਰਨਾ। ਸ਼ਾਇਦ ਆਮ ਆਦਮੀ ਪਾਰਟੀ ਵਾਲੇ ਧੁਖਦੀ ਜੀ ਗੱਲ ਇਸ ਕਰਕੇ ਕਰਨ ਕਿਉਂਕਿ ਉਹ ਵੀ ਜਾਂਦੇ ਆਉਂਦੇ ਰਹਿੰਦੇ ਨੇ ਡੇਰੇ ਦੇ ਵਿੱਚ, ਵਿੱਚ ਵਿਚਾਲੇ ਕੋਸ਼ਿਸ਼ ਉਹਨਾਂ ਦੀ ਵੀ ਹੁੰਦੀ ਹੈ। ਪਰ ਜਿਹੜੀ ਮੀਡੀਆ ਨੇ ਚੂੰਡੀ ਵੱਢਤੀ ਨਾ ਕਿ ਮਜੀਠਾ ਵੀ ਉੱਥੇ ਸੀ, ਆਪ ਵਾਲਿਆਂ ਦੇ ਪੈਰ ਹੇਠ ਬਟੇਰਾ ਇੱਕ ਨਹੀਂ ਕਈ ਆ ਜਾਣੇ ਆ। ਜੀ ਆ ਜਾਣੇ ਜੀ। ਟਵਾਣਾ ਸਾਹਿਬ ਹੁਣ ਡੇਰਿਆਂ ਦੀ ਗੱਲ ਆਪਾਂ ਵਾਰ ਵਾਰ ਕੀਤੀ ਸੀ ਕਿ ਡੇਰਿਆਂ ਦੀ ਕੀਮਤ ਬਹੁਤ ਵਧੀ ਹੋਈ ਹੈ ਸਿਆਸੀ ਤੌਰ ਤੇ, ਡੇਰਿਆਂ ਦੇ ਨਾਲ ਜਿਹੜਾ ਸਾਂਝ ਸੁਨੇਹਾ ਜਿਹੜਾ ਆਪਣਾ ਵਧਾਉਣ ਦੀ ਕੋਸ਼ਿਸ਼ ਬਹੁਤ ਸਾਰੇ ਲੀਡਰਾਂ ਨੇ ਕਰਨੀ ਹੈ, ਕਿਉਂਕਿ ਆਪਾਂ ਥੋੜਾ ਜਿਹਾ ਪਿੱਛੇ ਗੱਲ ਕਰੀਏ ਤਾਂ 18 ਮਾਰਚ ਨੂੰ ਵੀ ਰਾਹੁਲ ਗਾਂਧੀ ਆਏ। ਤੁਸੀਂ ਵਟਸਐਪ ਕੀਮਤ ਦੀ ਗੱਲ ਕੀਤੀ, ਲੱਗਦੇ ਹੱਥ 5 ਮਾਰ ਹੀ ਦਈਏ, ਬਰਫ਼ ਵਾਲੇ ਬਾਬੇ ਦੀ ਕੀਮਤ ਤਾਂ 2 ਲੱਖ ਪਾਤੀ ਹਾਈਕੋਰਟ ਨੇ ਪਿਛਲੇ ਦਿਨ, ਜੁਰਮਾਨਾ ਠੋਕਿਆ ਇਹਨਾਂ ਨੂੰ ਤਾਂ ਚੰਗਾ। ਜੀ ਟਵਾਣਾ ਸਾਹਿਬ ਜਿੱਡੀ ਕਰਾਰੀ ਚਪੇੜ ਡੇਰਾ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਪਈ ਹੈ, ਓਡੀ ਚਪੇੜ ਦੇ ਉੱਤੇ ਤਾਂ ਇਹ 5-7 ਦਿਨ ਗੱਲ ਦੇ ਉੱਤੇ ਬਰਫ਼ ਮਲਦੇ ਰਹਿਣ, ਬਾਹਰ ਨਾ ਆਉਣ, ਪਰ ਇਹਨਾਂ ਨੂੰ ਇਦਾਂ ਦਾ ਹੈ ਨਹੀਂ। ਉਹ ਮਤਲਬ ਕਮੈਂਟ ਵੇਖੋ, ਕਹਿੰਦੇ ਵੀ ਜਿਵੇਂ ਤੁਸੀਂ ਬਾਬੇ ਨੂੰ ਫਰਿੱਜ 'ਚ ਲਾ ਰੱਖਿਆ, ਐਂ ਕਹਿੰਦੇ ਕੇਸ ਨੂੰ ਠੰਡਾ ਕਰਨਾ ਚਾਹੁੰਦੇ ਹੋ। ਜੀ ਤੇ ਟਵਾਣਾ ਸਾਹਿਬ ਇਸੇ ਕਰਕੇ ਕਿਤੇ ਨਾ ਕਿਤੇ ਲੱਗਦਾ ਹੁੰਦਾ ਕਿ ਭਾਈ ਅਦਾਲਤਾਂ ਤੋਂ ਅਜੇ ਵੀ ਸਾਨੂੰ ਉਮੀਦ ਹੈਗੀ ਆ ਕਿ ਇਨਸਾਫ ਮਿਲ ਸਕਦਾ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਜਿਸ ਤਰੀਕੇ ਡੇਰੇ ਦੀ ਭਾਵਨਾ ਸੀ, ਜਿਸ ਤਰੀਕੇ ਪੰਜਾਬ ਸਰਕਾਰ ਦੀ ਭਾਵਨਾ ਸੀ, ਉਹਦੇ ਤੋਂ ਲੱਗਦਾ ਸੀ ਕਿ ਭਾਈ ਸਾਡਾ ਜੀਵਨ ਜਿਹੜਾ ਮੁੱਕ ਜਾਣਾ, ਅਗਲੀ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਫਰਿੱਜ ਵਾਲੇ ਬਾਬੇ ਦਾ ਕੀ ਹੁੰਦਾ। ਬਟ ਸਾਹਿਬ ਆ ਜਿੱਥੇ ਆ ਕੇਸ ਚੱਲਦੇ ਨੇ ਨਾ, ਉਹਨਾਂ ਦੇ ਕਈ ਜਿਹੜੇ ਉੱਥੇ ਕੰਮ ਕਰਦੇ ਬੰਦੇ ਨੇ ਨਾ, ਅਧਿਕਾਰੀ ਨੇ, ਉਹ ਆਪਣੇ ਪ੍ਰੋਗਰਾਮ ਸੁਣਦੇ ਆ ਹਾਈਕੋਰਟ ਦੇ ਵਿੱਚ, ਮੇਰੇ ਵਾਕਫ ਨੇ ਕਹੀ ਸੱਜਣ। ਜੀ ਜੀ ਤੇ ਟਵਾਣਾ ਸਾਹਿਬ 18 ਮਾਰਚ ਦੀ ਮੈਂ ਗੱਲ ਕੀਤੀ ਕਿ ਰਾਹੁਲ ਗਾਂਧੀ ਆਏ ਸੀ, ਹੁਣ ਡੇਰਿਆਂ ਦਾ ਪ੍ਰਭਾਵ ਵੇਖੋ, ਅੱਜ ਆਪਾਂ ਇੱਕੋ ਡੇਰੇ ਦੀ ਗੱਲ ਕਰਨੀ ਆ, ਕੱਲ੍ਹ ਨੂੰ ਸਾਰਿਆਂ ਦੀ ਗੱਲ ਕਰਾਂਗੇ। 21 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਪਹੁੰਚ ਜਾਂਦੇ ਨੇ, 25 ਸਤੰਬਰ ਨੂੰ ਅਰਵਿੰਦ ਕੇਜਰੀਵਾਲ ਜਾਂਦੇ ਨੇ, ਉਹਨਾਂ ਦੇ ਨਾਲ 5-7 ਜਿਹੜੇ ਵੱਡੇ ਵੱਡੇ ਆਮ ਆਦਮੀ ਪਾਰਟੀ ਪੰਜਾਬ ਸੂਬੇ ਦੇ ਲੀਡਰ ਉਹ ਵੀ ਸ਼ਾਮਿਲ ਸੀ। ਫਿਰ 26 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਜਾਂਦੇ ਆ, ਤੇ 17 ਮਈ ਨੂੰ ਵੀ ਬਾਦਲ ਸਾਹਿਬ ਗੇੜਾ ਮਾਰ ਗਿਆ ਸੀ, ਇੱਕ ਉਦਘਾਟਨ ਜਿਹਾ ਕਰਨਾ ਸੀ ਉਹਨਾਂ ਨੇ, ਤੇ 3 ਦਸੰਬਰ ਨੂੰ ਜਾਣੀ ਕਿ ਇਸੇ ਮਹੀਨੇ ਦੀ 3 ਤਰੀਕ ਨੂੰ ਸੁੱਚਾ ਸਿੰਘ ਛੋਟੇਪੁਰ ਵੀ ਪਿੱਛੇ ਨਹੀਂ ਰਿਹਾ, ਕਹਿੰਦੇ ਹੁਣ ਕੋਈ ਗੱਲ ਨੀ, ਸਿਆਸੀ ਕੱਦ ਬੁੱਤ ਛੋਟਾ ਹੋ ਗਿਆ ਪਰ ਜਾਣਾ ਤਾਂ ਹੈਗਾ ਹੀ ਹੈ। ਤੇ ਹੁਣ ਰਾਹੁਲ ਗਾਂਧੀ ਹੋਰਾਂ ਦਾ ਇੱਕ ਵਾਰੀ ਫੇਰ ਜਿਹੜਾ ਡੇਰਾ, ਇੱਕ ਪਾਸੇ ਤਾਂ ਰਾਹੁਲ ਗਾਂਧੀ ਹੋਰੀ ਕਹਿੰਦੇ ਕਿ ਦੇਸ਼ ਦੇ ਲੋਕ ਬੜੀ ਵੱਡੀ ਸਮੱਸਿਆ ਦੇ ਵਿੱਚ ਫਸੇ ਹੋਏ ਆ, ਦੂਜੇ ਪਾਸੇ ਬੈਂਗਲੋਰ ਤੋਂ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕਰਕੇ ਸਿੱਧਾ ਡੇਰੇ ਦੇ ਵਿੱਚ ਆਉਣਾ ਤੇ ਡੇਰੇ ਤੋਂ ਵਾਪਸ ਚਲੇ ਜਾਣਾ, ਇਹਦਾ ਮਤਲਬ ਉਹਨਾਂ ਨੂੰ ਤਾਂ ਕੋਈ ਤੰਗੀ ਨਹੀਂ, ਕੋਈ ਤੰਗੀ, ਉਹਨਾਂ ਦਾ ਕਾਰਡ ਚੱਲੀ ਜਾਂਦਾ ਹੋਣਾ, ਉਹਨਾਂ ਦਾ ਚੈੱਕ ਚੱਲੀ ਜਾਂਦਾ ਹੋਣਾ, ਤੇ ਟਵਾਣਾ ਸਾਹਿਬ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਰਾਹੁਲ ਗਾਂਧੀ ਦੇ ਨਾਲ ਹੋਣਾ, ਬਾਕੀ ਸਾਰੇ ਪੰਜਾਬ ਦੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦਾ ਪਿਛਾਂ ਹੋਣਾ, ਤੇ ਬਹੁਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਧੜਿਆਂ ਦੇ ਲੀਡਰ ਜਿਹੜੇ ਆਪਣੇ ਆਪ ਨੂੰ ਰਾਹੁਲ ਗਾਂਧੀ ਦੇ ਸੱਜੇ ਖੱਬੇ ਵਾਲੇ ਬੰਦੇ ਸਮਝਦੇ ਸੀ ਜੀ, ਉਹਨਾਂ ਦਾ ਇਸ ਮੌਕੇ ਦੇ ਉੱਤੋਂ ਗੈਰ ਹਾਜ਼ਰ ਹੋਣਾ ਇਹ ਦੱਸਦਾ ਕਿ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਆਪਣੀ ਆਉਣ ਵਾਲੀਆਂ ਟਿਕਟਾਂ ਦੇ ਵਿੱਚ ਮਨਵਾ ਵੀ ਸਕਦੇ ਆ ਜੀ। ਤੇ 3 ਟਾਈਮ ਦਾ ਖਾਣਾ ਰਾਹੁਲ ਗਾਂਧੀ ਹੋਰਾਂ ਨੇ ਡੇਰੇ ਦੇ ਮੁਖੀ ਦੇ ਨਾਲ ਖਾਧਾ, ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਨਾਲ। ਡੇਰੇ ਦੇ ਮੁਖੀ ਨੇ 1 ਘੰਟਾ ਆਪਣੀ ਗੱਡੀ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਨੂੰ ਬਿਠਾ ਕੇ ਸਾਰਾ ਡੇਰਾ ਵਿਖਾਇਆ ਕਿ ਭਾਈ ਉਹ ਤਾਂ ਦੇਖੋ ਸਾਡੀ ਜ਼ਮੀਨ ਹੈ ਜੀ, ਅਸੀਂ ਇੱਥੇ ਤੱਕ ਸਾਰਾ ਕੁਝ ਜਿਹੜਾ
ਉਹ ਆਪਣੇ ਨਾਮ ਜਿਹੜਾ ਕੀਤਾ ਹੋਇਆ ਤੇ ਵੇਖੋ ਕਿਵੇਂ ਸੰਗਤਾਂ ਲੰਗਰ ਛਕਦੀਆਂ, ਕਿਵੇਂ ਸੰਗਤਾਂ ਪ੍ਰਵਚਨ ਸੁਣਦੀਆਂ। ਜੇ ਕੇਜਰੀਵਾਲ ਸਾਹਿਬ ਆਉਂਦੇ, ਬਾਟ ਸਾਹਿਬ, ਉਹਨਾਂ ਨੇ ਕਹਿਣਾ ਸੀ ਬਾਬਾ ਜੀ ਥੋੜਾ ਜਿਹਾ ਹੋਰ ਡੇਰੇ ਨੂੰ ਵਧਾਓ, ਜਿਵੇਂ ਨਿਰੰਕਾਰੀ ਡੇਰੇ ਨੂੰ ਵਧਾਉਣ ਦੀ ਗੱਲ ਕਰਦੇ ਸੀ ਜੀ। ਜੀ ਤੇ ਟਵਾਲਾ ਸਾਹਿਬ, ਉਹਦੇ ਤੋਂ ਬਾਅਦ ਰਾਹੁਲ ਗਾਂਧੀ ਹੋਰਾਂ ਨੇ ਪ੍ਰਵਚਨ ਵੀ ਸੁਣਿਆ ਜੀ ਇੱਕ ਘੰਟਾ, ਤੇ ਇਹ ਵੀ ਆਖ ਦਿੱਤਾ ਕਿ ਸਾਡੇ ਪਰਿਵਾਰ ਦਾ ਤਾਂ 40 ਸਾਲ ਦਾ ਸੰਬੰਧ ਹੈ, ਸਾਡੇ ਜਿਹੜੇ ਹੈ ਉਹ ਪਿਛਲੀਆਂ ਪੀੜ੍ਹੀਆਂ ਦੇ ਲੋਕ ਵੀ ਇੱਥੇ ਆਉਂਦੇ ਰਹੇ ਤੇ ਮੇਰੇ ਮਨ ਨੂੰ ਜਿਹੜੀ ਉਹ ਸ਼ਾਂਤੀ ਬੜੀ ਮਿਲੀ ਹੈ। ਹੁਣ ਦੇਖਦੇ ਹਾਂ ਜੀ ਕਿ ਅਗਲਾ ਗੇੜਾ ਜਿਹੜਾ ਰਾਹੁਲ ਗਾਂਧੀ ਹੋਰਾਂ ਤੋਂ ਬਾਅਦ ਕਿਹੜੀ ਪਾਰਟੀ ਦੇ ਕਿਹੜੇ ਲੀਡਰ ਦਾ ਮਿਲਦਾ। ਪਰ ਦੂਜੇ ਪਾਸੇ ਡੇਰੇ ਸਿਰਸੇ ਵਾਲਿਆਂ ਨੇ ਜਿਹੜਾ ਉਹ ਧੂੰਆਂ ਜਿਹਾ ਇਸ ਵੇਲੇ ਛੱਡ ਦਿੱਤਾ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਟਾਈਮ ਮੰਗਦੇ ਫਿਰਦੇ ਆ। ਟਵਾਣਾ ਸਾਹਿਬ, ਮੈਨੂੰ ਇਹ ਲੱਗਦਾ ਹੈ ਕਿ ਡੇਰਿਆਂ ਦੇ ਵਿੱਚ ਇਹ ਮੁਕਾਬਲਾ ਹੁਣ ਚੱਲਣਾ ਹੈ ਜੀ, ਕਿ ਵਿਧਾਨ ਸਭਾ ਚੋਣਾਂ ਵੇਲੇ ਜਿੰਨੇ ਵੱਧ ਤੋਂ ਵੱਧ ਲੀਡਰ ਸਾਡੇ ਕੋਲ ਆਉਣਗੇ ਸਾਡੀ ਵੀ ਪਬਲਿਸਿਟੀ ਓਨੀ ਵੱਧ ਹੋਏਗੀ, ਜਿੰਨੀ ਪਬਲਿਸਿਟੀ ਵਧੇਗੀ ਓਨਾ ਹੀ ਜ਼ਿਆਦਾ ਸ਼ਰਧਾਲੂਆਂ ਦਾ ਘੇਰਾ ਵਧੇਗਾ ਤੇ ਗਾਂ ਨੂੰ ਪ੍ਰੋਡਕਟ ਵੀ ਬਣਾਉਣੇ ਆ ਤੇ ਓਨੀ ਹੀ ਜ਼ਿਆਦਾ ਇਹਨਾਂ ਦੀ ਮਾਰਕੀਟ ਵਧੇਗੀ ਜੀ। ਬਿਲਕੁਲ ਬੱਟ ਸਾਹਿਬ, ਅਸਲ ਦੇ ਵਿੱਚ ਭਾਵੇਂ ਡੇਰਾ ਮੁਖੀ ਸਿੱਧੇ ਅਸਿੱਧੇ ਨਾ ਕਹਿਣ, ਪਰ ਜਿਹੜਾ ਵੋਟਰ ਹੈ, ਜਿਹੜੇ ਫਾਲੋਅਰ ਨੇ ਡੇਰਿਆਂ ਦੇ, ਭਗਤ ਨੇ, ਉਹਨਾਂ ਦੇ ਮਨ 'ਚ ਹਮਦਰਦੀ ਪਾਰਟੀ ਜਾਂ ਉਸ ਪ੍ਰਤੀ ਜਾਗ ਪੈਂਦੀ ਹੈ ਕਿ ਜਿਸ ਤਰ੍ਹਾਂ ਹੁਣ ਰਾਹੁਲ ਆਇਆ, ਆਖੇ ਜੀ ਉਹਨੇ ਤਾਂ ਇੰਨੀ ਦੇਰ ਪ੍ਰਵਚਨ ਸੁਣੇ, ਉਹ ਵੀ ਬਾਬਾ ਜੀ ਦੇ ਭਗਤ ਨੇ, ਇਹਨਾਂ ਨੂੰ ਫਾਲੋ ਕਰਦੇ ਨੇ। ਉਹ ਜਿਹੜੀ ਹਮਦਰਦੀ ਇੱਕ ਭਗਤ ਦੇ ਜਾਂ ਡੇਰੇ ਦੇ ਸ਼ਰਧਾਲੂ ਦੇ ਮਨ 'ਚ ਹੁੰਦੀ ਹੈ, ਉਸੇ ਚੀਜ਼ ਨੂੰ ਇਹ ਕੈਸ਼ ਕਰਨਾ ਚਾਹੁੰਦੇ ਨੇ। ਉੱਥੇ ਜਾ ਕੇ ਫਿਰ ਸੇਵਾ ਕਰਨਗੇ, ਗੁਣਗਾਣ ਕਰਨਗੇ, ਮਿਲਣਗੇ, ਨਤਮਸਤਕ ਹੋਣਗੇ, ਭਾਵੇਂ ਡੇਰਿਆਂ ਦੇ ਮੁਖੀ ਸਿੱਧਾ ਨਾ ਕਹਿਣ। ਚਲੋ ਡੇਰਾ ਸਿਰਸਾ ਨੇ ਤਾਂ ਆਪਣਾ ਰਣਨੀਤਿਕ ਵਿੰਗ ਬਣਾ ਵੀ ਰੱਖਿਆ ਰਾਮ ਸਿੰਘ ਹੋਰਾਂ ਦਾ, ਪਰ ਆਮ ਲੋਕਾਂ ਦੇ ਮਨ 'ਚ ਜਿਹੜਾ ਲੀਡਰ ਉੱਥੇ ਨਹੀਂ ਜਾਂਦਾ ਉਹਦੀ ਫੱਟੀ ਪੋਚੀ ਜਾਂਦੀ, ਇਸ ਕਰਕੇ ਇਹ ਵੀ ਮਜਬੂਰੀ ਨੂੰ ਉੱਥੇ ਆਉਂਦੇ ਆ ਭਗਤਾਂ ਦੀ ਨਜ਼ਰ ਦੇ ਵਿੱਚ, ਡੇਰੇ ਦਾ ਸਤਿਕਾਰ ਕਰਨ ਦੇ ਜੁਗਾੜ ਦੇ ਵਿੱਚ ਇਹ ਸਾਰਾ ਸਿਲਸਿਲਾ ਚੱਲਦਾ। ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ 10 ਉਮੀਦਵਾਰ, ਟਵਾਣਾ ਸਾਹਿਬ ਇਸ ਵੇਲੇ ਰੌਲਾ ਰੱਪਾ ਬਹੁਤ ਪੈ ਗਿਆ ਜੀ। ਆਮ ਆਦਮੀ ਪਾਰਟੀ ਦੇ ਤਕਰੀਬਨ 10 ਕੁ ਉਮੀਦਵਾਰ ਐਸੇ ਨੇ ਜਿਹਨਾਂ ਉਮੀਦਵਾਰਾਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਲੋਕਾਂ ਨੇ ਲਾਏ। ਇਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਸੀ ਜਿਹੜੇ ਕਹਿੰਦੇ ਕਿ ਭਾਈ ਹਲਕੇ ਤੋਂ ਬਾਹਰਲਾ ਉਮੀਦਵਾਰ ਦਿੱਤਾ, ਤੁਸੀਂ ਉਸ ਬੰਦੇ ਨੂੰ ਟਿਕਟਾਂ ਦਿੱਤੀਆਂ। ਜਿਹੜੇ ਬੰਦੇ ਹਲਕੇ ਦੇ ਵਿੱਚ ਕਦੇ ਵੀ ਸਰਗਰਮ ਨਹੀਂ ਰਹੇ, ਉਹਨਾਂ ਨੇ ਆਮ ਆਦਮੀ ਪਾਰਟੀ ਲਈ ਕੋਈ ਕੰਮ ਨਹੀਂ ਕੀਤਾ। ਪਰ ਹੁਣ ਇਹਨਾਂ ਨੂੰ ਬਹੁਤੀ ਉਮੀਦ ਸੀ ਕਿ ਅਸੀਂ ਕੇਜਰੀਵਾਲ ਹੋਰਾਂ ਦੇ ਨਾਲ ਮੁਲਾਕਾਤਾਂ ਕਰ ਲਈਆਂ, ਅਸੀਂ ਸੰਜੇ ਸਿੰਘ ਨੂੰ ਇਤਰਾਜ਼ ਦੱਸ ਦਿੱਤੇ ਤੇ ਸਾਡੀਆਂ ਸ਼ਾਇਦ ਹਲਕੇ ਦੀਆਂ ਜਿਹੜੀਆਂ ਟਿਕਟਾਂ ਦੇ ਵਿੱਚ ਤਬਦੀਲੀ ਕੀਤੀ ਜਾਏਗੀ, ਆਮ ਆਦਮੀ ਪਾਰਟੀ ਉਮੀਦਵਾਰ ਬਦਲ ਦੇਗੀ। ਪਰ ਇਹਨਾਂ ਸਾਰੇ ਇਤਰਾਜ਼ਯੋਗ ਉਮੀਦਵਾਰਾਂ ਦੀ ਤਬਦੀਲੀ ਦੇ ਉੱਤੇ ਪੂਰੀ ਤਰ੍ਹਾਂ ਫੁੱਲ ਸਟੋਪ ਜਿਹੜਾ ਉਹ ਗੁਰਪ੍ਰੀਤ ਸਿੰਘ ਘੁੱਗੀ ਬ੍ਰਾਂਚ ਨੇ ਲਾਤਾ। ਉਹ ਕਹਿੰਦੇ ਕਿ ਭਾਈ ਅਸੀਂ ਸਾਰੀਆਂ 102 ਸੀਟਾਂ ਦਾ ਸਰਵੇਖਣ ਕਰਾਇਆ, ਪ੍ਰਚਾਰ ਬਿਲਕੁਲ ਚੰਗਾ ਚੱਲ ਰਿਹਾ, ਸਾਡੇ ਬੰਦਿਆਂ ਦੀ ਉਮੀਦਵਾਰਾਂ ਦੀ ਪਕੜ ਵੋਟਰ ਦੇ ਉੱਤੇ ਮਜ਼ਬੂਤ ਹੋ ਰਹੀ ਹੈ, ਅਸੀਂ ਘੱਟੋ ਘੱਟ 100 ਸੀਟਾਂ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤਣ ਜਾ ਰਹੇ ਹਾਂ, ਤੇ ਹੁਣ ਕਿਸੇ ਵੀ ਉਮੀਦਵਾਰ ਨੂੰ ਤਬਦੀਲ ਨਹੀਂ ਕੀਤਾ ਜਾਏਗਾ। ਤੇ ਗੁਰਪ੍ਰੀਤ ਸਿੰਘ ਘੁੱਗੀ ਬ੍ਰਾਂਚ ਦੇ ਇਸ ਬਿਆਨ ਤੋਂ ਬਾਅਦ ਇੱਕ ਤਾਂ ਉਮੀਦਵਾਰਾਂ ਦੇ ਵਿੱਚ ਜਿਹੜੀ ਅਫਰਾ ਤਫਰੀ ਜੀ ਫੈਲੀ ਸੀ ਕਿ ਭਾਈ ਮੈਂ ਪ੍ਰਚਾਰ ਤਾਂ ਕਰੀ ਜਾਂਦਾ, ਪੈਸਾ ਧੇਲਾ ਤਾਂ ਖਰਚੀ ਜਾਂਦਾ, ਕੱਲ ਨੂੰ ਕਿਤੇ ਟਿਕਟ ਨਾ ਤਬਦੀਲ ਕਰ ਦੇਣ, ਉਹ ਬੰਦ ਹੋਈ ਹੈ। ਪਰ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਨਿਰਾਸ਼ ਵਲੰਟੀਅਰ ਇਸ ਆਸ ਦੇ ਉੱਤੇ ਪਾਰਟੀ ਦੇ ਵਿੱਚ ਬੈਠੇ ਸੀ ਕਿ ਸ਼ਾਇਦ ਉਮੀਦਵਾਰ ਬਦਲ ਕੇ ਠੀਕ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ, ਉਹਨਾਂ ਨੂੰ ਹੁਣ ਕੋਈ ਨਾ ਕੋਈ ਜਿਹੜਾ ਉਹ ਸਖ਼ਤ ਫੈਸਲਾ ਲੈਣਾ ਪੈ ਸਕਦਾ। ਕੁਝ ਇੱਕ ਲੋਕ ਪਾਰਟੀ ਦੇ ਵਿੱਚੋਂ ਬਾਹਰ ਵੀ ਜਾ ਸਕਦੇ ਨੇ। ਤੇ ਗੁਰਪ੍ਰੀਤ ਸਿੰਘ ਘੁੱਗੀ ਨੇ ਇੱਕ ਹੋਰ ਪਟਾਕਾ ਵੀ ਪਾਤਾ, ਉਹਨਾਂ ਨੇ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਸਵਾਲ ਪੁੱਛ ਲਿਆ, ਕਹਿੰਦੇ ਸਾਡੇ ਬੰਦਿਆਂ ਦੇ ਉੱਤੇ ਤਾਂ ਬਥੇਰੇ ਦੋਸ਼ ਲਾਈ ਜਾਂਦੇ ਹੋ, ਤੁਸੀਂ ਆਪਣੇ ਇਹਨਾਂ 8-10 ਉਮੀਦਵਾਰਾਂ ਦੇ ਬਾਰੇ ਵੀ ਝਾਤੀ ਜ਼ਰੂਰ ਪਾਓ, ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਤੁਸੀਂ ਦਾਗੀ, ਤੁਸੀਂ ਭ੍ਰਿਸ਼ਟ ਤੇ ਤੁਸੀਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੀਡਰਾਂ ਨੂੰ ਅਕਾਲੀ ਦਲ ਦੀਆਂ ਟਿਕਟਾਂ ਕਿਉਂ ਦਿੱਤੀਆਂ। ਸਿੱਧੇ ਤੌਰ ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਸਪਸ਼ਟੀਕਰਨ ਮੰਗ ਲਿਆ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਨੇ। ਇਹਨਾਂ 10 ਉਮੀਦਵਾਰਾਂ ਦੇ ਵਿੱਚ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਲਿਆ ਕਿ ਭਾਈ ਆ ਵੇਖੋ ਜਗਦੀਸ਼ ਭੋਲਾ ਵਰਗੇ ਬੰਦੇ ਪੱਤਰਕਾਰਾਂ ਦੇ ਕੋਲ ਕਹਿੰਦੇ ਮਜੀਠੀਆ ਸਾਹਿਬ ਦਾ ਨਾਮ ਲੈ ਗਿਆ, ਤੁਸੀਂ ਉਹਨਾਂ ਨੂੰ ਟਿਕਟਾਂ ਦੇਈ ਜਾਂਦੇ ਹੋ। ਦੂਜੇ ਨੰਬਰ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਦਾ ਨਾਮ ਲੈਤਾ ਤੇ ਤੀਸਰੇ ਨੰਬਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਤੋਤਾ ਸਿੰਘ ਹੋਰਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਨੇ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਦਰਜ ਨੇ, ਤਾਂ ਤੁਸੀਂ ਉਹਨਾਂ ਨੂੰ ਟਿਕਟ ਕਿਵੇਂ ਦੇ ਦਿੱਤੀ। ਅਗਲੀ ਗੱਲ, ਉਹ ਕਹਿੰਦੇ ਕਿ ਤੋਤਾ ਸਿੰਘ ਹੋਰਾਂ ਦੇ ਬੇਟੇ ਮੱਖਣ ਬਰਾੜ ਦੇ ਉੱਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲੱਗੇ ਤੇ ਇਸ ਤਰ੍ਹਾਂ ਦੇ ਬੰਦੇ ਨੂੰ ਜੇ ਅਕਾਲੀ ਦਲ ਟਿਕਟਾਂ ਦਿੰਦਾ ਇਹਦਾ ਮਤਲਬ ਹੈ ਕਿ ਭਵਿੱਖ ਦੇ ਵਿੱਚ ਅਸੀਂ ਇਸ ਪਾਰਟੀ ਤੋਂ ਕੋਈ ਆਸ ਨਹੀਂ ਰੱਖ ਸਕਦੇ। ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਗੱਲ ਕਰਤੀ, ਕਹਿੰਦੇ ਸਿੱਖਿਆ ਮੰਤਰੀ ਹੁੰਦੇ ਕਿਤਾਬਾਂ ਦੇ ਘੁਟਾਲੇ ਦੇ ਦੋਸ਼ ਲੱਗੇ। ਅਜੀਤ ਸਿੰਘ ਕੁਹਾੜ ਦੇ ਉੱਤੇ ਸਿੱਧੇ ਤੌਰ ਤੇ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਨ ਦੇ ਦੋਸ਼ ਲਾਏ, ਕਹਿੰਦੇ ਸ਼ਸ਼ੀਕਾ ਧੁਰੀ ਵੀ ਆਖ ਗਿਆ ਸੀ। ਤੇ ਗੁਰਪ੍ਰੀਤ ਘੁੱਗੀ ਹੋਰਾਂ ਨੇ ਗੁਲਜ਼ਾਰ ਸਿੰਘ ਰਣੀਕੇ ਦੀ ਵੀ ਗੱਲ ਕੀਤੀ, ਕਹਿੰਦੇ ਐਸ ਸੀ ਐਸ ਟੀ ਵਿਦਿਆਰਥੀਆਂ ਦਾ ਵਜ਼ੀਫਾ ਹੜੱਪਿਆ,
ਸ਼ਗਨ ਸਕੀਮ ਦੇ ਪੈਸੇ ਹੜੱਪਣ ਦੇ ਦੋਸ਼ ਲੱਗੇ ਤੇ ਅਕਾਲੀ ਦਲ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜੀ ਜਾਂਦਾ। ਅਗਲੀ ਗੱਲ ਉਹਨਾਂ ਨੇ ਸੋਹਣ ਸਿੰਘ ਠੰਡਲ ਹੋਰਾਂ ਦੀ ਕਰਤੀ, ਦੁਆਬੇ ਵਾਲੇ ਮੰਤਰੀ। ਉਹ ਕਹਿੰਦੇ ਕਿ ਇਹਨਾਂ ਦੇ ਉੱਤੇ ਵੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲੱਗੇ ਹੋਏ ਨੇ। ਫਿਰ ਉਹਨਾਂ ਨੇ ਗੱਲ ਕਰ ਦਿੱਤੀ ਸੁੱਚਾ ਸਿੰਘ ਲੰਗਾਹ ਹੋਰਾਂ ਦੀ। ਅਗਲੀ ਗੱਲ ਕਰ ਦਿੱਤੀ ਉਹਨਾਂ ਨੇ ਨਿਰਮਲ ਸਿੰਘ ਕਾਹਲੋਂ ਹੋਰਾਂ ਦੀ ਕਿ ਪੰਚਾਇਤ ਮੰਤਰੀ ਹੁੰਦਿਆਂ 900 ਤੋਂ ਵੱਧ ਜਿਹੜੀਆਂ ਸਰਕਾਰੀ ਅਸਾਮੀਆਂ ਇਹਨਾਂ ਨੇ ਭਰਤੀ ਕੀਤੀਆਂ ਸੀ ਉਹ ਗਲਤ ਤਰੀਕੇ ਕੀਤੀਆਂ, ਦੋਸ਼ ਲੱਗੇ ਹੋਏ ਨੇ। ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰਾਂ ਨੂੰ ਵੀ ਘੇਰਿਆ ਕਿ 12,000 ਕਰੋੜ ਦੇ ਅਨਾਜ ਘਪਲੇ ਦੇ ਦੋਸ਼ ਨੇ। ਕੁੱਲ ਮਿਲਾ ਕੇ ਗੁਰਪ੍ਰੀਤ ਘੁੱਗੀ ਹੋਰਾਂ ਨੇ 10 ਅਕਾਲੀ ਦਲ ਦੇ ਮੰਤਰੀਆਂ ਵਿਧਾਇਕਾਂ ਦੇ ਨਾਮ ਲਏ ਕਿ ਅਕਾਲੀ ਦਲ ਨੇ ਕਈ ਤਰ੍ਹਾਂ ਦੇ ਸੰਗੀਨ ਦੋਸ਼ ਇਹਨਾਂ ਦੇ ਉੱਤੇ ਲੱਗੇ ਹੋਣ ਦੇ ਬਾਵਜੂਦ ਵੀ ਟਿਕਟਾਂ ਦੇ ਕੇ ਇਹ ਸਾਬਿਤ ਕਰ ਦਿੱਤਾ ਕਿ ਅਕਾਲੀ ਦਲ ਉਸ ਸਿਧਾਂਤ ਤੋਂ ਬੁਰੀ ਤਰ੍ਹਾਂ ਥਿੜਕ ਚੁੱਕਿਆ ਜਿਸ ਸਿਧਾਂਤ ਦੇ ਉੱਤੇ ਇਹ ਪਾਰਟੀ ਖੜੀ ਹੋਈ ਸੀ ਤੇ ਪੰਜਾਬ ਦੇ ਲੋਕਾਂ ਨੇ ਕਹਿੰਦੇ ਇਸ ਮੁੱਦੇ ਦੇ ਉੱਤੇ ਅਕਾਲੀ ਦਲ ਦੇ ਵੱਡੇ ਲੀਡਰਾਂ ਤੋਂ ਜਵਾਬ ਜ਼ਰੂਰ ਮੰਗਣਾ। ਜੀ ਬਾਟ ਸਾਹਿਬ, ਤੇ ਕਰਮਚਾਰੀਆਂ ਜਥੇਬੰਦੀਆਂ ਦਾ ਕੀ ਹਾਲਾਤ ਨੇ ਤੇ ਵਿਧਾਨ ਸਭਾ ਦਾ ਸੈਸ਼ਨ? ਬਿਲਕੁਲ ਟਵਾਣਾ ਸਾਹਿਬ, ਵਿਧਾਨ ਸਭਾ ਦਾ ਸੈਸ਼ਨ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਉਹ ਬਹੁਤ ਅਹਿਮ ਹੈ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਤਕਰੀਬਨ ਇਹ ਆਖਰੀ ਸੈਸ਼ਨ ਹੋਣਾ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਅਹਿਮ ਮਸਲੇ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਰੱਖਣੇ ਆ ਤੇ ਰੱਖਣੇ ਇਸ ਕਰਕੇ ਆ ਤਾਂ ਜੋ ਨਾਰਾਜ਼ ਵੋਟਰ ਜਿਹੜੇ ਆ ਉਹ ਦੁਬਾਰਾ ਪਾਰਟੀ ਦੇ ਨਾਲ ਜੋੜੇ ਜਾ ਸਕਣ ਤੇ ਨਾਲ ਦੀ ਨਾਲ ਕੁਝ ਇੱਕ ਹੋਰ ਜਿਹੜੇ ਵੱਖ ਵੱਖ ਵਰਗ ਨੇ ਉਹਨਾਂ ਨੂੰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜਨ ਦੀ ਜਿਹੜੀ ਉਹ ਆਖਰੀ ਕੋਸ਼ਿਸ਼ ਕੀਤੀ ਜਾ ਸਕੇ। ਪਰ ਇੱਕ ਪਾਸੇ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਹੋਣਾ ਤੇ ਦੂਜੇ ਪਾਸੇ ਕਰਮਚਾਰੀਆਂ ਦਾ ਰੋਸਾ ਜਿਹੜਾ ਉਹ ਪੰਜਾਬ ਸਰਕਾਰ ਦੇ ਪ੍ਰਤੀ ਬਹੁਤ ਜ਼ਿਆਦਾ ਵੱਧ ਚੁੱਕਿਆ। ਹੁਣ ਕਰਮਚਾਰੀ ਕਹਿੰਦੇ ਸਾਡੀਆਂ ਮੰਗਾਂ ਨਹੀਂ ਮੰਨਦੇ, ਸਾਡੇ ਬਕਾਏ ਨਹੀਂ ਮਿਲਦੇ, ਸਾਡੀਆਂ ਪੈਨਸ਼ਨਾਂ ਦਾ ਮਸਲਾ ਫਸਿਆ ਪਿਆ, ਸਾਡੀ ਡੀਏ ਦੀ ਕਿਸ਼ਤ ਦਾ ਪਤਾ ਨਹੀਂ ਲੱਗਦਾ, ਸਾਡਾ ਮਹਿੰਗਾਈ ਪਤਾ ਕਦੋਂ ਦੇਣਾ, ਸਾਨੂੰ ਕੱਖ ਨਹੀਂ ਦੱਸਦੇ। ਅੱਜ ਤੇ ਕੱਲ ਦੋ ਦਿਨ ਪੰਜਾਬ ਦੀਆਂ ਵੱਖ ਵੱਖ ਕਰਮਚਾਰੀਆਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਚੱਕੇ ਜਾਮ ਦਾ ਪ੍ਰੋਗਰਾਮ ਰੱਖਿਆ ਹੋਇਆ। ਕਹਿੰਦੇ ਅਰਥੀ ਵੀ ਫੂਕਾਂਗੇ ਪੰਜਾਬ ਸਰਕਾਰ ਦੀ ਤੇ ਪੂਰਾ ਪੰਜਾਬ ਸੂਬਾ ਜਿਹੜਾ ਉਹਦਾ ਚੱਕਾ ਜਾਮ ਕਰਾਂਗੇ ਦੁਪਹਿਰੇ 12 ਵਜੇ ਤੋਂ ਲੈ ਕੇ 2 ਵਜੇ ਤੱਕ। ਹੁਣ ਟਵਾਲਾ ਸਾਹਿਬ, ਜਿਸ ਤਰੀਕੇ ਦੇ ਨਾਲ ਇਹਨਾਂ ਮੁਲਾਜ਼ਮਾਂ ਨੇ ਸਾਂਝਾ ਫਰੰਟ ਬਣਾ ਕੇ ਪੂਰੇ ਪੰਜਾਬ ਦੇ ਵਿੱਚ ਇੱਕੋ ਸਮੇਂ ਸਰਗਰਮੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀਆਂ ਦੋਵੇਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਮਹਿੰਗੀਆਂ ਪੈ ਸਕਦੀਆਂ, ਕਿਉਂਕਿ ਜੇ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਜਥੇਬੰਦੀਆਂ ਇੱਕਮੁੱਠ ਹੋਈਆਂ, ਹਰ ਇੱਕ ਸ਼ਹਿਰ ਦੇ ਵਿੱਚ ਵਿਰੋਧ ਹੋਇਆ ਤਾਂ ਕਿਤੇ ਨਾ ਕਿਤੇ ਵੋਟਰ ਦੇ ਉੱਤੇ ਵੀ ਅਸਰ ਪੈਂਦਾ ਕਿ ਭਾਈ ਜੇ ਕਰਮਚਾਰੀ ਇੰਨਾ ਵਿਰੋਧ ਕਰਦੇ ਆ ਉਹਨਾਂ ਦੇ ਟੱਬਰ ਵੀ ਖਿਲਾਫ ਹੋਣਗੇ ਤਾਂ ਪੰਜਾਬ ਦੇ ਵਿੱਚ ਵੀ ਸ਼ਾਇਦ ਸੱਤਾਧਾਰੀ ਧਿਰਾਂ ਦਾ ਦੁਬਾਰਾ ਜਿਹੜਾ ਉਹ ਦਾਅ ਨਾ ਲੱਗੇ। ਸੋ ਵੇਖਦੇ ਹਾਂ ਜੀ ਕਿ ਕਿੰਨੀ ਕੁ ਇੱਕਮੁੱਠਤਾ ਦੇ ਨਾਲ ਇਹ ਕਰਮਚਾਰੀ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਆ ਤੇ ਸਰਕਾਰ ਦੇ ਫੈਸਲਿਆਂ ਦੇ ਉੱਤੇ ਕਿੰਨਾ ਕੁ ਅਸਰ ਪਾਉਣ ਦੇ ਵਿੱਚ ਰਹਿੰਦੇ ਨੇ ਕਾਮਯਾਬ। ਇਸੇ ਦਾ ਹੱਲ ਲੱਭਣ ਲਈ ਤੇ ਸੈਸ਼ਨ ਸ਼ੁਰੂ ਹੋ ਰਿਹਾ ਬਾਟ ਸਾਹਿਬ, 30,000 ਪੋਸਟਾਂ ਜੀ ਤੇ ਬੀਬੀਆਂ ਲਈ ਤਰਾਸਦੀ ਹੈ ਕਿ ਇਹ ਉਹ ਮੁਕੱਦਸ ਧਰਤੀ ਹੈ ਜਿੱਥੇ ਬਾਬੇ ਨੇ ਹੋਕਾ ਦਿੱਤਾ ਸੀਗਾ, ਪਵਿੱਤਰ ਵਾਕ ਸੀਗਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ। ਪਰ ਔਰਤ ਦੀ ਬੈਟਰ ਹਾਫ ਦੀ ਜਿਹੜੀ ਸ਼ਮੂਲੀਅਤ ਹੈ ਉਹ ਲਗਾਤਾਰ ਘੱਟ ਰਹੀ ਹੈ। ਵਿਧਾਨ ਸਭਾ ਦੇ ਵਿੱਚ ਬੀਬੀਆਂ ਇਸ ਵਾਰੀ ਹੋਰ ਵੀ ਘਟਣ ਦੀ ਉਮੀਦ ਹੈ? ਟਵਾਣਾ ਸਾਹਿਬ, ਜਦੋਂ ਸਿਆਸੀ ਲੀਡਰ ਦਿੰਦੇ ਨੇ ਭਾਸ਼ਣ ਉਦੋਂ ਤਾਂ ਉਹਨਾਂ ਦੀ ਇੱਕੋ ਹੀ ਗੱਲ ਹੁੰਦੀ ਆ ਕਿ ਭਾਈ ਇਸ ਤਰੀਕੇ ਦਾ ਭਾਸ਼ਣ ਦਈਏ ਜਿਸ ਭਾਸ਼ਣ ਦੇ ਨਾਲ ਘੱਟੋ ਘੱਟ ਬੀਬੀਆਂ ਨੂੰ ਲੱਗੇ ਕਿ ਭਾਈ ਇਹ ਪਾਰਟੀ ਸਾਡੇ ਹੱਕ ਦੀ ਗੱਲ ਕਰੇਗੀ, ਇਹਨਾਂ ਨੂੰ ਠੋਕ ਕੇ ਵੋਟਾਂ ਇੱਕ ਪਾਸਿਓਂ ਹੋ ਕੇ ਪਾ ਦਈਏ। ਤੇ ਜਦੋਂ ਉਹਨਾਂ ਬੀਬੀਆਂ ਨੂੰ ਟਿਕਟਾਂ ਦੇਣ ਦੀ ਗੱਲ ਆਉਂਦੀ ਹੈ, ਉਹਨਾਂ ਬੀਬੀਆਂ ਨੂੰ ਸਹੀ ਅਰਥਾਂ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਤਾਕਤ ਦੇਣ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਪੈਰ ਪਿਛਾਂ ਖਿੱਚ ਲੈਂਦੀਆਂ। ਹੁਣ ਤੱਕ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਜਿੰਨੀਆਂ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਬੀਬੀਆਂ ਦੀ ਗਿਣਤੀ ਘੱਟ ਹੈ ਤੇ ਲੱਗਦਾ ਕਿ ਵਿਧਾਨ ਸਭਾ ਦੇ ਵਿੱਚ ਵੀ ਪਿਛਲੀ ਵਾਰ ਦੇ ਨਾਲੋਂ ਬੀਬੀਆਂ ਦਾ ਕੋਟਾ ਜਿਹੜਾ ਉਹ ਜ਼ਰੂਰ ਘਟੇਗਾ। ਹੁਣ ਪਰਿਵਾਰਕ ਮਜ਼ਬੂਰੀਆਂ ਦੇ ਕਰਕੇ ਵੀ ਕਈ ਲੀਡਰਾਂ ਨੇ ਅਸਤੀਫੇ ਦਿੱਤੇ ਨੇ ਜਾਂ ਆਪਣੀਆਂ ਸੀਟਾਂ ਛੱਡੀਆਂ, ਪਰ ਜਿਹਨੇ ਜਿਹਨੇ ਤਿਆਗ ਕੀਤਾ ਟਵਾਣਾ ਸਾਹਿਬ, ਸਾਰੀਆਂ ਬੀਬੀਆਂ ਕਿਸੇ ਬੰਦੇ ਨੂੰ ਤਿਆਗ ਕਰਨਾ ਹੀ ਨਹੀਂ ਪਿਆ। ਹੁਣ ਚਰਨਜੀਤ ਕੌਰ ਪ੍ਰਤਾਪ ਸਿੰਘ ਬਾਜਵਾ ਦੀ ਧਰਮ ਪਤਨੀ ਹੈ, ਉਹਨੂੰ ਸੀਟ ਛੱਡਣੀ ਪਈ ਆਪਣੇ ਦਿਓਰ ਫਤਿਹ ਜੰਗ ਸਿੰਘ ਬਾਜਵਾ ਦੇ ਲਈ। ਬੀਬੀ ਪ੍ਰਨੀਤ ਕੌਰ ਨੂੰ ਸੀਟ ਛੱਡਣੀ ਪਈ ਕੈਪਟਨ ਅਮਰਿੰਦਰ ਲਈ। ਨਵੇਂ ਸ਼ਹਿਰ ਵਾਲੀ ਬੀਬੀ ਗੋਰੇਕਵਾਲ ਕੌਰ ਨੂੰ ਸੀਟ ਖਾਲੀ ਕਰਨੀ ਪਈ ਆਪਣੇ ਪੁੱਤ ਅੰਗਦ ਸੈਣੀ ਦੇ ਲਈ। ਪਰ ਕਿਸੇ ਵੀ ਜਿਹੜੇ ਉਹ ਮਰਦ ਨੇ ਔਰਤ ਦੇ ਲਈ ਸੀਟ ਖਾਲੀ ਨਹੀਂ ਕੀਤੀ ਅਜੇ ਤੱਕ, ਜਿਹੜੀਆਂ ਸੂਚੀਆਂ ਸਾਹਮਣੇ ਆਈਆਂ ਨੇ। ਹੁਣ ਇਕੱਲੀ ਇਕੱਲੀ ਪਾਰਟੀ ਦੀ ਗੱਲ ਕਰਨੀ ਨੇ ਭੁਰਕ ਕਿ ਬੀਬੀਆਂ ਦੇ ਹੱਕ ਦੇ ਵਿੱਚ ਗੱਲਾਂ ਕਰਨ ਵਾਲੀਆਂ ਪਾਰਟੀਆਂ ਕਰਦੀਆਂ ਕੀ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 82 ਉਮੀਦਵਾਰਾਂ ਦਾ ਐਲਾਨ ਕੀਤਾ, 12 ਹੀ ਸੀਟਾਂ ਬਾਕੀ ਨੇ, ਪਰ ਉਹਨਾਂ 82 ਉਮੀਦਵਾਰਾਂ ਦੇ ਵਿੱਚੋਂ ਕੇਵਲ 5 ਔਰਤਾਂ ਨੇ।
ਕਾਂਗਰਸ ਨੇ 61 ਉਮੀਦਵਾਰਾਂ ਦਾ ਐਲਾਨ ਕੀਤਾ। ਅਕਾਲੀ ਦਲ ਦੇ ਨਾਲੋਂ ਭੋਰਾ ਕੁੱਪਰ ਉਹਨਾਂ ਨੇ 6 ਬੀਬੀਆਂ ਨੂੰ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਤੇ ਆਮ ਆਦਮੀ ਪਾਰਟੀ ਨੇ 102 ਜਿਹੜੀਆਂ ਉਹ ਸੂਚੀ ਦੇ ਵਿੱਚ ਉਮੀਦਵਾਰਾਂ ਦੇ ਨਾਮ ਸ਼ਾਮਿਲ ਕੀਤੇ ਆ, 10 ਸੀਟਾਂ ਬਾਕੀ ਨੇ ਤੇ ਉਹਨਾਂ ਦੇ ਵਿੱਚ ਵੀ ਕੇਵਲ 9 ਹੀ ਔਰਤਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਨਿਵਾਜਿਆ। ਤੇ ਵੇਖਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਉਂਦੀਆਂ 23 ਸੀਟਾਂ ਦੇ ਵਿੱਚੋਂ ਕਿੰਨੀਆਂ ਕੁ ਬੀਬੀਆਂ ਹੁੰਦੀਆਂ, ਪਰ ਕੁੱਲ ਮਿਲਾ ਕੇ 212 ਦੀ ਵਿਧਾਨ ਸਭਾ ਦੇ ਵਿੱਚ ਜਿਹੜੀਆਂ 14 ਸੀਟਾਂ ਔਰਤਾਂ ਨੇ ਜਿੱਤੀਆਂ ਸੀ ਉਹਦੇ ਵਿੱਚੋਂ ਵੀ ਬਹੁਤੀਆਂ ਤਾਂ ਜਿੱਤ ਹੋ ਗਈਆਂ ਕਿ ਉੱਥੋਂ ਬੀਬੀਆਂ ਦੇ ਲਈ ਰਾਖਵੀਆਂ ਸੀਟਾਂ ਸੀ। ਪਰ ਐਤਕੀ ਲੱਗਦਾ ਕਿ 14-20 ਬੀਬੀਆਂ ਜਿਹੜੀਆਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨਹੀਂ ਪਹੁੰਚਣਗੀਆਂ। ਪਰ ਸਿਆਸਤਦਾਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਅੰਤਰ ਇਹਨਾਂ ਦੀਆਂ ਟਿਕਟਾਂ ਦੀਆਂ ਲਿਸਟਾਂ ਵੇਖ ਕੇ ਜਿਹੜਾ ਉਹ ਸਾਫ਼ ਨਜ਼ਰ ਆ ਰਿਹਾ। ਬਟ ਸਾਹਿਬ, ਉਹ ਬਲੀਦਾਨ ਕਹਿ ਲਈਏ ਜਾਂ ਉਹ ਕਮਜ਼ੋਰ ਲੀਡਰ ਸਾਬਤ ਕਰਨਾ ਕਹਿ ਲਈਏ ਕਿ ਔਰਤਾਂ ਦੇ ਹੱਕ ਇਸ ਕਰਕੇ ਫਿਰ ਕੱਟੇ ਗਏ ਨੇ ਕਿਉਂਕਿ ਕਾਂਗਰਸ ਨੂੰ ਵੀ ਜਿਹੜਾ ਪਰਿਵਾਰਵਾਦ ਕਾਰਨ ਜਿਹੜੀਆਂ ਟਿਕਟਾਂ ਛੱਡਣੀਆਂ ਪੈ ਰਹੀਆਂ ਨੇ ਉਹ ਵੀ ਗਾਜ ਬੀਬੀਆਂ 'ਤੇ ਡਿੱਗੀ ਹੈ। ਅਤੇ ਦੂਸਰਾ ਜਿਹੜਾ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਆਪ ਜਾਂ ਹੋਰ ਪਾਰਟੀਆਂ ਦੇ ਵਿੱਚ ਵੀ ਅਕਾਲੀ ਦਲ ਦੇ ਵਿੱਚ ਵੀ ਔਰਤ ਨੂੰ ਹਮੇਸ਼ ਕਮਜ਼ੋਰ ਕੈਂਡੀਡੇਟ ਹੀ ਸਮਝਿਆ ਜਾਂਦਾ, ਇਹ ਵੀ ਇਸ ਦਾ ਇੱਕ ਕਾਰਨ ਹੈ। ਇਹ ਤਰਾਸ ਦੀ ਵੀ ਤ੍ਰੀਮਤਾ ਨੂੰ ਹੀ ਚੱਲਣੀ ਪੈਣੀ ਹੈ ਅਤੇ ਪੈ ਰਹੀ ਹੈ ਅਤੇ ਪਵੇਗੀ। ਜੀ ਬਾਟ ਸਾਹਿਬ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸ਼ੁਕਰੀਆ, ਮਿਹਰਬਾਨੀ ਟਵਾਣਾ ਸਾਹਿਬ। ਰੇਡੀਓ ਚੰਨ ਪਰਦੇਸੀ ਦੇ ਸਾਰੇ ਸਰੋਤਿਆਂ ਨੂੰ ਸ਼ੁਭੇਚਾਵਾਂ। ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਇਹ ਸਨ ਉਹਗੇ ਬ੍ਰੌਡਕਾਸਟਰ ਅਤੇ ਆਪਣੇ ਟੀਮ ਮੈਂਬਰ ਪਰਮਵੀਰ ਸਿੰਘ ਬਾਟ ਜੁੜੇ ਸਨ ਆਪਣੇ ਨਾਲ। ਕੁਛ ਕਮਰਸ਼ੀਅਲ, ਇਸ ਤੋਂ ਬਾਅਦ ਅੱਗੇ ਵਧਦੇ ਹਾਂ। ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ ਲਈ ਉਗਾਨਾ, ਵਧੀਆ ਤੇਲ, ਚੰਗੇ ਫਿਲਟਰ ਪਵਾਓ, ਬੱਲੇ ਬੱਲੇ ਹੋ ਗੱਡੀ ਚਲਾਓ। ਤੁਸੀਂ ਇੱਕ ਟਰੱਕ ਚਲਾਉਂਦੇ ਜਾਂ ਮਿੱਤਰਾਂ ਦੀ ਫਲੀਟ ਹੋਵੇ, ਅਪਾਇੰਟਮੈਂਟ ਦੀ ਲੋੜ ਨਹੀਂ, ਡਰਾਈਵ ਥਰੂ ਕਰਾਓ, ਸੇਵਡ ਹੋਇਆ ਟਾਈਮ ਫੈਮਿਲੀ ਨਾਲ ਬਤਾਓ। ਕੁਇਕ ਟਰੱਕ ਲਿਊਬ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ, 2 ਲੋਕੇਸ਼ਨਸ, ਐਗਜ਼ਿਟ 268 ਹਾਈਵੇ 401 ਔਰ ਐਗਜ਼ਿਟ 5 QEW। ਉਤਸ਼ਾਹ ਸਾਡਾ, ਵਿਸ਼ਵਾਸ ਤੁਹਾਡਾ, ਅਜਿਹਾ ਆ ਆਪਣਾ ਰਿਸ਼ਤਾ। 519-622-0660, 519-622-0660, QTL, because we care.